ਪੰਜਾਬੀ ਰੇਡੀਓ ਯੂ ਐੱਸ ਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ ਯੂ ਐੱਸ ਏ ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਇੱਕ ਵਾਰੀ ਫਿਰ ਜੀਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਸਰੋਤਿਓ ਪ੍ਰੋਗਰਾਮ ਪੰਜਾਬ ਚੋਣ ਦੰਗਲ ਜਿਹੜਾ ਜੀ ਉਹ ਚੱਲ ਰਿਹਾ ਅਤੇ ਅੱਜ ਦੇ ਜਿਹੜੇ ਹੁਣ ਇਸ ਸੈਗਮੈਂਟ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਮਿੰਟੂ ਜੀ, ਨਿੱਘੀ ਜੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਸਾਰਿਆਂ ਨੂੰ, ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅਤੇ ਬਿਲਕੁਲ ਸਰੋਤਿਓ, ਅੱਜ ਵੀ ਜਿਹੜਾ ਸ਼ੁੱਕਰਵਾਰ ਦੇ ਵਾਂਗੂ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਆਪਾਂ ਲੈ ਕੇ ਹਾਜ਼ਰ ਹੋਏ ਹਾਂ। ਪਹਿਲਾਂ ਕੁਛ ਕੁ ਜਿਹੜੀਆਂ ਚੋਣਵੀਆਂ ਖਬਰਾਂ ਆ ਉਸ ਦੇ ਉੱਤੇ ਆਪਾਂ ਗੱਲ ਕਰਾਂਗੇ, ਉਸ ਦੇ ਬਾਰੇ ਜਾਣਕਾਰੀ ਲਵਾਂਗੇ, ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਵੀ ਤੁਹਾਡੇ ਮਨਾਂ ਦੇ ਵਿੱਚ ਸਵਾਲ ਨੇ ਸਿਆਸਤ ਨੂੰ ਲੈ ਕੇ ਉਹ ਵੀ ਤੁਸੀਂ ਜਿਹੜੇ ਮਿੰਟੂ ਜੀ ਨੂੰ ਇਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਖਬਰਾਂ ਤੋਂ ਬਾਅਦ ਦੇ ਵਿੱਚ। ਅਤੇ ਮਿੰਟੂ ਜੀ, ਆਪਣੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ ਵੀ ਕਾਂਗਰਸੀ ਉਮੀਦਵਾਰ ਦੇ ਇੱਕ ਕਾਫਲੇ ਦੇ ਵਿੱਚ ਕਾਰ ਧਮਾਕੇ ਦੀ ਖਬਰ ਆ ਰਹੀ ਹੈ, ਤਿੰਨ ਜਾਣਿਆਂ ਦੀ ਮੌਤ, ਕਈ ਜ਼ਖਮੀ ਹੋਏ। ਦੇਖੋ, ਇਹ ਤਰਕਾਲਾਂ ਢਲੀਆਂ ਤੋਂ ਇਹ ਮੰਦਭਾਗੀ ਖਬਰ ਆਈ ਹੈ। ਯਾਨੀ ਹੁਣ ਤੋਂ ਕੁਛ ਸਮਾਂ ਪਹਿਲਾਂ ਮੌੜ ਮੰਡੀ ਤੋਂ ਜਿਹੜੇ ਕਾਂਗਰਸੀ ਉਮੀਦਵਾਰ ਹੈ ਹਰਿਮੰਦਰ ਜੱਸੀ, ਜਿਹੜਾ ਕਿ ਸਰਸੇ ਵਾਲੇ ਬਾਬੇ ਦਾ ਕੁੜਮੀ ਹੈ, ਉਹਦੀ ਉੱਥੇ ਕੋਈ ਚੋਣ ਰੈਲੀ ਸੀਗੀ, ਰੋਡ ਸ਼ੋਅ ਸੀਗਾ। ਉਸ ਤੋਂ ਬਾਅਦ ਉਹ ਤੁਰੇ ਜਾਂਦੇ ਸੀਗੇ ਮੌੜ ਮੰਡੀ ਦੇ ਵਿੱਚ, ਅਚਾਨਕ ਇਹ ਹਾਦਸਾ ਵਾਪਰਿਆ। ਮਰੂਤੀ ਕਾਰ ਸੀ ਇੱਕ, ਉਹ ਕਾਫਲੇ ਦੇ ਨਾਲ, ਵੈਸੇ ਕਾਫਲੇ ਦੇ ਨਾਲ ਨਹੀਂ, ਯਾਨੀ ਉਹ ਵੈਸੇ ਜਾ ਰਹੀ ਸੀਗੀ, ਕਾਫਲੇ ਦੇ ਨਾਲ ਕੋਈ ਰਾਹਗੀਰ ਸਨ, ਉਸ ਕਾਰ ਦੇ ਵਿੱਚ ਧਮਾਕਾ ਹੋਣ ਦੀ ਖਬਰ ਆ। ਮੁੱਢਲੀਆਂ ਰਿਪੋਰਟਾਂ ਇਹ ਕਹਿਣ ਡਈਆਂ ਨੇ ਕਿ ਉਹ ਧਮਾਕਾ ਜਿਹੜਾ ਉਹ ਗੈਸ ਸਿਲੰਡਰ ਜਿਵੇਂ ਕਾਰਾਂ ਦੇ ਵਿੱਚ ਰੱਖਿਆ ਹੁੰਦਾ ਇੱਧਰ ਸਾਡੇ, ਉਸ ਕਰਕੇ ਜਿਹੜਾ ਗੈਸ ਸਿਲੰਡਰ ਫਟਣ ਕਰਕੇ ਇਹ ਹਾਦਸਾ ਦਰਪੇਸ਼ ਆਇਆ। ਮੱਧਭਾਗੀ ਖਬਰ ਇਹ ਹੈ ਕਿ ਇਸ ਘਟਨਾ ਦੇ ਵਿੱਚ ਹੁਣ ਤੱਕ ਤਿੰਨ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਐਸ ਡੀ ਐਮ ਸਾਹਿਬ ਨਾਲ ਹੁਣੇ ਗੱਲਬਾਤ ਹੋਈ ਸੀ ਅਤੇ ਉਹ ਕਹਿੰਦੇ ਕਿ ਤਿੰਨ ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ, ਬਾਕੀ 20 ਤੋਂ 25 ਜਣੇ ਆ ਜਿਹੜੇ ਉਹ ਜ਼ਖਮੀ ਹੈ। ਸੋ ਉਹਨਾਂ ਨੂੰ ਅਲੱਗ ਅਲੱਗ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ, ਕੁਛ ਨੂੰ ਡੀ ਐਮ ਸੀ ਭੇਜਿਆ ਗਿਆ, ਕੁਛ ਨੂੰ ਬਠਿੰਡੇ ਰੈਫਰ ਕੀਤਾ ਗਿਆ। ਇਸ ਤਰ੍ਹਾਂ ਵੰਡਵੇਂ ਜੇ ਆ ਜਿਸ ਤਰ੍ਹਾਂ ਦੀ ਕਿਸੇ ਦੀ ਹਾਲਤ ਆ। ਮੁੱਢਲੇ ਤੌਰ ਤੇ ਇਹੋ ਹੀ ਖਬਰ ਆ ਰਹੀ ਹੈ ਕਿ ਇਹ ਕੋਈ ਬੰਬ ਧਮਾਕਾ ਨਹੀਂ, ਇੱਕ ਗੈਸ ਸਿਲੰਡਰ ਦਾ ਜਿਹੜਾ ਫਟਣਾ ਸੀ ਉਹਦੇ ਕਰਕੇ ਘਟਨਾ ਦਰਪੇਸ਼ ਆਈ ਹੈ। ਸੋ ਮੈਂ ਬੇਨਤੀ ਵੀ ਕਰਾਂਗਾ ਜ਼ਾਤੀ ਤੌਰ ਤੇ ਕਿ ਕਿਸੇ ਅਫਵਾਹ ਤੋਂ ਬਚਿਆ ਜਾਵੇ, ਮੁੱਢਲੀਆਂ ਰਿਪੋਰਟਾਂ ਇਹ ਕਹਿ ਰਹੀਆਂ। ਹਾਲੇ ਇੰਤਜ਼ਾਰ ਕਰਿਓ ਕਿ ਇਸ ਤਰ੍ਹਾਂ ਦੀ ਕੋਈ ਅਫਵਾਹ ਆ ਜੇ ਤੇ ਜਲਦੀ ਉਹਦੇ ਤੇ ਉਹ ਤਵਾਰ ਨਾ ਕੀਤਾ ਜਾਵੇ, ਪੁਸ਼ਟੀ ਕਰਾ ਲਈ ਜਾਵੇ, ਕਿਉਂਕਿ ਇੱਥੇ ਅੱਜ ਕੱਲ ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਗੱਲਾਂ ਦੀ ਗਲੇਲ ਵੀ ਬਣਾ ਲਈ ਜਾਂਦੀ ਹੈ। ਮੁੱਢਲੇ ਤੌਰ ਤੇ ਜਿਹੜੀ ਪੁਲਿਸ ਪੁਸ਼ਟੀ ਕਰਦੀ ਪਈ, ਉੱਥੋਂ ਦੇ ਪ੍ਰਸ਼ਾਸਕੀ ਅਫਸਰ ਜਿਹੜੇ ਆ ਪੁਸ਼ਟੀ ਕਰਦੇ ਪਏ, ਉਹ ਕਹਿੰਦੇ ਕਿ ਇਹ ਹਾਦਸਾ ਕੋਈ ਸਾਜਿਸ਼ ਨਹੀਂ, ਇੱਕ ਹਾਦਸਾ ਹੈ। ਜੀ ਜੀ, ਅਗਲੀ ਆਪਾਂ ਗੱਲ ਮਿੰਟੂ ਜੀ ਸ਼ੁਰੂ ਕਰੀਏ ਵੀ ਸੰਸਦ ਵਿੱਚ ਬਜਟ ਸੈਸ਼ਨ ਸ਼ੁਰੂ ਹੋਇਆ, ਸਰਕਾਰ ਵੱਲੋਂ ਆਰਥਿਕ ਸਰਵੇਖਣ ਪੇਸ਼, ਇੱਕ ਸੰਸਦ ਨੂੰ ਦਿਲ ਦਾ ਦੌਰਾ ਵੀ ਪਿਆ। ਇਹ ਦਿਲ ਦਾ ਦੌਰਾ, ਇਹ ਨਾ ਸੋਚ ਲਿਓ ਕਿਤੇ ਕਿ ਸਰਵੇਖਣ ਕਰਕੇ ਦਿਲ ਦਾ ਦੌਰਾ ਪੈ ਗਿਆ, ਤੇ ਵੈਸੇ ਕੁਦਰਤੀ ਉਹਨੂੰ ਪੈ ਗਿਆ ਦਿਲ ਦਾ ਦੌਰਾ। ਇਹ ਈ ਅਹਿਮਦ ਨੇ ਕੇਰਲ ਤੋਂ ਆਉਂਦੇ ਆ, ਕਾਂਗਰਸ ਦੀ ਕਾਫੀ ਵੈਟਰਨ ਲੀਡਰ ਆ, ਬਜ਼ੁਰਗੀ ਦੀ ਅਵਸਥਾ ਦੇ ਵਿੱਚ ਆ। ਅੱਜ ਜਦੋਂ ਪ੍ਰੈਜੀਡੈਂਟ ਆਪਣੀ ਸਪੀਚ ਦੇ ਰਹੇ ਸਨ ਤੇ ਉਸੇ ਦੌਰਾਨ ਇਹਨਾਂ ਨੂੰ ਹਾਰਟ ਅਟੈਕ ਆ ਗਿਆ, ਫਿਰ ਹਸਪਤਾਲ 'ਚ ਲਿਆਂਦਾ ਗਿਆ ਜਿੱਥੇ ਜ਼ੇਰੇ ਇਲਾਜ ਆ, ਵੈਂਟੀਲੇਟਰ ਤੇ ਨੇ, ਸਥਿਤੀ ਬਹੁਤ ਨਾਜ਼ੁਕ ਆ। ਅਸੀਂ ਸੁੱਖ ਮੰਗਦੇ ਕਿ ਚਲੋ ਇਹ ਠੀਕ ਹੋ ਜਾਣ, ਸਥਿਤੀ ਅਬ ਹੋ ਜਾਣ, ਪਰ ਦੂਜੇ ਪਾਸੇ ਜੋ ਸਰਵੇਖਣ ਇਹਨਾਂ ਨੇ ਪੇਸ਼ ਕੀਤਾ, ਆਰਥਿਕ ਸਰਵੇਖਣ, ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਨੇ ਕਹੀਆਂ ਨੇ, ਪਰ ਆਪਾਂ ਮੁੱਢਲੇ ਤੌਰ ਤੇ ਕੋਈ ਦੋ ਚਾਰ ਨੁਕਤੇ ਆ ਜਿਹੜੇ ਉਹ ਸਾਂਝੇ ਕਰ ਲਈਏ। ਤਾਂ ਇਹਨਾਂ ਨੇ 2017-18 ਦੀ ਜਿਹੜੀ ਜੀ ਡੀ ਪੀ ਦੀ ਵਿਕਾਸ ਦਰ ਆ ਉਹ 6.5 ਤੋਂ 7.5 ਫੀਸਦੀ ਰਹਿਣ ਦਾ ਅੰਦਾਜ਼ਾ ਰੱਖਿਆ। ਜਿਹੜੀ ਕ੍ਰਿਸ਼ੀ ਖੇਤਰ ਦੀ ਵਿਕਾਸ ਦਰ ਆ, ਯਾਨੀ ਖੇਤੀ ਵਾਧਾ ਦਰ ਆ ਜਿਹੜੀ, ਉਹ 4.1 ਫੀਸਦੀ ਰਹਿਣ ਦਾ ਅੰਦਾਜ਼ਾ ਇਹਨਾਂ ਨੇ ਰੱਖਿਆ। 2016-17 ਦੇ ਜਿਹੜੇ ਉਦਯੋਗ ਖੇਤਰ ਦੀ ਵਿਕਾਸ ਦਰ ਸੀਗੀ ਉਹਨੂੰ ਇਹਨਾਂ ਨੇ 5.2 ਫੀਸਦੀ ਰੱਖਣ ਦਾ ਅੰਦਾਜ਼ਾ ਲਾਇਆ। ਇਸ ਤੋਂ ਇਲਾਵਾ ਕੱਪੜਾ ਤੇ ਚਮੜਾ ਉਦਯੋਗ ਹੈ ਜਿਹੜਾ, ਉਹਦੇ 'ਚ ਇਹਨਾਂ ਨੇ ਤੇਜ਼ੀ ਲਈ ਲੇਬਰ ਤੇ ਟੈਕਸ ਨੀਤੀ ਦੀ ਹੈ ਜਿਹੜੀ, ਉਹਦੇ ਸੁਧਾਰਾਂ ਦੀ ਸਿਫਾਰਿਸ਼ ਕੀਤੀ ਹੈ, ਜਿਹਦਾ ਸਾਰੇ ਸਵਾਗਤ ਕਰਦੇ ਪਏ ਆ। ਇਸ ਤੋਂ ਇਲਾਵਾ 2016-17 ਦੇ ਪਹਿਲੇ ਹਿੱਸੇ 'ਚ ਜਿਹੜਾ ਵਿੱਤੀ ਘਾਟਾ ਸੀਗਾ ਉਹ ਜੀ ਡੀ ਪੀ ਦਾ 0.3 ਰਹਿ ਗਿਆ। ਇਸ ਤੋਂ ਇਲਾਵਾ
ਕਹਿੰਦੇ ਕਿ ਮਹਿੰਗਾਈ ਦੀ ਦਰ ਹੈ ਜਿਹੜੀ ਉਹ ਲਗਾਤਾਰ ਤੀਜੇ ਸਾਲ ਕਾਬੂ ਦੇ ਵਿੱਚ ਰਹੀ ਆ। ਜੇ ਹੁਣ ਆਪਾਂ ਉੱਡਦੀ ਉੱਡਦੀ ਜੀ ਝਾਤ ਮਾਰੀਏ, ਵੈਸੇ ਤੇ ਆਰਥਿਕ ਮਾਹਰ ਨਹੀਂ ਆਪਾਂ, ਪਰ ਫਿਰ ਵੀ ਜੋ ਅੰਕੜੇ ਜਿਹੜੇ ਦਿਮਾਗ ਦੇ ਵਿੱਚ ਜ਼ਿਹਨ ਦੇ ਵਿੱਚ, ਕਿਉਂਕਿ ਖੇਡ ਸਾਰੀ ਅੰਕੜਿਆਂ ਦੀ ਆ, ਅੜੇ ਰਹਿੰਦੇ ਆ, ਤਾਂ ਉਹਦੇ ਮੁਤਾਬਕ ਜੇ ਆਪਾਂ ਹਿਸਾਬ ਲਾਈਏ, GDP ਜਿਹੜਾ ਇਹਨਾਂ ਨੇ ਦੱਸਿਆ ਕਿ 2017-18 ਦੇ ਦੌਰਾਨ GDP ਹੈ ਜਿਹੜੀ ਉਹ 7.5 ਤੋਂ 7.5 ਦੇ ਦਰਮਿਆਨ ਰਹਿੰਦੇ ਆ ਸਾਰੇ, ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ GDP ਜਿਹੜੀ 7.5 ਤੋਂ 7.5 ਤੱਕ ਰਹੇਗੀ 2017-18 ਦੇ ਦੌਰਾਨ, ਇਹ 2015-16 ਦੇ ਦੌਰਾਨ 7.6 ਤੱਕ ਪਹੁੰਚੀ ਹੋਈ ਹੈ, ਯਾਨੀ ਐਤਕੀ ਡੁੱਬ ਗਈ। ਇਹਦਾ ਕਾਰਨ ਨੋਟਬੰਦੀ ਹੈ। ਸੋ ਦੂਜੇ ਪਾਸੇ ਜੇ ਗੱਲ ਆਪਾਂ ਕਰੀਏ ਖੇਤੀ, ਜਿਹੜਾ ਖੇਤੀ ਵਾਧਾ ਦਰ ਹੁੰਦੀ ਹੈ, ਉਹਦੇ ਚ ਇੱਕ ਲੰਬੀ ਛਾਲ ਲਾਈ ਹੈ ਇਸ ਮੁਲਕ ਨੇ, ਕਿਉਂਕਿ 2015-16 ਦਾ ਜਿਹੜਾ ਬਜਟ ਸੀਗਾ ਉਹਦੇ ਵਿੱਚ ਇਹਦਾ ਵਾਧਾ ਦਰ ਜਿਹੜਾ ਰਿਕਾਰਡ ਕੀਤਾ ਸੀ ਉਹ ਸੀ 1.2, ਲਗਭਗ 1.25, ਤੇ ਜੇ 2016-17 ਦੀ ਗੱਲ ਕਰੀਏ ਉਹ ਹੈ 4.1, ਯਾਨੀ ਬਹੁਤ ਵੱਡੀ ਛਾਲ ਲਾਈ ਹੈ। ਪਰ ਇਹ ਛਾਲ ਜਿਹੜੀ ਹੈ 2013-14 ਦੇ ਸਾਲ ਦੇ ਮੁਕਾਬਲੇ ਬਹੁਤ ਛੋਟੀ ਰਹਿ ਜਾਂਦੀ ਹੈ, ਕਿਉਂਕਿ ਉਦੋਂ 4.2 ਤੇ ਇਹ ਖੇਤੀ ਵਾਧਾ ਦਰ ਜਾ ਚੁੱਕੀ ਹੈ। ਜੇ ਉਦਯੋਗਿਕ ਦਰ ਦੀ ਗੱਲ ਕਰੀਏ ਜਿਹੜੀ ਕਿ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੈ, ਤਾਂ ਉਹਦੇ ਵਿੱਚ ਇਹ ਵਾਧਾ ਦਰ ਜਿਹੜੀ 2016-17 ਦੀ ਦਰਜ ਕੀਤੀ ਗਈ ਹੈ ਉਹ ਕੀਤੀ ਗਈ 5.2, ਜਦਕਿ ਪਿਛਲੇ ਸਾਲ ਜਿਹੜਾ 15-16 ਦਾ ਜਿਹੜਾ ਵਰ੍ਹਾ ਸੀਗਾ ਉਹਦੇ ਵਿੱਚ ਇਹ ਵਾਧਾ ਦਰ 7.5 ਸੀ, ਯਾਨੀ ਇਹ ਵੀ ਡੁੱਬ ਗਿਆ, ਉਦਯੋਗਿਕ ਖੇਤਰ ਵੀ ਡੁੱਬਿਆ ਹੋਇਆ ਇਸ ਵਾਰੀ। ਅਤੇ ਜਿਹੜਾ ਵਿੱਤੀ ਘਾਟਾ, ਜਿਹੜਾ ਆਰਥਿਕ ਖਪਤ ਹੈ, ਉਹਦੇ ਵਿੱਚ ਇਹਨਾਂ ਨੇ ਕੁਛ ਤਰੱਕੀ ਜ਼ਰੂਰ ਕੀਤੀ ਹੈ। ਉਹਦੇ 'ਚ ਇਹਨਾਂ ਨੇ ਜਿਹੜਾ ਵਿੱਤੀ ਘਾਟਾ ਉਹ ਘਟਾ ਕੇ 3.5% ਤੇ ਲਿਆਂਦਾ, ਕਿਉਂਕਿ 2013-14 ਦੇ ਵਿੱਚ ਇਹ 4.5% ਸੀ। ਸੋ ਕੁਛ ਚੰਗੀਆਂ ਖਬਰਾਂ ਨੇ, ਕੁਛ ਮੰਦੀਆਂ ਖਬਰਾਂ ਨੇ, ਕਹੀਂ ਖੁਸ਼ੀ ਕਹੀਂ ਗਮ ਵਾਲੀ ਗੱਲ ਆ। ਪਰ ਕੱਲ ਨੂੰ ਬਜਟ ਪੇਸ਼ ਹੋਏਗਾ, ਇਤਿਹਾਸ ਪੱਖ ਦੇ ਅਸੀਂ ਜੇ ਕਹੀਏ ਕਿ ਇਹ ਇੱਕ ਵਿਲੱਖਣਤਾ ਹੋਏਗੀ ਕਿ ਰੇਲ ਬਜਟ ਤੇ ਆਮ ਬਜਟ ਜਿਹੜੇ ਉਹ ਇਕੱਠਿਆਂ ਕੱਲ ਨੂੰ ਪੇਸ਼ ਹੋਣਗੇ। ਜੀ ਬਿਲਕੁਲ, ਉਹ ਵੀ ਉਦੋਂ ਜਦੋਂ 5 ਸੂਬਿਆਂ ਦੇ ਵਿੱਚ ਇਲੈਕਸ਼ਨ ਕੁਛ ਕੁ ਦਿਨਾਂ ਦੇ ਵਿੱਚ ਉਸ ਤੋਂ ਬਾਅਦ ਸ਼ੁਰੂ ਹੋਣੀ ਆ। ਅਗਲੀ ਆਪਾਂ ਗੱਲ ਕਰੀਏ ਵੀ ਮਿਰਟਪੁਰ ਵਿੱਚ ਫੇਰ ਝੁੱਲਿਆ ਦਲਿਤਾਂ ਤੇ ਕਹਿਰ। ਦਲਿਤਾਂ ਦੀ ਹੋਣੀ ਹੈ ਇਸ ਮੁਲਕ ਦੇ ਵਿੱਚ, ਮਨੂ ਸਿਮਰਤੀਆਂ ਤੋਂ ਲੈ ਕੇ ਸਿਮਰਤੀ ਇਰਾਨੀ ਤੱਕ ਕੱਖ ਨਹੀਂ ਬਦਲਿਆ, ਤਕਦੀਰ ਨਹੀਂ ਬਦਲੀ ਨਾ ਤਸਵੀਰ ਬਦਲੀ ਹੈ। ਇਹ ਮਿਰਚਪੁਰ ਸ਼ਾਇਦ ਤੁਹਾਨੂੰ ਯਾਦ ਹੋਣਾ, ਜਾਂ ਆਪਣੇ ਸਰੋਂ ਤੇ ਜਿਹੜੇ ਖਬਰਾਂ ਦੇ ਸੰਸਾਰ ਤੋਂ ਚੰਗੀ ਤਰ੍ਹਾਂ ਵਾਕਫ ਆ ਉਹਨਾਂ ਨੂੰ ਯਾਦ ਹੋਣਾ ਕਿ 2010 ਦੇ ਵਿੱਚ ਵੀ ਇੱਥੇ ਇਹੋ ਕੁਝ ਵਾਪਰਿਆ ਸੀ। ਉਦੋਂ ਦਬੰਗਾਂ ਨੇ, ਸਵਰਨ ਜਾਤੀ ਦੇ ਲੋਕਾਂ ਨੇ ਦਲਿਤਾਂ ਦੀ ਬਸਤੀ ਨੂੰ ਅੱਗ ਲਾ ਦਿੱਤੀ ਸੀ। ਇੱਕ ਅੰਗਹੀਨ ਕੁੜੀ ਤੇ ਉਹਦਾ ਪਿਤਾ ਜਿਹੜੇ ਜਿਉਂਦੇ ਭਸਮ ਹੋ ਗਏ ਸਨ ਉਸ ਅੱਗ ਦੇ ਵਿੱਚ। ਅੱਜ ਵੀ ਇਹੋ ਕੁਝ ਵਾਪਰਿਆ। ਉਸ ਤੋਂ ਬਾਅਦ ਕਿਉਂਕਿ ਇੱਥੇ CRPF ਲੱਗੀ ਹੋਈ ਸੀ, ਇੱਕ ਟੁਕੜੀ ਉਹ CRPF ਦੀ ਪੱਕੀ ਬੈਠੀ ਹੋਈ ਸੀ, ਉਹਨੂੰ ਆ 10 ਕੁ ਦਿਨ ਪਹਿਲਾਂ ਹਟਾ ਲਿਆ ਗਿਆ। ਅੱਜ ਫਿਰ ਇੱਕ ਦਲਿਤ ਨੌਜਵਾਨ ਨੇ ਸਾਈਕਲ ਰੇਸ ਜਿੱਤ ਲਈ। ਉਹ ਸਾਈਕਲ ਰੇਸ ਉਹਨੇ ਕਾਹਦੀ ਜਿੱਤ ਲਈ? ਉਹਨੇ ਤੇ ਸਿਆਪਾ ਪਾ ਲਿਆ। ਜਿਹੜੇ ਸਵਰਨ ਜਾਤੀ ਦੇ ਲੋਕ ਸਨ ਉਹਨਾਂ ਨੂੰ ਇਹ ਨਾਗਵਾਰ ਗੁਜ਼ਰਿਆ, ਉਹਨਾਂ ਨੇ ਜਾਤੀ ਸੂਚਕ ਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ। ਇੱਥੋਂ ਗੱਲਬਾਤ ਹੀ ਵਧੀ ਇੱਥੋਂ ਤੱਕ ਚਲੇ ਗਈ ਕਿ ਦਲਿਤਾਂ ਦੀ ਬਸਤੀ ਤੇ ਫਿਰ ਹਮਲਾ ਹੋ ਗਿਆ। ਝੁੰਡ ਨੇ ਉਹਨਾਂ ਦੇ ਘਰਾਂ ਦੇ ਵਿੱਚ ਵੜ ਕੇ ਕੁੱਟਮਾਰ ਸ਼ੁਰੂ ਕੀਤੀ। ਇੱਥੋਂ ਤੱਕ ਮਾਮਲਾ ਪੁੱਜ ਗਿਆ ਕਿ 5 ਜਣੇ ਜ਼ਖਮੀ ਹੋ ਗਏ, ਜਿਹਨਾਂ ਦੇ ਵਿੱਚੋਂ ਇੱਕ ਬਹੁਤ ਜ਼ਿਆਦਾ ਜ਼ਖਮੀ ਹੈ, 4 ਜਿਹੜੇ ਆ ਉਹ ਨੋਰਮਲ ਜ਼ਖਮੀ ਹੈ। ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ। ਪਰ ਜਿਹੜੇ ਦਲਿਤ ਸਨ, ਜਿਹੜੇ ਕਿ 2010 ਦੇ ਵਿੱਚ ਇਹ ਸਭ ਕੁਛ ਵੇਖ ਚੁੱਕੇ ਸਨ, ਉਹਨਾਂ ਦੀ ਜ਼ਰੂਰਤ ਨਹੀਂ ਪਈ ਉੱਥੇ ਰਹਿਣ ਦੀ। ਸੋ ਉਹਨਾਂ ਨੇ ਨਾਲ ਦੀ ਨਾਲ ਉੱਥੋਂ ਪਲਾਇਨ ਸ਼ੁਰੂ ਕਰ ਦਿੱਤਾ, ਹਿਜਰਤ ਸ਼ੁਰੂ ਕਰ ਦਿੱਤੀ, ਉਹਨਾਂ ਨੇ ਆਪਣਾ ਸਮਾਨ ਬੰਨਿਆ, ਉਹਨਾਂ ਨੇ ਸਾਰ ਨੂੰ ਚਾਲੇ ਪਾ ਦਿੱਤੇ। ਪ੍ਰਸ਼ਾਸਨ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਰੁਕੇ ਨਹੀਂ। ਉਹਨਾਂ ਕਿਹਾ ਕਿ ਅਸੀਂ ਇਹ ਹੋਣੀ ਪਹਿਲਾਂ ਚੱਲ ਚੁੱਕੇ ਹਾਂ, ਐਤਕੀ ਸਾਡੇ ਤੋਂ ਇਹ ਬਰਦਾਸ਼ਤ ਨਹੀਂ ਹੋਣੀ। ਸੋ ਉੱਥੇ ਬਹੁਤ ਤਣਾਅ ਵਾਲੀ ਸਥਿਤੀ ਹੈ ਇਸ ਸਮੇਂ। ਕੋਸ਼ਿਸ਼ਾਂ ਤੇ ਹੋ ਰਹੀਆਂ ਨੇ ਕਿ ਉਹਨਾਂ ਦਲਿਤਾਂ ਨੂੰ ਵਾਪਸ ਲਿਆਂਦਾ ਜਾਵੇ, ਪਰ ਉਹ ਮੰਨਣ ਨੂੰ ਤਿਆਰ ਨਹੀਂ। ਪਰ ਇਸ ਮੁਲਕ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਸ਼ਰਮਸਾਰੀ ਨਹੀਂ ਕਰਦੀਆਂ, ਡਰਾਉਂਦੀਆਂ ਵੀ ਹੈ, ਰੂਹ ਨੂੰ ਕੰਬਾ ਦਿੰਦੀਆਂ। ਆ ਪਿੱਛੇ ਜੀ ਇੱਕ ਖਬਰ ਆਈ ਸੀ ਕਿ ਇੱਕ ਦਲਿਤ ਨੌਜਵਾਨ ਨੇ ਜਾ ਕੇ ਆਟੇ ਵਾਲੀ ਚੱਕੀ ਤੇ ਆਟਾ ਚੁੱਕ ਲਿਆ ਜਾ ਕੇ ਪੁੜ ਤੋਂ, ਤੇ ਉੱਥੇ ਇੱਕ ਮਾਸਟਰ ਸੀਗਾ ਜਿਹੜਾ ਸਵਰਨ ਜਾਤੀ ਨਾਲ ਸੰਬੰਧਿਤ ਸੀ, ਉਹਨੇ ਉਹਦੀ ਧੌਣ ਹੀ ਲਾ ਕੱਤੀ, ਉਹਦਾ ਸਿਰ ਹੀ ਧੜ ਨਾਲ ਜੁਦਾ ਕਰ ਦਿੱਤਾ ਕਿ ਤੇਰੀ ਜ਼ਰੂਰਤ ਕਿਵੇਂ ਪਈ ਸਵਰਨ ਜਾਤੀ ਦੀ ਚੱਕੀ ਨੂੰ ਛੋਣ ਦੀ। ਇੱਥੇ ਇਹੋ ਜਿਹੀ ਵੀ ਘਟਨਾ ਵਾਪਰੀ ਕਿ ਇੱਕ ਦਲਿਤ ਨੌਜਵਾਨ ਨੇ ਲੂੰਗੀ ਬੰਨ ਲਈ ਤੇ ਲੂੰਗੀ ਹੈ ਜਿਹੜੀ ਗਿੱਟਿਆ ਤੋਂ ਤਾਂ ਚੁੱਕ ਲਈ, ਉਹਦੇ ਗਿੱਟੇ ਵੱਢ ਦਿੱਤੇ ਗਏ। ਸੋ ਇਹ ਸਾਰੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ,
ਬਹੁਤ ਸ਼ਰਮਸਾਰ ਕਰਦੀਆਂ। ਸਾਡਾ ਪ੍ਰਧਾਨ ਮੰਤਰੀ ਕਹਿੰਦਾ ਕਿ ਦਲਿਤਾਂ ਨੂੰ ਕੁਛ ਨਾ ਆਖੋ, ਮੈਨੂੰ ਚਾਹੇ ਗੋਲੀ ਮਾਰ ਦਿਓ, ਪਰ ਉਹ ਸਿਰਫ ਆਉਂਦਾ ਹੀ ਹੈ। ਇਹਦੇ 'ਤੇ ਕੋਈ ਐਕਸ਼ਨ, ਕੋਈ ਇਹੋ ਜਿਹਾ ਇਸ ਤਰ੍ਹਾਂ ਦਾ ਕੋਈ ਵੀ ਢਾਂਚਾ ਤਿਆਰ ਨਹੀਂ ਕਰਦਾ ਜਿਹਦੇ 'ਚ ਦਲਿਤ ਹੈ ਜਿਹੜੇ ਉਹ ਆਪਣੇ ਆਪ ਨੂੰ ਨਾ ਸਿਰਫ ਸੁਰੱਖਿਅਤ ਬਲਕਿ ਬਰਾਬਰ ਮਹਿਸੂਸ ਕਰਨ। ਇਹੋ ਜਿਹੇ ਸਿਰਫ ਬਿਆਨ ਉਹ ਅਖਬਾਰੀ ਹੈ, ਉਹ ਕਦੇ ਵੀ ਧਰਾਤਲ 'ਤੇ ਉਤਰ ਕੇ ਅਸਰਦਾਇਕ ਨਹੀਂ ਹੁੰਦੇ। ਲੀਡਰ ਤਾਂ ਸਿਰਫ ਲੀਡਰ ਹੈ ਜਿਹੜੇ ਉਹ ਸਿਆਸਤ ਕਰਨ ਜੋਗੇ ਆ। ਜੀ 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 ਅਤੇ ਅਗਲੇ ਮਿੰਟੂ ਜੀ ਆਪਾਂ ਜੇ ਗੱਲਬਾਤ ਕਰੀਏ ਵੀ ਇਲੈਕਸ਼ਨ ਨੇੜੇ ਆਉਂਦਿਆਂ ਹੀ ਜਿਹੜੇ ਸਰਵੇਖਣਾਂ ਦੀ ਭਰਮਾਰ ਹੋਈ ਪਈ ਹੈ। ਮੈਂ ਤਾਂ ਆਪਦੀ ਭਾਸ਼ਾ 'ਚ ਇਹਨਾਂ ਨੂੰ ਸਰਵੇਖਣ ਨਹੀਂ ਖੇਖਣ ਕਹਿੰਦਾ ਹੁੰਦਾ ਕਿ ਖੇਖਣੇ ਆ। ਇਹਨਾਂ ਦੇ ਵਿੱਚ ਉਹ ਬਹੁਤ ਸਾਰਾ ਮਸਾਲਾ ਉਹੋ ਜਿਹਾ ਹੁੰਦਾ ਜਿਹੜਾ ਆਪ ਤਿਆਰ ਕੀਤਾ ਜਾਂਦਾ। ਆਪ ਤਿਆਰ ਕਰਨ ਤੋਂ ਭਾਵ ਆ ਕਿ ਜਿਹਦੀ ਖਾਓ ਬਾਜਰੀ ਉਹਦੀ ਭਰੋ ਹਾਜ਼ਰੀ, ਜਿਹਦੇ ਤੋਂ ਮਾਲ ਪੱਤਾ ਲੈ ਲਿਆ ਉਹਦੇ ਹੱਕ ਦੇ ਵਿੱਚ ਉਹ ਮਸਾਲਾ ਤਿਆਰ ਕਰ ਦਿੱਤਾ। ਪਰ ਅੱਜ ਸਰਵੇਖਣ ਕੋਈ ਇੱਕ ਨਹੀਂ ਆਇਆ, ਸਰਵੇਖਣ 3 ਆਇਆ। ਮਾਫ ਕਰਨਾ ਰਾਜਕਰਮੀ ਜੀ, ਡਬਲਿੰਗ ਆਵਾਜ਼ ਮੇਰੀ ਸੁਣਾਈ ਵਾਪਸ ਸੁਣਾਈ ਦੇ। ਜੀ ਜੀ ਮੈਂ ਦੇਖਦਾ ਜੀ। ਚਲੋ ਜੀ ਜੀ ਮਿੰਟੂ ਜੀ। ਹਾਂ ਜੀ ਜੀ ਤੇ ਇਹ ਇੱਕ ਨਹੀਂ, ਇਸ ਵਾਰੀ 3 ਸਰਵੇਖਣ ਅੱਜ ਇਕੱਠੇ ਆ ਗਏ ਆ। ਇਹਨਾਂ ਦੇ ਵਿੱਚ ਪਹਿਲਾ ਸਰਵੇਖਣ ਕੀਤਾ ਅੱਜ ਤੱਕ ਵਾਲਿਆਂ ਨੇ, ਅੱਜ ਤੱਕ ਚੈਨਲ ਹੈ ਜਿਹੜਾ ਬਹੁਤ ਵੱਡਾ ਚੈਨਲ ਹੈ, ਖਬਰੀ ਚੈਨਲ ਹੈ। ਦੂਜਾ ਜਿਹੜਾ ਇੱਥੇ ਸਾਡੇ ਜੀ ਪੰਜਾਬ ਹਰਿਆਣਾ ਹਿਮਾਚਲ ਵਾਲਿਆਂ ਦਾ, ਜਿਹਨਾਂ ਲਈ ਬੈਂਸ ਬ੍ਰਦਰਸ ਹੋਰਾਂ ਨੇ ਜੰਗ ਛੇੜੀ ਸੀ ਤੇ ਮੁੜ ਕੇ ਬੈਂਸ ਬ੍ਰਦਰਸ ਹੋ ਰਹੇ, ਉਹਨਾਂ ਦੇ ਵੀ ਉਲਟ ਹੋ ਗਏ ਸੀ ਕਿਉਂਕਿ ਇਸ ਚੈਨਲ ਦੇ ਵੀ ਕਈ ਚਰਚੇ ਆ। ਤੀਸਰਾ ਕੀਤਾ ABP ਨਿਊਜ਼ ਵਾਲਿਆਂ ਨੇ, ਕੌਮੀ ਚੈਨਲ ਵਾਲਿਆਂ ਨੇ। ਇਹ 3 ਸਰਵੇ ਅੱਜ ਆਏ ਆ। ਇਹਨਾਂ 3 ਸਰਵਿਆਂ ਦਾ ਮੈਂ ਤੁਹਾਨੂੰ ਅੰਕੜੇ ਦੱਸ ਦਿੰਦਾ, ਜਿਹਨੇ ਯਕੀਨ ਕਰਨਾ ਹੋਇਆ ਕਰ ਲਿਓ, ਜਿਹਨੇ ਇਹਨਾਂ ਨੂੰ ਪਰੇ ਸੁੱਟਣਾ ਹੋਇਆ ਪਰੇ ਵੀ ਸੁੱਟ ਸਕਦਾ, ਇਹਦੇ 'ਚ ਕੋਈ ਪਾਬੰਦੀ ਵਾਲੀ ਗੱਲ ਨਹੀਂ ਕਿ ਜੇਬ 'ਚ ਹੀ ਪਾਉਣੇ ਆ। ਅੱਜ ਤੱਕ ਵਾਲਿਆਂ ਨੇ ਕਾਂਗਰਸ ਨੂੰ 60 ਤੋਂ 65 ਦਿੱਤੀਆਂ, ਆਮ ਆਦਮੀ ਪਾਰਟੀ ਨੂੰ 41 ਤੋਂ 44 ਦਿੱਤੀਆਂ, ਅਕਾਲੀ ਦਲ ਨੂੰ ਉਹਨਾਂ ਨੇ 11 ਤੋਂ 15 ਦੇ ਦਰਮਿਆਨ ਰੱਖਿਆ, ਆਦਰਸ਼ ਨੂੰ ਉਹਨਾਂ ਨੇ 0 ਤੋਂ 2 ਦਿੱਤੀਆਂ। ਜਿਹੜੇ ਜੀ ਪੰਜਾਬ ਹਰਿਆਣਾ ਹਿਮਾਚਲ ਵਾਲੇ ਆ, ਉਹਨਾਂ ਨੇ ਕਾਂਗਰਸ ਨੂੰ 53 ਤੋਂ 58 ਦੇ ਵਿਚਾਲੇ ਰੱਖਿਆ, ਆਮ ਆਦਮੀ ਪਾਰਟੀ ਨੂੰ 33 ਤੋਂ 28 ਦੇ ਵਿਚਾਲੇ ਰੱਖਿਆ, ਅਕਾਲੀ ਦਲ ਨੂੰ 25 ਤੋਂ 33 ਦੇ ਦਰਮਿਆਨ ਸਮੇਟਿਆ, ਜਦਕਿ ਆਦਰਸ਼ ਨੂੰ ਉਹਨਾਂ ਨੇ 4 ਤੋਂ 6 ਸੀਟਾਂ ਦਿੱਤੀਆਂ। ਇਸੇ ਤਰ੍ਹਾਂ ABP ਨੇ 47 ਤੋਂ 55 ਕਾਂਗਰਸ ਨੂੰ ਦਿੱਤੀਆਂ, ਆਮ ਆਦਮੀ ਪਾਰਟੀ ਨੂੰ 26 ਤੋਂ 34 ਦੇ ਦਰਮਿਆਨ ਰੱਖਿਆ, ਅਕਾਲੀ ਦਲ ਨੂੰ 28 ਤੋਂ 36 ਦਰਮਿਆਨ ਰੱਖਿਆ, ਹੋਰਾਂ ਨੂੰ ਉਹਨਾਂ ਨੇ ਕੁਛ ਵੀ ਨਹੀਂ ਦਿੱਤਾ। ਸੋ ਇਹਦੇ ਵਿੱਚ ਇੱਕ ਚੀਜ਼ ਜਿਹੜੀ ਉਹ ਕਾਮਨ ਹੈ ਰਾਜਕਰਨਵੀਰ ਸਿੰਘ ਜੀ, ਕਿ ਕਾਂਗਰਸ ਜਿਹੜੀ ਹੈ ਉਹ ਝੰਡੀ ਦੇ ਵਿੱਚ ਦਿਖਾਲੀ ਦਿੰਦੀ, ਚਾਹੇ ਆਜ ਤੱਕ ਦਾ ਸਰਵੇ, ਚਾਹੇ ਜੀ ਦਾ, ਚਾਹੇ ABP ਦਾ, ਵੱਖ ਵੱਖ ਚੈਨਲਾਂ ਦੇ ਸਰਵੇ ਦੇ ਵਿੱਚ ਕਾਂਗਰਸ ਜਿਹੜੀ ਹੈ ਉਹ ਸਭ ਤੋਂ ਵੱਡੀ ਪਾਰਟੀ ਦੇ ਰੂਪ 'ਚ ਉੱਭਰਦੀ ਪਈ ਹੈ। ਇੱਕ ਚੈਨਲ ਨੇ ਮੁੱਖ ਮੰਤਰੀਆਂ ਬਾਰੇ ਵੀ ਸਰਵੇ ਕਰਾਇਆ ਕਿ ਕਿੰਨੇ ਫੀਸਦੀ ਲੋਕ ਕਿਹੜੇ ਬੰਦੇ ਨੂੰ ਪਸੰਦ ਕਰਦੇ ਆ, ਤੇ ਉਹਦੇ 'ਚ ਕੈਪਟਨ ਹਮੇਸ਼ਾ ਵਾਂਗ ਜਿਹੜਾ ਕਿ ਹਰੇਕ ਸਰਵੇ 'ਚ ਪਹਿਲੀ ਪਸੰਦ ਹੁੰਦਾ ਲੋਕਾਂ ਦੀ, ਉਹ ਵੀ ਪਹਿਲੀ ਪਸੰਦ ਰਿਹਾ 61% ਨਾਲ। ਬਾਦਲ ਨੂੰ 21% ਲੋਕੀ ਪਸੰਦ ਕਰਦੇ ਮੁੱਖ ਮੰਤਰੀ ਦੇ ਤੌਰ ਤੇ, ਕੇਜਰੀਵਾਲ ਨੂੰ ਵੀ 9%, ਯਾਨੀ 3 ਨੰਬਰ ਤੇ ਲੋਕ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਤੌਰ ਤੇ ਪਸੰਦ ਕਰਦੇ ਆ, ਇਹ ਕਮਾਲ ਦਾ ਮੇਰੇ ਲਈ ਅੰਕੜਾ ਹੈ। ਭਗਵੰਤ ਮਾਨ ਨੂੰ 6%, ਸੁਖਬੀਰ ਸਿੰਘ ਨੂੰ 6% ਤੇ ਸੁੱਚਾ ਸਿੰਘ ਛੋਟੇਪੁਰ ਨੂੰ 1% ਲੋਕ ਹੈ ਜਿਹੜੇ ਉਹ ਮੁੱਖ ਮੰਤਰੀ ਦੇ ਤੌਰ ਤੇ ਚਾਹੁੰਦੇ ਆ। ਸੋ ਇਹ ਕੁਛ ਅੰਕੜੇ ਆ, ਕੁਛ ਫਿਗਰਸ ਆ, ਪਰ ਮੈਂ ਤੁਹਾਨੂੰ ਦੱਸ ਦੇਵਾਂ ਕਿ 48 ਘੰਟੇ ਪਹਿਲਾਂ ਇੱਥੇ ਰੋਕ ਲੱਗ ਜਾਣੀ ਆ। ਸੋ ਜ਼ਰਾ ਜੀ ਗੱਲ ਹੈ, ਜਿਹਦਾ ਜ਼ੋਰ ਲੱਗਦਾ ਉਹਨੇ ਅੱਜ ਇਹ ਸਰਵੇਖਣ ਕਰ ਦੇਣਾ। ਪਰ ਸਰਵੇਖਣਾਂ ਦੇ ਹਸ਼ਰ ਹੈ ਜਿਹੜੇ ਉਹ ਅਸੀਂ ਨਵੀਂ ਦਿੱਲੀ ਇਲੈਕਸ਼ਨ ਦੇ ਵਿੱਚ ਵੀ ਵੇਖ ਚੁੱਕੇ ਹਾਂ, ਜਦੋਂ ਉਹਨਾਂ ਨੇ ਸਾਰੀਆਂ ਪੁਰਾਣੀਆਂ ਜਿਹੜੀਆਂ ਇਹ ਜਿਹੀਆਂ ਇਤਿਹਾਸਿਕ ਚੀਜ਼ਾਂ ਸੀ ਸਰਵੇਖਣਾਂ ਨਾਲ ਜੁੜੀਆਂ ਸਾਰੀਆਂ ਰੋਲ ਕੇ ਰੱਖ ਦਿੱਤੀਆਂ ਸੀ। ਐਨ 24 ਘੰਟਿਆਂ ਤੋਂ ਪਹਿਲਾਂ ਕੋਈ ਮੰਨਦਾ ਹੀ ਨਹੀਂ ਸੀ ਕਿ ਆਮ ਆਦਮੀ ਪਾਰਟੀ ਵਾਲੇ 30-35 ਤੋਂ ਅੱਗੇ ਵੱਧ ਜਾਣਗੇ, 40 ਤੋਂ ਅੱਗੇ ਵੱਧ ਜਾਣਗੇ, ਤੇ ਉਹਨਾਂ ਨੇ ਉੱਥੇ ਝਾੜ ਹੀ ਦਿੱਤਾ ਸਾਰਿਆਂ ਨੂੰ, ਉਹਨਾਂ ਨੇ ਛੱਡਿਆ ਹੀ ਕੁਛ ਨਹੀਂ, 17 ਚੋਂ 67 ਲੈ ਕੇ। ਜਦਕਿ ਇੱਕ ਜਲਵਾ ਤੁਸੀਂ ਅਮਰੀਕਾ ਵਾਲਿਆਂ ਨੇ ਵੀ ਵੇਖਿਆ ਕਿ ਇੱਥੇ ਜਿਹੜੇ ਸਰਵੇਖਣ ਸੀ ਉਹ ਜੇ ਉਹਨਾਂ ਦੀ ਆਪਾਂ ਮੰਨਦੇ, ਉਹ ਜੇ ਸੱਚੇ ਹੁੰਦੇ, ਤੇ ਇੱਥੇ ਤੁਹਾਡੀ ਪ੍ਰੈਜੀਡੈਂਟ ਜਿਹੜੀ ਹਿਲੇਰੀ ਕਲਿੰਟਨ ਹੁੰਦੀ, ਤੇ ਸ਼ਾਇਦ ਉਹ USA ਦੇ ਇਤਿਹਾਸ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਵੀ ਹੁੰਦੀ। ਪਰ ਸਰਵੇਖਣ ਅੰਕੜੇ ਆ ਜਿਹੜੇ ਉਹ ਹਮੇਸ਼ਾ ਸੱਚਾਈ ਦੇ ਨੇੜੇ ਨਹੀਂ ਪਹੁੰਚਦੇ। ਹਾਂ, ਥੋੜੀ ਬਹੁਤ ਤਸਵੀਰ ਸਪਸ਼ਟ ਕਰ ਜਾਂਦੇ ਆ। ਉਸ ਤਸਵੀਰ ਦੇ ਵਿੱਚੋਂ ਇੱਕ ਚੀਜ਼ ਜਿਹੜੀ ਪ੍ਰਤੱਖ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦੀ ਹੈ, ਉਹ ਇਹ ਹੈ ਕਿ ਇਸ ਸਮੇਂ ਜਿਹੜੀ ਚੋਟ ਹੋ ਰਹੀ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਦਰਮਿਆਨ, ਤੀਜੀ ਧਿਰ ਹੈ ਜਿਹੜੀ ਉਹ ਇਸ ਮੁਕਾਬਲੇ ਚੋਂ ਲਗਭਗ ਆਊਟ ਆ।
ਜੀ 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 ਅਤੇ ਅਗਲੀ ਆਪਾਂ ਗੱਲ ਕਰੀਏ ਵੀ ਜਿੱਦਾਂ ਤੁਸੀਂ ਕਿਹਾ ਵੀ ਤੀਜੀ ਧਿਰ ਆਲਮੋਸਟ ਆਊਟ ਆ ਅਤੇ ਉਹਨਾਂ ਦੇ ਹੀ ਜਿਹੜੇ ਮੁਖੀ ਆ ਸੁਖਬੀਰ ਬਾਦਲ ਜੇ ਉਹਨਾਂ ਨੇ ਬਦਜ਼ਬਾਨੀ ਵੀ ਕੀਤੀ ਆ ਇਕੱਲੀ ਇਹੀ ਨਹੀਂ ਪੰਜਾਬ ਦੇ ਲੀਡਰਾਂ ਦੇ ਵਿੱਚ ਇਹ ਜਿਹੜੀ ਬਦਜ਼ਬਾਨੀ ਕਾਫੀ ਵਧੀ ਹੋਈ ਆ ਅਤੇ ਸੁਖਬੀਰ ਖਿਲਾਫ਼ ਇਨਫੈਕਟ ਕਿਸੇ ਨੇ ਮਾਣਹਾਨੀ ਪਟੀਸ਼ਨ ਵੀ ਦਾਇਰ ਕੀਤੀ ਆ। ਦੇਖੋ ਇਹ ਮਾੜਾ ਪੱਖ ਹੈ ਸਾਡੀ ਰਾਜਨੀਤੀ ਦਾ। ਪੰਜਾਬ ਦੀ ਰਾਜਨੀਤੀ ਕੁਛ ਸਮੇਂ ਪਹਿਲਾਂ ਤੱਕ ਇਸ ਪੱਖੋਂ ਥੋੜ੍ਹੀ ਜਿਹੀ ਭਾਰੀ ਸੀਗੀ, ਥੋੜ੍ਹੀ ਜਿਹੀ ਵਜ਼ਨਦਾਰ ਸੀਗੀ ਕਿ ਲੋਕ ਸਿਆਸਤਦਾਨ ਜਿਹੜੇ ਆ ਉਹ ਇੰਨੇ ਨੀਵੇਂ ਪੱਧਰ 'ਤੇ ਜਾ ਕੇ ਬਿਆਨਬਾਜ਼ੀ ਨਹੀਂ ਸਨ ਕਰਦੇ। ਸੁਖਬੀਰ ਸਿੰਘ ਬਾਦਲ ਨੂੰ ਤਾਂ ਪਤਾ ਨਹੀਂ ਕੀ ਹੋ ਗਿਆ, ਜੇ ਅੰਮ੍ਰਿਤਸਰ ਦੇ ਵਿੱਚ ਜਾਂਦਾ ਤਾਂ ਉੱਥੇ ਕਹਿ ਜਾਂਦਾ ਕਿ ਅਸੀਂ ਅੰਮ੍ਰਿਤਸਰ ਨੂੰ ਸਭ ਤੋਂ ਬਦਸੂਰਤ ਸ਼ਹਿਰ ਬਣਾਉਣਾ। ਜੇ ਆਪਦੇ ਇਲਾਕੇ ਦੇ ਵਿੱਚ ਜਾਂਦਾ ਜਲਾਲਾਬਾਦ ਤਾਂ ਉੱਥੇ ਲੋਕਾਂ ਨੂੰ ਕਹਿ ਦਿੰਦਾ ਕਿ ਜੀ ਅਕਾਲੀ ਸਭ ਤੋਂ ਮਾੜੀ ਪਾਰਟੀ ਹੈ। ਫਿਰ ਇਹ ਵੀ ਕਹਿ ਦਿੰਦਾ ਕਿ ਅਸੀਂ ਬੜੀ ਮਿਹਨਤ ਨਾਲ ਪੰਜਾਬ ਦੀ ਸ਼ਾਂਤੀ ਭੰਗ ਕੀਤੀ ਹੈ। ਇੱਥੋਂ ਤੱਕ ਕਿ ਪ੍ਰੈਸ ਨੋਟ ਦੇ ਵਿੱਚ ਵੀ ਇਹ ਲਿਖ ਕੇ ਘੱਲ ਦਿੱਤਾ ਜਾਂਦਾ ਜੀ ਕਿ ਪੰਜਾਬ ਦੀ ਸ਼ਾਂਤੀ ਨੂੰ ਭੰਗ ਕੀਤਾ ਜਿਹੜਾ ਉਹ ਅਕਾਲੀ ਅਤੇ ਕਾਂਗਰਸ ਪਾਰਟੀ ਨੇ ਕੀਤਾ, ਲਿਖਣਾ ਤੇ ਆਮ ਆਦਮੀ ਪਾਰਟੀ। ਪਤਾ ਨਹੀਂ ਕਿਉਂ ਸੁਖਬੀਰ ਸਿੰਘ ਬਾਦਲ ਦੀ ਜ਼ੁਬਾਨ ਵਾਰ ਵਾਰ ਵਲ ਖਾਂਦੀ ਪਈ ਹੈ। ਅੱਜ ਇਸ ਜ਼ੁਬਾਨ ਨੇ ਏਡਾ ਵਲ ਖਾਧਾ ਕਿ ਮੈਂ ਦੱਸ ਨਹੀਂ ਸਕਦਾ। ਉਹ ਸ਼ਬਦ ਅਸੀਂ ਮਾਈਕ ਤੇ ਬੋਲ ਨਹੀਂ ਸਕਦੇ, ਮਾਈਕ ਤੇ ਸੁਣ ਨਹੀਂ ਸਕਦੇ ਜੋ ਇਹਨੇ ਆਮ ਆਦਮੀ ਪਾਰਟੀ ਪ੍ਰਤੀ ਬੋਲ ਦਿੱਤਾ। ਅਸੀਂ ਉਹਨੂੰ ਪੰਜਾਬੀ ਭਾਸ਼ਾ 'ਚ ਗਾਲ ਕੱਢਦੇ ਹਾਂ, ਗਾਲ ਕਹਿੰਦੇ ਹਾਂ। ਉਹ ਗਾਲ ਇਹਨੇ ਕੱਢ ਕੇ ਕਿਹਾ ਕਿ ਇਹਨਾਂ ਨੂੰ ਇੱਥੇ ਪਿੰਡਾਂ 'ਚ ਵੜਨ ਨਾ ਦਿਓ। ਸਿੱਧੇ ਤੌਰ 'ਤੇ ਇਹ ਉਕਸਾਵਾ ਹੈ। ਜਿਸ ਤਰ੍ਹਾਂ ਇਹਨਾਂ ਦਾ ਇੱਕ ਲੀਡਰ ਹੈ ਲੋਧੀ ਨੰਗਲ ਔਰ ਦੂਸਰਾ ਵਿਰਸਾ ਸਿੰਘ ਬਲਟੋਆ, ਜਿਵੇਂ ਉਹਨਾਂ ਨੇ ਕਿਹਾ ਸੀਗਾ ਇਹਨਾਂ ਨੂੰ ਫਲਾਣੇ ਨੂੰ ਇੱਥੇ ਵੜਨ ਨਾ ਦਿਓ, ਉਸੇ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਬਿਆਨ ਅਸੀਂ ਯੂਪੀ ਦੀ ਰਾਜਨੀਤੀ ਜਾਂ ਬਿਹਾਰ ਦੀ ਰਾਜਨੀਤੀ 'ਚ ਸੁਣਦੇ ਹੁੰਦੇ ਸਾਂ, ਉਹ ਪੰਜਾਬ ਦੀ ਰਾਜਨੀਤੀ 'ਚ ਸੁਣਿਆ। ਔਰ ਕਮਾਲ ਦੀ ਗੱਲ ਹੈ ਔਰ ਦੁੱਖ ਦੀ ਗੱਲ ਹੈ ਕਿ ਕਿਸੇ ਵੀ ਵਿਰੋਧੀ ਧਿਰ ਦੇ ਲੀਡਰ ਨੇ ਉਹਨੂੰ ਕ੍ਰਿਟੀਸਾਈਜ਼ ਨਹੀਂ ਕੀਤਾ, ਜਦਕਿ ਹੱਕ ਬਣਦਾ ਕਾਂਗਰਸੀਏ ਵੀ ਉਹਨੂੰ ਕਹਿਣ ਕਿ ਭਾਈ ਇਸ ਤਰ੍ਹਾਂ ਨਿਮਾਣਾ ਵਾਲੇ ਨਾ ਚੱਲੀਏ। ਆਮ ਆਦਮੀ ਪਾਰਟੀ ਵਾਲੇ ਵੀ ਕ੍ਰਿਟੀਸਾਈਜ਼ ਕਰਨ, ਜੇ ਦੂਸਰੇ ਆ ਸੁੱਚਾ ਸਿੰਘ ਛੋਟੇਪੁਰ ਜਾਂ ਵੱਡੇਪੁਰ, ਉਹ ਸਾਰੇ ਕਹਿਣ ਕਿ ਭਾਈ ਗਾਲਾਂ ਵਾਲਾ ਜੇ ਮੰਤਰ ਆਪਾਂ ਵਿੱਚ ਲੈ ਆਉਂਦਾ ਤਾਂ ਫਿਰ ਤਾਂ ਕੋਈ ਵੀ ਨਹੀਂ ਬਚੇਗਾ, ਫਿਰ ਤਾਂ ਸਾਰੇ ਹੀ ਇੱਕ ਦੂਜੇ ਦੀਆਂ ਧੀਆਂ ਭੈਣਾਂ ਨੂੰ ਪੁੰਨ ਤੁਰ ਪੈਣਗੇ। ਇੱਥੋਂ ਤੱਕ ਨਾ ਪੜੋ, ਰਾਜਨੀਤੀ ਕਰੀਏ, ਪਰ ਇੱਥੇ ਸਮਝਾਵੇ ਕਿਹੜਾ? ਇੱਥੇ ਸਾਰਾ ਵਿਹੜਾ ਹੀ ਹੈ ਜਿਹੜਾ ਉਹ ਹਿੱਲਿਆ ਫਿਰਦਾ ਹੈ। ਅੱਜ ਕੈਪਟਨ ਇੱਥੇ ਮਲੋਟ ਦੇ ਵਿੱਚ ਆਇਆ, ਉਹਨੇ ਫਿਰ ਉਹੀ ਗੱਲ, ਉਹੀ ਉਹਦੇ ਬੋਲ, ਇਹਨੂੰ ਮੈਂ ਕੁੱਟਣਾ, ਬਾਬੇ ਨੂੰ ਮੈਂ ਕੁੱਟਣਾ, ਛੱਡਣਾ ਨਹੀਂ, ਇਹ ਕਰ ਦੋ, ਉਹ ਕਰ ਦੋ, ਯੋ ਕਰ ਦੋ। ਜੇ ਅਰਵਿੰਦ ਕੇਜਰੀਵਾਲ ਬੋਲਿਆ ਤਾਂ ਉਹ ਬੋਲਿਆ ਕਹਿੰਦਾ ਜੀ ਕੈਪਟਨ ਦੇ ਪਿਓ ਦਾ ਪੰਜਾਬ ਆ। ਹਾਲਾਂਕਿ ਜਿਹੜੇ ਬਿਆਨ ਨੂੰ ਕੋਟ ਕਰਦਾ ਪਿਆ ਕਿ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਜੀ ਕਿ ਐਨਆਰਆਈਜ਼ ਅਸੀਂ ਇੱਥੇ ਭੋਗਾਂ 'ਤੇ ਵੀ ਨਹੀਂ ਆਉਂਦੇ ਨੇ ਜੇ ਸਾਡੀ ਸਰਕਾਰ ਬਣ ਜੂ, ਜਦਕਿ ਉਹ ਜਿਹੜਾ ਬਿਆਨ ਆ ਉਹ ਕਿਸੇ ਨੇ ਫੇਕ ਤਿਆਰ ਕੀਤਾ। ਜੀ ਜੀ ਜੀ, ਉਹ ਬਿਆਨ ਇੱਥੇ ਪੰਜਾਬ ਦੀ ਰਾਜਨੀਤੀ 'ਚ ਕਿਸੇ ਨੇ ਦਿੱਤਾ ਹੀ ਨਹੀਂ। ਇੰਨੀ ਕਿਸੇ ਦੀ ਜ਼ਰੂਰਤ ਹੀ ਨਹੀਂ ਪੈ ਸਕਦੀ ਕਿ ਉਹ ਐਨਆਰਆਈਜ਼ ਬਾਰੇ ਇਹੋ ਜਿਹਾ ਬਿਆਨ ਦੇ ਦੇਵੇ। ਕਿਸੇ ਕੋਲ ਉਸ ਅਖਬਾਰ ਦਾ ਸੋਰਸ ਨਹੀਂ। ਕਾਂਗਰਸ ਨੇ ਉਸ ਬਿਆਨ ਨੂੰ ਰੱਦਿਆ ਕਿ ਸਾਡੇ ਵੱਲੋਂ ਕਿਤੇ ਵੀ ਨਾ ਬਿਆਨ ਦਿੱਤਾ ਗਿਆ, ਨਾ ਬਿਆਨ ਜਾਰੀ ਕੀਤਾ ਗਿਆ। ਪਰ ਉਸ ਬਿਆਨ ਨੂੰ ਕੋਟ ਕਰਦਿਆਂ ਅਰਵਿੰਦ ਕੇਜਰੀਵਾਲ ਵੀ ਇਸ ਤੱਕ ਬੋਲ ਗਿਆ ਕਿ ਇਹ ਕੈਪਟਨ ਦੇ ਪਿਓ ਦਾ ਥੋੜੀ ਪੰਜਾਬ ਆ। ਜੇ ਨਵਜੋਤ ਸਿੱਧੂ ਦੀ ਗੱਲ ਕਰੀਏ, ਉਹ ਵੀ ਬਹੁਤ ਗਾਂਹ ਤੱਕ ਚਲੇ ਗਿਆ। ਨਵਜੋਤ ਸਿੱਧੂ ਨੇ ਕਿਹਾ ਸਾਡਾ ਲਾੜਾ ਸਿਰੇ ਬੰਨ ਕੇ ਮੁੱਛਾਂ ਤਾਂ ਕਰਕੇ ਘੋੜੀ ਤੇ ਚੜ ਕੇ ਦਗੜ 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 ਕਰਕੇ ਆ ਗਿਆ, ਹੁਣ ਤੁਸੀਂ ਆਪਦੀ ਦੁਲਹਨ ਕੱਢੋ। ਉਹਦੇ ਕਹਿਣ ਦਾ ਮਤਲਬ ਆਮ ਆਦਮੀ ਪਾਰਟੀ ਨੂੰ ਕਿ ਤੁਸੀਂ ਵੀ ਆਪਣਾ ਮੁੱਖ ਮੰਤਰੀ ਦਾ ਜਿਹੜਾ ਦਾਅਵੇਦਾਰ ਦੱਸੋ। ਸੋ ਇੱਥੋਂ ਤੱਕ ਤੁਰੇ ਜਾਂਦੇ ਆ ਕਿ ਪਿੱਛੇ ਜੇ ਤੁਹਾਨੂੰ ਪਤਾ ਨਵਜੋਤ ਸਿੱਧੂ ਬਾਰੇ ਸੁਖਬੀਰ ਸਿੰਘ ਬਾਦਲ ਨੇ ਬੋਲਿਆ ਸੀਗਾ ਕਿ ਇੱਥੇ 6 ਮਹੀਨਿਆਂ ਬਾਅਦ ਮਾਂ ਬਦਲ ਲੈਂਦਾ। ਉਹਨੇ ਜੋ ਅੱਗੋਂ ਕਿਹਾ ਸੀ ਉਹ ਕਹਿੰਦਾ ਜੀ ਚੱਲੇ ਹਾਥੀ ਵਿੱਚ ਬਾਜ਼ਾਰ, ਹੁਣ ਅੱਗੋਂ ਮੈਂ ਕੀ ਕਵਾਂ, ਅੱਗੋਂ ਤਾਂ ਕਹਿਣ ਨੂੰ ਸ਼ਬਦ ਹੈ ਜਿਹੜੇ ਥੁੜ ਜਾਂਦੇ ਆ। ਇਸ ਤਰ੍ਹਾਂ ਇਹ ਜਿਹੜੀ ਭਾਸ਼ਾ ਬਦਜ਼ੁਬਾਨੀ ਹੈ ਬਹੁਤ ਹੀ ਜ਼ਿਆਦਾ ਹੇਠਲੇ ਦਰਜੇ 'ਤੇ ਚਲੇ ਗਈ ਹੈ। ਪਰ ਕੀ ਕਰੀਏ, ਹੁਣ ਇਹਦੇ ਤੋਂ ਸੁਧਾਰ ਦੀ ਨਹੀਂ ਉਮੀਦ ਰੱਖ ਸਕਦੇ। ਹੁਣ ਤਾਂ ਇਹ ਡਰ ਆ ਕਿ ਹੋਰ ਨਿਗਾਰ ਨਾ ਆਵੇ, ਹੋਰ ਥੱਲੇ ਨੂੰ ਨਾ ਜਾਣ, ਉੱਤੇ ਨੂੰ ਤਾਂ ਇਹਨਾਂ ਨੇ ਕੀ ਜਾਣਾ। ਦੂਜੇ ਪਾਸੇ ਸੁਖਬੀਰ ਸਿੰਘ ਜਿਵੇਂ ਕਹਿੰਦੇ ਨਾ ਜਵਾਨ ਦਾ ਖੱਟਿਆ ਖਾਂਦਾ ਬੰਦਾ, ਤੇ ਜਵਾਨ ਦਾ ਖੱਟਿਆ ਸੁਖਬੀਰ ਸਿੰਘ ਬਾਦਲ ਨੂੰ ਤੇ ਖਾਣਾ ਪੈ ਰਿਹਾ। ਅੱਜ ਆਰਪੀ ਸਿੰਘ ਜਿਨ੍ਹਾਂ ਬਾਰੇ ਇਹਨੇ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਕਿ ਅੱਤਵਾਦੀ ਹੈ, ਇਹਦੇ ਘਰ ਜਾ ਕੇ ਅਰਵਿੰਦ ਕੇਜਰੀਵਾਲ ਪਰੌਂਠੇ ਖਾ ਕੇ ਆਇਆ, ਇਹਦੇ ਘਰੇ ਨਾਸ਼ਤਾ ਕਰਕੇ ਆਇਆ, ਉਹਨੇ ਅੱਜ ਮਾਣਹਾਨੀ ਦੀ ਪਟੀਸ਼ਨ ਦਾਇਰ ਕਰ ਦਿੱਤੀ ਹੈ। ਔਰ ਜਿਸ ਤਰੀਕੇ ਦੇ ਇੱਥੇ ਬਿਆਨ ਦਿੱਤੇ ਜਾ ਰਹੇ, ਜਿਸ ਤਰੀਕ ਦੇ ਇੱਥੇ ਜਿਸ ਤਰੀਕੇ ਦੇ ਵਿਸ ਘੋਲੇ ਜਾ ਰਹੇ ਆ, ਉਹ ਤੋਂ ਜਾਪਦਾ ਕਿ ਹਾਲੇ ਬਹੁਤ ਕੁਝ ਹੋਣਾ ਬਾਕੀ ਆ। ਜੀ ਜੀ ਜੀ, ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਜਿਹੜੇ ਆ 8 ਧਾਰਮਿਕ ਪੁਰਸ਼ਾਂ ਵੱਲੋਂ ਜਿਹੜੇ ਹਰਨਾਮ ਸਿੰਘ ਧੁੰਮਾ ਤੋਂ ਕਿਨਾਰਾ।
ਦੇਖੋ ਇਹਨਾਂ ਸਾਰਿਆਂ ਨੇ ਰਲ ਕੇ ਸੰਤ ਸਮਾਜ ਬਣਾਇਆ ਸੀ ਰਾਜਕਰਨ ਵੀਰ ਜੀ। ਜੀ ਜੇ 8 ਵਿੱਚੋਂ ਚਲੇ ਗਏ ਫਿਰ ਸੰਤ ਹੀ ਇਕੱਲਾ ਰਹਿ ਗਿਆ, ਸਮਾਜ ਤੇ ਨਾ ਰਿਹਾ, ਸਮਾਜ ਤੇ ਚਲਾ ਗਿਆ। ਜੀ ਸੋ ਇਕੱਲਾ ਸੰਤ ਹਰਨਾਮ ਸਿੰਘ ਧੂਮਾ ਜੀ ਰਹਿ ਗਏ, ਬਾਕੀ ਸਮਾਜ ਚਲਾ ਗਿਆ। ਇਹ ਕਿਉਂ ਹੋਇਆ, ਵੱਖਰੀ ਵਾਂ ਕਿਉਂ ਹੋਇਆ? ਇਹ ਠੀਕ ਉਸੇ ਤਰ੍ਹਾਂ ਹੋਇਆ ਜਿਵੇਂ ਅਜਮੇਰ ਸਿੰਘ ਲੱਖੋਵਾਲ ਨੇ ਆਪਣੇ ਸਾਰੇ ਕਾਰਕੁਨਾਂ ਨੂੰ ਫਤਵਾ ਚਾੜ ਦਿੱਤਾ ਕਿ ਅਕਾਲੀਆਂ ਨੂੰ ਵੋਟ ਪਾ ਦੇ। ਉਹਨਾਂ ਨੇ ਆਖਿਆ ਕਿ ਇਹ ਕੀ ਕਹਾਣੀ ਹੋਈ, ਤੂੰ ਤੇ ਆਪ ਲਾਲ ਬੱਤੀ ਵਾਲੀ ਕਾਰ ਲੈ ਕੇ ਚੜਿਆ ਫਿਰਦਾ, ਢੀਂ ਢੀਂ ਕਰਦਾ, ਕਦੇ ਇੱਧਰ ਚਲੇ ਗਿਆ ਕਦੇ ਉੱਧਰ ਚਲੇ ਗਿਆ। ਲੋਕ ਸਾਨੂੰ ਜੁੱਤੀਆਂ ਮਾਰਦੇ ਪਿੰਡਾਂ 'ਚ ਗਿਆ ਨੂੰ ਕਿ ਤੁਸੀਂ 10 ਸਾਲਾਂ 'ਚ ਸਰਕਾਰ ਦਾ ਹਿੱਸਾ ਰਹਿ ਕੇ ਕੀਤਾ ਕੀ, ਜੇ ਕਿਸਾਨਾਂ ਲਈ ਕੀ ਕੀਤਾ, ਅਸੀਂ ਕੀ ਜਵਾਬ ਦਈਏ? ਤੇ ਉਲਟਾ ਤੂੰ 5 ਸਾਲਾਂ ਲਈ ਫੇਰ ਸਾਨੂੰ ਉਹਨਾਂ ਦੀ ਝੋਲੀ 'ਚ ਪਾਉਣ ਡਿਆ। ਉਹਦੇ ਬਹੁਤ ਸਾਰੇ ਜ਼ਿਲ੍ਹਾ ਮੁਖੀਆਂ ਨੇ ਅਸਤੀਫੇ ਦੇ ਕੇ ਬਗਾਵਤ ਕਰ ਦਿੱਤੀ ਸੀ ਕਿ ਅਸੀਂ ਤੈਨੂੰ ਆਪਣਾ ਲੀਡਰ ਮੰਨਦੇ ਨਹੀਂ। ਇਹੀ ਜੀ ਗੱਲ ਇੱਥੇ ਹੋ ਰਹੀ, ਕਿਉਂਕਿ ਹਰਨਾਮ ਸਿੰਘ ਧੁਮਾ ਨੇ ਸਪਸ਼ਟ ਤੌਰ ਤੇ ਐਲਾਨ ਕਰ ਦਿੱਤਾ ਸੀ ਪਰਸੋਂ ਕਿ ਅਕਾਲੀ ਦਲ ਨੂੰ ਵੋਟ ਪਾਓ। ਹੁਣ ਇਸ ਐਲਾਨ ਨੂੰ ਜੇ ਤੇ ਮੰਨਦੇ ਦੂਸਰੇ ਧਾਰਮਿਕ ਮਹਾਂਪੁਰਖ ਮੰਨਦੇ ਤੇ ਉਹ ਵੀ ਉਸੇ ਰਸੇ ਵੱਜ ਜਾਣੇ ਸੀ ਜਿਹਦੇ ਜਿਹਦੇ 'ਚ ਇਹਨਾਂ ਨੂੰ ਬੰਨਿਆ ਜਾਂਦਾ, ਹਰਨਾਮ ਸਿੰਘ ਧੁਮਾ ਹੋਇਆ ਜਾਂ ਅਕਾਲੀ ਦਲ ਹੋਇਆ। ਸੋ ਇਸ ਕਰਕੇ ਜਿਹੜੇ ਉਹ 8 ਮਹਾਂਪੁਰਖ ਹੈ, ਧਾਰਮਿਕ ਮਹਾਂਪੁਰਖ ਹੈ, ਧਾਰਮਿਕ ਸ਼ਖਸੀਅਤਾਂ ਜਿਹੜੀਆਂ, ਉਹਨਾਂ ਨੇ ਆਪਣੇ ਆਪ ਨੂੰ ਲਹਿਦਾ ਕਰ ਲਿਆ। ਉਹਨਾਂ ਆਖਿਆ ਕਿ ਸਾਡਾ ਇਸ ਬਿਆਨ ਦੇ ਨਾਲ, ਸਾਡਾ ਇਸ ਐਲਾਨ ਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਉਹਨਾਂ ਦੇ ਵਿੱਚ ਬਾਬਾ ਸਰਬਜੋਤ ਸਿੰਘ ਬੇਦੀ ਜੀ ਹੈ, ਹਰੀ ਸਿੰਘ ਰੰਧਾਵੇ ਵਾਲਾ, ਲਖਵੀਰ ਸਿੰਘ ਰਤਵਾੜਾ ਸਾਹਿਬ ਵਾਲਾ, ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲੇ, ਰਾਮ ਸਿੰਘ ਜੀ ਦਮਦਮੀ ਟਕਸਾਲ ਸੰਗਰਾਮਾਂ ਵਾਲੇ, ਇਸ ਤਰ੍ਹਾਂ ਦੇ ਨਾਮ ਆ, ਗੁਰਮੇਲ ਸਿੰਘ ਜੀ ਨਾਨਕਸਰ ਵਾਲੇ, ਇਹ ਜਿਹੜੇ ਵੱਖ ਵੱਖ ਸੰਪਰਦਾਵਾਂ ਦੇ ਇਹ ਮੁਖੀ ਸਨ, ਉਹਨਾਂ ਨੇ ਕਿਨਾਰਾ ਕਰ ਲਿਆ। ਉਹਨਾਂ ਨੇ ਆਖਿਆ ਕਿ ਅਸੀਂ ਇਸ ਬਿਆਨ ਦੇ ਨਾਲ ਨਹੀਂ ਖੜੇ, ਇਸ ਐਲਾਨ ਦੇ ਨਾਲ ਨਹੀਂ ਖੜੇ। ਇਹਦਾ ਮਤਲਬ ਆ ਕਿ ਬਾਬਾ ਧੁੰਮਾ ਇਸ ਐਲਾਨ ਤੇ ਹੁਣ ਇਕੱਲਾ ਹੀ ਖੜਾ ਹੈ ਤੇ ਉਹ ਇਕੱਲਾ ਹੀ ਅਪੀਲ ਕਰਦਾ ਸਾਧ ਸੰਗਤ ਨੂੰ। ਸਾਧ ਸੰਗਤ ਅੱਗੋਂ ਉਸ ਅਪੀਲ ਦਾ ਕੀ ਜਵਾਬ ਦਿੰਦੀ ਹੈ ਉਹ ਸਮਾਂ ਦੱਸੇਗਾ। ਪਰ ਦਿਲਚਸਪ ਗੱਲ ਇੱਕ ਹੋਰ ਆ, ਜਿਸ ਸਮੇਂ ਹਰਨਾਮ ਸਿੰਘ ਧੁੰਮਾ ਨੇ ਇਹ ਅਪੀਲ ਕੀਤੀ ਕਿ ਵੋਟ ਐਤਕੀ ਫਿਰ ਅਕਾਲੀਆਂ ਨੂੰ ਪਾਓ, ਠੀਕ ਉਸੇ ਸਮੇਂ ਰਾਜਕਰਨ ਵੀਰ ਜੀ ਇੱਕ ਅਪੀਲ ਅਕਾਲ ਤਖਤ ਦਾ ਜਥੇਦਾਰ ਕਰਦਾ ਪਿਆ ਸੀ। ਜੀ ਅਕਾਲ ਤਖਤ ਦਾ ਜਥੇਦਾਰ ਕੀ ਅਪੀਲ ਕਰਦਾ ਪਿਆ ਸੀ? ਅਕਾਲ ਤਖਤ ਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਕੇਂਦਰ ਕੋਲੋਂ ਅਪੀਲ ਕਰਦਾ ਪਿਆ ਸੀ ਕਿ ਭਾਈ ਜਿਹੜੀ ਇੱਥੋਂ ਦੀ ਬਾਦਲ ਸਰਕਾਰ ਆ ਉਹ ਬੇਅਦਬੀਆਂ ਰੋਕਣ ਦੇ ਵਿੱਚ ਨਾਕਾਮ ਆ, ਕਿਰਪਾ ਕਰਕੇ ਤੁਸੀਂ ਆਪ ਹੀ ਕੋਈ ਪ੍ਰਬੰਧ ਕਰੋ। ਸੋ ਹੁਣ ਤੁਸੀਂ ਕੀ ਕਰੋਗੇ? ਇੱਕ ਅਪੀਲ ਹਰਨਾਮ ਸਿੰਘ ਜੀ ਧੁੰਮਾ ਕਰ ਰਹੇ ਆ ਕਿ ਅਕਾਲੀ ਦਲ ਨੂੰ ਵੋਟ ਕਰੋ, ਇੱਕ ਅਪੀਲ ਅਕਾਲ ਤਖਤ ਦਾ ਜਥੇਦਾਰ ਕੇਂਦਰ ਨੂੰ ਕਰਦਾ ਪਿਆ ਕਿ ਆ ਕੇ ਬੇਅਦਬੀਆਂ ਤੋਂ ਸਾਨੂੰ ਬਚਾਓ, ਤੁਸੀਂ ਕਿਹਦੀ ਅਪੀਲ ਨੂੰ ਮੰਨੋਗੇ ਤੇ ਕਿਹਨੂੰ ਕਹੋਗੇ ਕਿ ਇਹ ਸੱਚਾ ਸੁੱਚਾ ਧਾਰਮਿਕ ਰਹਿ ਭਰਿਆ? ਜੀ 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 ਬਿਲਕੁਲ। ਅਤੇ ਆਪਾਂ ਅਗਲੀ ਗੱਲ ਕਰੀਏ ਵੀ ਉੱਧਰ ਸਿਰਸੇ ਵਾਲਾ ਜਿਹੜਾ ਝੂਠੇ ਸਾਧ ਵਾਲਾ ਆ ਉਸਨੇ ਸਮਰਥਨ ਦੇ ਉਸ ਦੇ ਉੱਤੇ ਸਸਪੈਂਸ ਬਰਕਰਾਰ। ਉਹ ਤਾਂ ਦੇਖੋ ਉਹਦੇ ਸਸਪੈਂਸ ਆ ਜਿਹੜੇ, ਉਹ ਵਾਕਈ ਸ਼ਬਦ ਤੁਸੀਂ ਵਧੀਆ ਵਰਤਿਆ, ਸਸਪੈਂਸ। ਉਹ ਕਹਿੰਦਾ ਸੀ ਦਿੱਲੀ ਦੇ ਵਿੱਚ ਸਾਡੀ 1,00,000 ਵੋਟ ਆ ਤੇ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਸਕੂਟਰ ਤੇ ਬਹਿ ਕੇ ਅਸੈਂਬਲੀ 'ਚ ਜਾਣ ਜੋਗੀ ਰਹਿ ਗਈ। ਉਹ ਵੀ ਇੱਕ ਸਸਪੈਂਸ ਹੀ ਹੈ ਨਾ ਕਿ ਵੋਟ 1,00,000 ਗਈ ਕਿੱਧਰ। ਕਿੱਧਰ ਫਿਰ ਜੇ ਇਹਨੇ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਸਪੋਰਟ ਕੀਤਾ ਵਿਧਾਨ ਸਭਾ ਚੋਣ ਦੇ ਵਿੱਚ, ਤੇ ਉਹਦੇ 'ਚ ਜਿੱਥੇ ਡੇਰਾ ਸਰਸੇ ਵਾਲਾ ਉੱਥੇ ਸਰਸੇ ਦੇ ਵਿੱਚ ਹੀ ਭਾਰਤੀ ਜਨਤਾ ਪਾਰਟੀ ਦਾ ਸਫਾਇਆ ਹੋ ਗਿਆ। ਇਹਦੇ ਸਸਪੈਂਸ ਹੈ ਨਾ ਕਿ ਉੱਥੋਂ ਵੋਟ ਕਿੱਧਰ ਗਈ। ਇਹਦੇ ਸਸਪੈਂਸ ਹੀ ਹੈ, 2007 ਦੇ ਵਿੱਚ ਵੀ ਇਹੋ ਜਿਹਾ ਹੀ ਸਸਪੈਂਸ ਸੀ, ਗੱਡੀਆਂ ਗੁੱਡੀਆਂ ਇਹਨੇ ਅਕਾਲੀਆਂ ਵੱਲੋਂ ਲੈ ਲਈਆਂ ਫਿਰ ਭੁਗਤਿਆ ਨਾ ਤੇ ਮੁੜ ਕੇ ਨਤੀਜੇ ਹੋਰ ਭੁਗਤਣੇ ਪਏ। ਇਹ ਹੁਣ ਐਤਕੀ, ਕਿਉਂਕਿ ਇੱਕ ਤੇ ਸੁਪਰੀਮ ਕੋਰਟ ਦੇ ਥੋੜ੍ਹੀ ਜਿਹੇ ਹਦਾਇਤਾਂ ਨੇ, ਸੁਪਰੀਮ ਕੋਰਟ ਦੇ ਹੁਕਮ ਆ, ਦੂਜਾ ਇਹ ਐਤਕੀ ਥੋੜ੍ਹੇ ਜਿਹੇ ਹਵਾਵਾਂ ਦੇ ਬਦਲਦੇ ਰੁੱਖ, ਕਿਉਂਕਿ ਹਵਾ ਦੇ ਰੁੱਖ ਪਲ ਦਰ ਪਲ ਇੱਥੇ ਬਦਲਦੇ ਪਏ ਆ। ਉਹ ਬਦਲਦੇ ਰੁੱਖ ਵੀ ਵੇਖਣ ਡਿਆ, ਆਪਦਾ ਹਿਸਾਬ ਕਿਤਾਬ ਵੀ ਲਾਉਣ ਡਿਆ। ਖੁੱਲੇ ਰੂਪ ਦੇ ਵਿੱਚ ਇਹ ਕਹਿ ਛੱਡਦਾ ਹੈ ਕਿ ਜੀ ਸਾਧ ਸੰਗਤ ਫੈਸਲਾ ਕਰੇਗੀ, ਸਾਧ ਸੰਗਤ ਫੈਸਲਾ ਕਰੇਗੀ, ਪਰ ਅਸਲ ਦੇ ਵਿੱਚ ਕਹਾਣੀ ਕੁਝ ਹੋਰ ਆ। ਸਾਡੇ ਇੱਥੋਂ ਦੇ 50-60 ਲੀਡਰ ਹੈ ਜਿਹੜੇ ਉਹ ਇਸ ਡੇਰੇ ਦੇ ਵਿੱਚ ਗਏ ਆ ਕੱਲ ਪਰਸੋਂ ਤੇ ਆ ਚੌਥ 3-4 ਦਿਨਾਂ ਦੇ ਵਿੱਚ ਉੱਥੇ ਗਏ ਆ ਜੀ। ਇਹ ਜਦੋਂ ਗਏ ਆ ਜਾ ਕੇ ਇਹਦੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਹੈ, ਦੱਸਦੇ ਇਹ ਅੰਦਰੂਨੀ ਸੂਤਰ ਕਿ ਇਹਨੇ ਉੱਥੇ ਪਾਣੀ 'ਚ ਮਧਾਣੀ ਪਾ ਲਈ, ਪਾਣੀ 'ਚ ਮਧਾਣੀ ਪਾਉਣ ਤੋਂ ਭਾਵ SYL ਦਾ ਮੁੱਦਾ ਛੋਲਿਆ। ਵੇਖੋ ਜੀ ਪਾਣੀ ਸਭ ਦਾ ਸਾਂਝਾ, ਸਭ ਦਾ ਹੱਕ ਆ, ਕੀ ਤੁਸੀਂ ਇਸ ਗੱਲ ਨੂੰ ਮੰਨਦੇ ਹੋ? ਤੇ ਉਹਨਾਂ ਨੇ ਕਿਹਾ ਜੀ ਠੀਕ ਆ ਹਾਂਜੀ। ਪਰ ਉਹਨੇ ਕਿਹਾ ਕਿ ਫਿਰ ਹਰਿਆਣੇ ਦੇ ਪਾਣੀ ਨੂੰ ਤੁਸੀਂ ਕਿਉਂ ਰੋਕਦੇ ਹੋ?
ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਨਾ ਕਿ ਹਰਿਆਣੇ ਦਾ ਪਾਣੀ ਹੈ ਜਿਹੜਾ ਹਰਿਆਣੇ ਨੂੰ ਮਿਲਣਾ ਚਾਹੀਦਾ, ਪੰਜਾਬ ਦਾ ਜਿਹੜਾ ਪਾਣੀ ਹੈ ਉਹ ਹਰਿਆਣੇ ਨੂੰ ਵੀ ਮਿਲਣਾ ਚਾਹੀਦਾ? ਅਤੇ ਉੱਥੇ ਫਿਰ ਉਹ ਪੰਜਾਬੀ ਲੀਡਰ ਫਸ ਗਏ, ਜੇ ਤਾਂ ਉਹ ਹਾਂ ਕਰਦੇ ਸਨ ਤਾਂ ਪੰਜਾਬ 'ਚ ਉਹਨਾਂ ਨੂੰ ਕਿਸੇ ਨੇ ਵੋਟ ਨਹੀਂ ਸੀ ਪਾਉਣੀ, ਜੇ ਉੱਥੇ ਨਾ ਕਰਦੇ ਸਨ ਤਾਂ ਉਹਨਾਂ ਨੇ ਕਹਿਣਾ ਸੀ ਭਾਈ ਜੁੱਲੀ ਬਿਸਤਰਾ ਚੱਕੋ ਅਤੇ ਇੱਥੋਂ ਨਿਕਲੋ ਬਾਹਰ। ਫਿਰ ਦੱਸਦੇ ਆ ਕਿ ਉਹ ਨਿੰਮੋ ਝੂਣੇ ਜੇ ਹੋ ਕੇ ਉੱਥੋਂ ਆਪ ਹੀ ਪਰਤਾਏ ਆ, ਕਿਉਂਕਿ ਉਸ ਮੁੱਦੇ ਤੇ ਉਹ ਬੁਰੀ ਤਰ੍ਹਾਂ ਫਸ ਗਏ, ਇਸ ਕਰਕੇ ਉੱਥੇ ਵੀ ਕੋਈ ਸਪਸ਼ਟ ਫੈਸਲਾ ਨਹੀਂ ਹੋਇਆ। ਹੁਣ ਦੂਜੇ ਪਾਸੇ ਜਿਹੜਾ ਇਹਨਾਂ ਦਾ ਸਿਆਸੀ ਵਿੰਗ ਆ ਉਹ ਲਘੁੱਤਮ ਕੱਢਦਾ ਪਿਆ, ਔਰ ਲਘੁੱਤਮ ਜਦੋਂ ਕੱਢਦਾ ਇੱਕ ਪਾਸੇ ਕਹਿੰਦੇ ਨੇ ਇੱਕ ਪਾਸੇ ਜੱਗ ਦੂਜੇ ਪਾਸੇ ਯਾਰ ਵੇ, ਤਾਂ ਉਹ ਇੱਕ ਪਾਸੇ ਹੁਣ ਜੱਗ ਆ ਦੂਜੇ ਪਾਸੇ ਉਹਨਾਂ ਦੇ ਆਪਣੇ ਯਾਰ ਆ ਅਲਾਇੰਸ ਵਾਲੇ ਆ। ਇੱਧਰ ਜੇ ਲੈਂਸ ਵੱਲ ਜਾਂਦੇ ਆ ਉਹ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਗੱਠਜੋੜ ਵੱਲ ਉਹ ਜਾਂਦੇ ਆ ਅਤੇ ਉਹਨਾਂ ਦੇ ਪੈਰੋਕਾਰ ਇਸ ਗੱਲ ਤੋਂ ਨਾਰਾਜ਼ ਹੁੰਦੇ ਆ, ਕਿਉਂਕਿ ਅੰਦਰ ਖਾਤਿਓਂ ਇਹ ਖਬਰਾਂ ਨਿਕਲ ਕੇ ਆ ਰਹੀਆਂ ਹੈ ਕਿ ਉਹਨਾਂ ਦੇ ਪੈਰੋਕਾਰ ਠੀਕ ਹੈ ਉਹ ਡੇਰੇ ਦੇ ਨਾਲ ਬੱਝੇ ਆ, ਡੇਰੇ ਦੇ ਨਾਲ ਉਹ ਆਸਥਾ ਰੱਖਦੇ ਆ, ਪਰ ਫਿਰ ਵੀ ਉਹਨਾਂ ਦੀ ਜ਼ਮੀਰ ਵੀ ਤਾਂ ਹੈ ਨਾ। ਉਹ ਕਹਿੰਦੇ ਕਿ ਜੇਕਰ ਇਸ ਅਲਾਇੰਸ ਦੇ ਨਾਲ ਡੇਰਾ ਜਾਂਦਾ ਤਾਂ ਫਿਰ ਪ੍ਰਭਾਵ ਹੈ ਜਿਹੜਾ ਉਹ ਬਹੁਤ ਗਲਤ ਪਵੇਗਾ, ਇਸ ਕਰਕੇ ਡੇਰੇ ਨੂੰ ਇਹਨਾਂ ਦੀ ਸਪੋਰਟ ਨਹੀਂ ਕਰਨੀ ਚਾਹੀਦੀ। ਸੋ ਇਸ ਕਰਕੇ ਹੁਣ ਦੁਚਿੱਤੀ ਹੈ, ਇੱਕ ਤਰ੍ਹਾਂ ਨਾਲ ਦੁਬਿਧਾ ਪੈਦਾ ਹੋ ਗਈ ਹੈ। ਇਸ ਗੱਲ ਦਾ ਬਿਲਕੁਲ ਸਟੀਕ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਦੋਂ ਜਲਾਲਾਬਾਦ ਦੇ ਵਿੱਚ ਮਜੀਠੀਆ ਅਤੇ ਸੁਖਬੀਰ ਸਿੰਘ ਬਾਦਲ ਸਾਲਾ ਭਣਵਈਆ ਜਿਹੜੇ ਬਿਆਸ ਵਾਲੇ ਆ ਉਹਨਾਂ ਦੀ ਸਤਸੰਗ ਦੇ ਵਿੱਚ ਗਏ ਸਨ ਅਤੇ ਉੱਥੇ ਵੀ ਵਿਰੋਧ ਹੋਇਆ ਸੀ। ਉਹਨਾਂ ਨੇ ਆਖਿਆ ਸੀਗਾ ਕਿ ਠੀਕ ਹੈ ਬਾਬਾ ਜੀ, ਤੁਸੀਂ ਤਾਂ ਸਾਡੇ ਰਹਿਬਰ ਹੋ, ਸਾਡੇ ਆਗੂ ਹੋ, ਸਾਡੇ ਗੁਰੂ ਹੋ, ਅਧਿਆਤਮਿਕ ਗੁਰੂ ਹੋ, ਪਰ ਨਾਲ ਨਾਲ ਜਿਵੇਂ ਇਹ ਸਾਡੇ ਉੱਤੇ ਉੱਤੇ ਮਟਰ ਗਸ਼ਤੀ ਕਰਦੇ ਫਿਰਦੇ ਸਨ ਇਹ ਸਾਨੂੰ ਕਬੂਲ ਨਹੀਂ ਹੈ। ਉਦੋਂ ਉੱਥੇ ਵੀ ਉਹਨਾਂ ਨੇ ਵਿਰੋਧ ਕੀਤਾ ਸੀ ਡੇਰੇ ਵਾਲਿਆਂ ਨੇ। ਸੋ ਇੱਥੇ ਵੀ ਵਿਰੋਧ ਹੋ ਰਿਹਾ ਕਿ ਇਸ ਅਲਾਇੰਸ ਨੂੰ ਜੇ ਤੁਸੀਂ ਵੋਟ ਪਾਓਗੇ ਤਾਂ ਫਿਰ ਭਾਈ ਇਹ ਪ੍ਰਭਾਵ ਠੀਕ ਨਹੀਂ ਜਾਏਗਾ। ਸੋ ਇਸ ਕਰਕੇ ਹੁਣ ਇਮਤਿਹਾਨ ਦੀ ਕੜੀ ਹੈ ਇਸ ਡੇਰੇ ਦੇ ਸਿਆਸੀ ਵਿੰਗ ਲਈ। ਇਹਨੂੰ ਵੈਸੇ ਤਾਂ ਸੱਚਾ ਸੌਦਾ ਕਹਿੰਦੇ ਆ, ਇਹਨੂੰ ਹੁਣ ਸਿਆਸੀ ਸੌਦਾ ਕਹਿਣ ਦੇ ਵਿੱਚ ਵੀ ਕੋਈ ਗਰੇਜ਼ ਨਹੀਂ, ਕਿਉਂਕਿ ਇੱਕ ਸੌਦਾ ਹੀ ਹੈ ਕਿ ਇਹ ਸੌਦਾ ਕਿਸ ਭਾਅ ਤੁਲੇਗਾ ਤੇ ਕਿਹੜੀ ਤਕੜੀ ਚ ਤੁਲੇਗਾ, ਇਹ ਹੁਣ ਦੇਖਣਾ ਦਿਲਚਸਪ ਰਹੇਗਾ। ਜੀ ਜੀ ਬਿਲਕੁਲ ਬਿਲਕੁਲ। ਤੇ ਮਿੰਟੂ ਜੀ, ਆਪਾਂ ਜਿਹੜੇ ਜੀ ਇਸ ਖਬਰ ਤੋਂ ਬਾਅਦ ਦੇ ਵਿੱਚ ਆਪਣੇ ਸਰੋਤਿਆਂ ਨਾਲ ਗੱਲਬਾਤ ਵੀ ਕਰਾਂਗੇ, ਕਾਲਸ ਵੀ ਲਾਵਾਂਗੇ। ਪਹਿਲਾਂ ਕੁਛ ਕੁ ਜਿਹੜੀਆਂ ਚੋਣ ਸਰਗਰਮੀਆਂ ਉਸ ਦੇ ਉੱਤੇ ਝਾਤ ਮਾਰ ਦਿਓ ਜੀ। ਜੀ ਬਿਲਕੁਲ, ਚੋਣਾਂ ਜਿਹੜੀਆਂ ਉਹ ਇਸ ਵਾਰੀ ਰਾਜਕਰਨ ਵੀਰ ਜੀ ਖਤਰਨਾਕ ਹੁੰਦੀਆਂ ਜਾ ਰਹੀਆਂ। ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਪਲਾਸੌਰ ਦੇ ਵਿੱਚ ਵੀ ਅਕਾਲੀ ਉਮੀਦਵਾਰ ਦੇ ਇੱਕ ਪ੍ਰਚਾਰ ਪ੍ਰੋਗਰਾਮ ਵਿੱਚ ਜੰਮ ਕੇ ਡਲੇ ਚੱਲੇ ਆ। ਡਲਿਆਂ ਵਾਲਾ ਉਹ ਪਤਾ ਨਹੀਂ ਉਹ ਕਿੱਥੋਂ ਸਲੋਗਨ ਜਿਹਾ ਲੱਭ ਲਿਆ ਸਾਡੇ ਪੰਜਾਬੀਆਂ ਨੇ ਜੀ, ਡਲਾ ਤੋਂ ਡਲਾ ਹੋਤਾ ਹੈ, ਪਤਾ ਨਹੀਂ ਚੱਲਦਾ ਕਿੱਧਰ ਸੇ ਚਲਾ ਹੋਤਾ ਹੈ। ਤੋ ਇੱਕ ਸਮਾਗਮ ਦੇ ਵਿੱਚ ਇੱਕ ਨੇ ਇਸੇ ਤਰਜ਼ 'ਤੇ ਪਸ਼ੂ ਛੱਡ ਦਿੱਤੇ। ਜਨਮੇਜਾ ਸਿੰਘ ਸੇਖੋਂ ਦੀ ਸਭਾ ਹੋਣ ਰਹੀ ਸੀ ਮੌੜ ਮੰਡੀ 'ਚ, ਵਾਰਾ ਪਸ਼ੂ ਛੱਡ ਦਿੱਤੇ ਤੇ ਬਾਅਦ ਚੋਂ ਆਖਣ ਲੱਗਾ ਜੀ ਡੱਗਾ ਤੋਂ ਡੱਗਾ ਹੋਤਾ ਹੈ, ਕਿਆ ਪਤਾ ਕਿਸੇ ਨੇ ਛੱਡਾ ਹੋਤਾ ਹੈ। ਉਹ ਇਹ ਸਲੋਗਨ ਜੇ ਵੀ ਚੱਲਦੇ ਇਸ ਤਰੀਕੇ ਨਾਲ ਪਲਾਸੌਰ ਦੇ ਵਿੱਚ ਕਾਫੀ ਇੱਟ ਰੋੜਾ ਚੱਲਿਆ। ਦੂਜੇ ਪਾਸੇ ਅੱਜ ਲੁਧਿਆਣਾ ਦੇ ਵਿੱਚ ਬੈਂਸ ਬ੍ਰਦਰਸ ਦੀ ਇੱਕ ਗੱਡੀ ਤੋੜ ਦਿੱਤੀ ਗਈ ਹੈ। ਹਾਲਾਂਕਿ CCTV ਦੇ ਵਿੱਚ ਹਮਲਾਵਰ ਕਿਉਂਕਿ ਚਿੱਟੇ ਦਿਨ ਆਏ ਸਨ ਕਹਿ ਤੇ ਹੋ ਗਏ ਆ, ਪਰ ਹਾਲੇ ਤੱਕ ਪਛਾਣ ਨਹੀਂ ਹੋ ਸਕੀ। ਉੱਥੇ ਵੀ ਮਾਹੌਲ ਬਹੁਤ ਜ਼ਿਆਦਾ ਤਣਾਅ ਪੂਰਵਕ ਆ, ਕਿਉਂਕਿ ਕੱਲ੍ਹ ਹੀ ਜਿਹੜੇ ਉੱਥੋਂ ਦੇ ਕੜਵਲ ਸਾਹਿਬ ਆ ਕਮਲਜੀਤ ਸਿੰਘ ਕੜਵਲ, ਉਹਨਾਂ ਦੀ ਪਤਨੀ ਦੀ ਗੱਡੀ 'ਤੇ ਵੀ ਹਮਲਾ ਹੋਇਆ ਦੱਸਦੇ ਆ। ਇਸ ਤੋਂ ਇਲਾਵਾ ਜੇ ਅੱਜ ਗੱਲ ਕਰੀਏ ਕਿ 1641 ਸ਼ਰਾਬ ਦੀਆਂ ਪੇਟੀਆਂ ਜਿਹੜੀਆਂ ਚੀਮਾ ਮੰਡੀ ਕੋਲ ਫੜੀਆਂ ਗਈਆਂ, ਲੋਕ ਹੈਰਾਨ ਆ ਕਿ ਇੰਨੀ ਸ਼ਰਾਬ ਜਿਹੜੀ ਫੜੀ ਜਾਂਦੀ ਹੈ, ਇਹ ਨਹੀਂ ਪਤਾ ਲੱਗਦਾ ਕਿ ਇੰਨੀ ਸ਼ਰਾਬ ਮੰਗਾਉਂਦਾ ਕੌਣ ਆ ਅਤੇ ਉਹਦਾ ਮੰਤਵ ਕੀ ਹੈ, ਇਹ ਕਾਹਤੋਂ ਜਮ੍ਹਾਂ ਕੀਤੀ ਜਾਂਦੀ ਹੈ, ਇਹ ਅੱਗਿਓਂ ਪਤਾ ਨਹੀਂ ਲੱਗਦਾ। ਸ਼ਰਾਬੀ ਵੀ ਇਸ ਗੱਲੋਂ ਦੁਚਿੱਤੀ 'ਚ ਆ ਕਿ ਇਹ ਪਤਾ ਹੀ ਨਹੀਂ ਲੱਗਦਾ ਸ਼ਰਾਬ ਨੂੰ ਕਰਦੇ ਕੀ ਆ। ਸੋ ਇਸ ਗੱਲੋਂ ਸਾਰੀ ਦੁਚਿੱਤੀ ਦੇ ਵਿੱਚ ਕਿ ਆਉਂਦੀ ਕਿੱਥੋਂ ਆ, ਇਹ ਜੋੜਦੇ ਕੌਣ ਆ ਅਤੇ ਅੱਗੇ ਇਹਦਾ ਕਰਦੇ ਕੀ ਆ, ਇਹਨਾਂ ਸਾਰੇ ਸਵਾਲਾਂ ਦਾ ਕਿਸੇ ਤੋਂ ਵੀ ਜਵਾਬ ਨਹੀਂ ਮਿਲਦਾ। ਉੱਧਰ ਜੇ UP ਦੀ ਗੱਲ ਕਰੀਏ ਤਾਂ ਉੱਥੇ ਅੱਜ ਇੱਕ ਹੋਰ ਅਜੀਬੋ ਗਰੀਬ ਤਮਾਸ਼ਾ ਹੋ ਗਿਆ। ਇੱਕ ਉਮੀਦਵਾਰ ਹੈ ਜਿਹੜਾ ਉਹ ਗਧੇ 'ਤੇ ਨਾਮਜ਼ਦਗੀ ਪਰਚੇ ਭਰਨਾ ਗਿਆ, ਉਹਦੇ 'ਤੇ ਕੇਸ ਦਰਜ ਕਰ ਦਿੱਤਾ ਗਿਆ ਕਿ ਇਹ ਕੀ ਬਦਤਮੀਜ਼ੀ ਹੈ। ਅਤੇ ਉਹ ਅੱਗੋਂ ਕਹਿਣ ਲੱਗਾ ਜੀ ਕਿ ਫਿਰ ਇਹ ਕੀ ਬਦਤਮੀਜ਼ੀ ਹੋਈ, ਕਹਿੰਦਾ ਮੈਂ ਤਾਂ ਗਧਾ ਲੈ ਕੇ ਆ ਗਿਆ, ਮੈਂ ਕੋਈ ਗਲਤੀ ਥੋੜ੍ਹੀ ਕੀਤੀ ਹੈ। ਕਹਿੰਦਾ ਕਿ ਤੁਸੀਂ ਵੀ ਤਾਂ ਲੋੜ ਪੈਣ 'ਤੇ ਗਧੇ ਨੂੰ ਬਾਪ ਬਣਾ ਲੈਂਦੇ ਹੋ, ਤੁਸੀਂ ਵਾਅਦਾ ਕਰੋ। ਸੋ ਇਹੋ ਜਿਹੇ ਇੱਥੇ ਤਮਾਸ਼ੇ ਹੁੰਦੇ ਆ। ਦੂਜੇ ਪਾਸੇ PTC 'ਤੇ ਸ਼ਿਕਾਇਤ ਦਰਜ ਕੀਤੀ ਹੈ ਬਲਵੀਰ ਸਿੰਘ ਸਿੱਧੂ ਨੇ, ਮੋਹਾਲੀ ਵਾਲੇ ਨੇ, ਕਿਉਂਕਿ ਕੱਲ੍ਹ ਕਾਰਵਾਈ ਕੀਤੀ ਸੀ ਕੈਪਟਨ ਨੇ, ਇੱਕ ਬਾਗੀ ਉਮੀਦਵਾਰ ਸੀ ਤਲਵੰਡੀ ਸਾਬੋ ਤੋਂ, ਹਾਲਾਂਕਿ ਲਿਆਇਆ ਵੀ ਪਾਰਟੀ ਦੇ ਵਿੱਚ ਕੈਪਟਨ ਸੀ
ਤੇ ਉਹਨੂੰ ਕੱਲ ਕੱਢਿਆ ਵੀ ਇਹਨੇ, ਕਿਉਂਕਿ ਬੈਠਾ ਨਹੀਂ, ਬਗਾਵਤ ਕਰ ਬੈਠਾ। ਉਹਨੂੰ ਲਿਆਇਆ ਸੀ ਟਿਕਟ ਦਾ ਲਾਰਾ ਲਾ ਕੇ, ਟਿਕਟ ਖੁਸ਼ਬਾਜ ਜਟਾਣਾ ਲੈ ਗਿਆ ਤਲਵੰਡੀ ਸਾਬੋ ਤੋਂ, ਉਹਨੂੰ ਕੱਢ ਦਿੱਤਾ ਸੀ। ਉਸ ਤੋਂ ਬਾਅਦ ਉਹ ਬੈਠਾ ਨਹੀਂ। ਪਰ ਉਹਨਾਂ ਨੇ ਪੀਟੀਸੀ ਚੈਨਲ ਵਾਲਿਆਂ ਨੇ ਕੀ ਕੀਤਾ ਕਿ ਉਹਨਾਂ ਨੂੰ ਤਾਂ ਅਕਾਲੀਆਂ ਦੇ ਵਿਰੋਧੀ ਕੋਈ ਖਬਰ ਜਿਹੜੀ ਆ ਇਹਨਾਂ ਦੇ ਹੱਥ ਲੱਗਣੀ ਚਾਹੀਦੀ ਹੈ। ਉਹਨਾਂ ਨੇ ਨਾਲ ਦੀ ਨਾਲ ਜਿਹੜੀ ਖਬਰ ਫਲੈਸ਼ ਕਰਤੀ ਉਹਦੇ ਤੇ ਫੋਟੋ ਜਿਹੜੀ ਸੀਗੀ ਉਹ ਬਲਵੀਰ ਸਿੰਘ ਸਿੱਧੂ ਆ ਜਿਹੜਾ ਮੋਹਾਲੀ ਵਾਲਾ, ਉਹਦੀ ਲਾ ਦਿੱਤੀ। ਉਹਨੂੰ ਕਿਸੇ ਨੇ ਦੱਸਿਆ ਤੇ ਉਹਦੇ ਤਾਂ ਹੱਥਾਂ ਪੈਰਾਂ ਦੀ ਪੈ ਗਈ ਕਿ ਮੈਂ ਤੇ ਚੋਣ ਪ੍ਰਚਾਰ ਕਰਨ ਡਿਆ, ਮੈਨੂੰ ਪਾਰਟੀ ਚੋਂ ਕੱਢ ਦਿੱਤਾ। ਫਿਰ ਪਤਾ ਲੱਗਿਆ ਕਿ ਇਹ ਗਲਤੀ ਹੈ ਜਿਹੜੀ ਚੈਨਲ ਵਾਲਿਆਂ ਦੀ ਹੈ। ਉਹਨੇ ਟੈਲੀਫੋਨ ਕੀਤਾ ਤੇ ਉਹ ਕਹਿੰਦੇ ਜੀ ਬਲਵੀਰ ਬਲਵੀਰ ਦੇ ਨਾਂ ਦੀ ਜਿਹੜੀ ਕਨਫਿਊਜ਼ਨ ਹੋ ਗਈ। ਉਹਨੇ ਆਖਿਆ ਤੁਹਾਨੂੰ ਬਲਵੀਰ ਦੀ ਕਨਫਿਊਜ਼ਨ ਹੈ, ਇੱਧਰ ਤਕਦੀਰ ਹੀ ਤੁਸੀਂ ਪਲਟ ਦੇਣ ਲੱਗੇ ਸੀਗੇ। ਉਹਨੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਇਸ ਤੋਂ ਇਲਾਵਾ ਜਲਾਲਾਬਾਦ ਦੇ ਵਿੱਚ ਖੰਡ ਪਾਠ ਰਖਵਾਏ ਸਨ ਸੁਖਬੀਰ ਸਿੰਘ ਬਾਦਲ ਦੀ ਜਿੱਤ ਵਾਸਤੇ, ਉਹਨਾਂ ਨੂੰ ਲੈ ਕੇ ਵੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਹੋ ਗਈ ਹੈ। ਉਹਦੇ ਚ ਇੱਕ ਜਿਹੜਾ ਗ੍ਰੰਥੀ ਸਿੰਘ ਸੀ ਅਰਦਾਸ ਕਰਨ ਵਾਲਾ, ਉਹ ਕਾਬੂ ਆ ਗਿਆ। ਉਹ ਉਹਨੂੰ ਪੁੱਛਿਆ ਕਿ ਤੂੰ ਭਾਈ ਅਰਦਾਸ ਕਰ ਤੋਂ ਕੀਤੀ? ਉਹ ਕਹਿੰਦਾ ਜੀ ਮੈਨੂੰ ਤਾਂ ਇਹਨਾਂ ਨੇ 3500 ਰੁਪਇਆ ਭੇਟਾ ਦਿੱਤੀ ਸੀ ਤੇ ਆਪਾਂ ਗੱਜ ਬੱਜ ਕੇ ਅਰਦਾਸ ਕਰ ਦਿੱਤੀ ਇਹਦੀ ਫਤਿਹ ਵਾਸਤੇ। ਉਹ ਕਹਿੰਦਾ ਕਿ ਹੁਣ ਕੋਈ ਦੂਜੇ ਪਾਸਿਓ ਮੈਨੂੰ ਦੇਗਾ ਭੇਟਾ ਤੇ ਮੈਂ ਉਹਦੀ ਫਤਿਹ ਦੀ ਅਰਦਾਸ ਕਰ ਦੂ, ਸਾਡਾ ਕੰਮ ਤੇ ਇਹੋ ਹੀ ਹੈ। ਉਹ ਸਾਰੇ ਗੁਰਨਾਮ ਸਿੰਘ ਤੀਰ ਦਾ ਵਿਅੰਗ ਚੇਤੇ ਕਰਦੇ ਸਨ ਕਿ ਜਦੋਂ ਕੋਈ ਧਾਰਮਿਕ ਪ੍ਰਚਾਰਕ ਹੈ ਜਿਹੜਾ ਪ੍ਰਚਾਰ ਕਰਕੇ ਨਿਕਲ ਲੱਗਾ ਤੇ ਉਹਨੂੰ ਘੇਰ ਲਿਆ, ਕਹਿੰਦੇ ਕਿ ਤੂੰ ਤੇ ਉੱਥੇ ਬਾਬੇ ਨਾਨਕ ਤੋਂ ਪ੍ਰਚਾਰ ਦੇ ਵਿੱਚ ਇਹ ਕਹਿੰਦਾ ਸੀ ਜੀ ਫਲਾਣੇ ਥਾਂ ਤੇ ਉਹ ਨਮਾਜ਼ ਅਦਾ ਕਰਦਾ ਪਿਆ ਸੀ, ਬਾਬਾ ਨਾਨਕ ਕਦੋਂ ਨਮਾਜ਼ ਅਦਾ ਕਰਦਾ ਸੀ? ਤੇ ਉਹਨੇ ਆਖਿਆ ਤੁਸੀਂ ਮੈਨੂੰ ਥੋੜੀ ਜਿਹੀ ਭੇਟਾ ਵੱਧ ਦੇ ਦਿਓ, ਮੈਂ ਮੌਲਵੀ ਤੋਂ ਅਰਦਾਸ ਕਰਵਾ ਦਿੰਦਾ, ਇਹਦੇ 'ਚ ਕੀ ਹੈ? ਕਹਿੰਦਾ ਕਿ ਭੇਟਾ ਦਾ ਸਾਰਾ ਚੱਕਰ ਹੈ। ਸੋ ਇਹੋ ਜਿਹਾ ਇੱਥੇ ਜਿਹੜਾ ਰਾਜਸੀ ਡਰਾਮਾ ਉਹ ਚੱਲਦਾ ਪਿਆ। ਜੀ 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 ਅਤੇ ਮਿੰਟੂ ਜੀ ਧੰਨਵਾਦ ਕਰਦੇ ਹਾਂ, ਤੁਸੀਂ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਤੇ ਸਰੋਤਿਓ ਜਿਹੜੇ ਜੀ ਹੁਣ ਇੱਕ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਹੈ ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਫਿਰ ਵਾਪਸ ਆਉਂਦੇ ਹਾਂ ਅਤੇ ਜਿਹੜੇ ਆ ਤੁਹਾਡੇ ਸਵਾਲ ਜਿਹੜੇ ਆ ਉਹਨਾਂ ਦੇ ਜਵਾਬ ਦੇਣ ਦੇ ਲਈ ਮਿੰਟੂ ਜੀ ਆਪਣੇ ਨਾਲ ਜਿਹੜੇ ਜੀ ਜੁੜੇ ਰਹਿਣਗੇ। ਸੋ ਜਿਹੜਾ ਅਖੀਰਲਾ ਅੱਧਾ ਘੰਟਾ ਉਹ ਤੁਹਾਡੇ ਨਾਲ ਜਿਹੜੇ ਸਵਾਲ ਜਵਾਬ ਹੋਣਗੇ ਅਤੇ ਆਪਾਂ ਜਿਹੜਾ ਜੀ ਹੁਣ ਇੱਥੇ ਬ੍ਰੇਕ ਲੈਂਦੇ ਹਾਂ ਮਿੰਟੂ ਜੀ ਅਤੇ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਜੀ ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA ਧੜਕਦੇ ਦਿਲਾਂ ਦੇ ਨਾਲ ਨਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਕੀ ਜੀਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬ ਚੋਣ ਦੰਗਲ ਅਤੇ ਨਾਲ ਖਬਰ 'ਤੇ ਨਜ਼ਰ ਜਿਹੜਾ ਪ੍ਰੋਗਰਾਮ ਇਕੱਠੇ ਹਾਂ ਜਿਹੜਾ ਚੱਲ ਰਿਹਾ ਜੀ। ਮਿੰਟੂ ਗੁਰੂਸਰੀਆ ਜੀ ਆਪਣੇ ਨਾਲ ਜੁੜੇ ਹੋਏ ਨੇ। ਮਿੰਟੂ ਜੀ ਜੀਆਂ ਨੂੰ ਜੀ ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡਾ ਜੀ। ਜੀ ਸ਼ੁਕਰੀਆ ਜੀ। ਜਿਹੜਾ ਜੀ ਅੱਗੇ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਸਪੋਂਸਰਸ ਉਹਨਾਂ ਦਾ ਅਸੀਂ ਧੰਨਵਾਦ ਜਿਹੜਾ ਜੀ ਉਹ ਕਰਨਾ ਚਾਹੁੰਦੇ ਹਾਂ। ਜਰਨੈਲ ਸਿੰਘ ਜੀ ਲਿਨਵੁੱਡ ਵਾਸ਼ਿੰਗਟਨ ਤੋਂ, ਨਿਰਮਲ ਸਿੰਘ ਲਾਲੀ ਜੀ ਯੂਬਾ ਸਿਟੀ ਤੋਂ, ਸੁਖਪ੍ਰੀਤ ਕੌਰ ਪਰੇਵਾਲ ਜੀ ਸੈਕਰਾਮੈਂਟੋ ਤੋਂ, ਬਲਵੰਤ ਸਿੰਘ ਲੱਛਣ ਮੰਟੀਕਾ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਬੂਟਾ ਸਿੰਘ ਗਰੇਵਾਲ ਟਸਟਿਨ LA ਤੋਂ, ਇਕਬਾਲ ਸਿੰਘ ਜੀ ਬੈਲ ਫਲਾਵਰ ਤੋਂ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਨਾਲ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 ਦੇ ਉੱਤੇ। ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਵਾਲੇ ਰਜਿੰਦਰ ਚੌਹਾਨ ਜੀ, ਲਾਲੀ ਸਿੱਧੂ ਜੀ ਇਹ ਬੇਕਰਸਫੀਲਡ ਤੋਂ, ਇਹਨਾਂ ਦਾ ਅਸੀਂ ਬਹੁਤ ਬਹੁਤ ਜਿਹੜਾ ਜੀ ਉਹ ਧੰਨਵਾਦ ਕਰਦੇ ਹਾਂ। ਅਤੇ ਆਓ ਆਪਾਂ ਹੁਣ ਜਿਹੜੇ ਆ ਸਰੋਤਿਆਂ ਨਾਲ ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਵੱਖ ਵੱਖ ਕਾਲਰਸ ਆਪਣੇ ਨਾਲ ਜੁੜ ਚੁੱਕੇ ਨੇ। ਕਾਲ ਕਰਨ ਦੇ ਲਈ ਸਰੋਤਿਓ ਨੰਬਰ ਆ 408-272-5200 408-272-5200 ਦੇ ਉੱਤੇ। ਆਪਣੇ ਨਾਲ ਜੁੜੇ ਨੇ KS ਢਿੱਲੋਂ ਜੀ। ਜੀ ਐਨ ਓ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ, ਕੀ ਸਵਾਲ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਵਾਲ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਕਹਿਣਾ ਚਾਹੁੰਦਾ ਕਿ ਜਿਹੜਾ ਇਸ ਵਾਰ ਇਲੈਕਸ਼ਨ ਦੇ ਵਿੱਚ ਆ ਜਿਹੜੀ ਗੜਬੜ ਹੋ ਰਹੀ ਹੈ ਬਹੁਤ ਜ਼ਿਆਦਾ, ਸੋ ਇਹ ਬਹੁਤ ਗਲਤ ਕੰਮ ਹੈ। ਕਿਸੇ ਵੀ ਪਾਰਟੀ ਦਾ ਕੋਈ ਵੀ ਪ੍ਰਚਾਰਕ ਜਾਂਦਾ ਤੇ ਉਹਦੇ ਨਾਲ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ। ਹਾਂ ਠੀਕ ਹੈ, ਤੁਸੀਂ ਗੁੱਸਾ ਜ਼ਾਹਰ ਕਰਨਾ 4 ਤਰੀਕ ਨੂੰ ਆਪਣਾ ਜ਼ਾਹਰ ਕਰ ਸਕਦੇ ਹੋ। ਤੇ ਬਾਕੀ ਮੈਂ ਇੱਕ ਅੱਜ ਸਵੇਰੇ ਜੀ ਪੰਜਾਬੀ TV ਦੇਖ ਰਿਹਾ ਸੀ ਤੇ ਉਹਦੇ ਤੇ ਸਰਵੇ ਦਿਖਾਇਆ ਜਾ ਰਿਹਾ ਸੀ ਕਿ ਉਹਨਾਂ ਨੇ 117 ਅਸੈਂਬਲੀ ਇਲਾਕਿਆਂ ਦੇ ਵਿੱਚ ਤਕਰੀਬਨ 60,000 ਲੋਕਾਂ ਤੋਂ ਸਰਵੇ ਕੀਤਾ, ਵੱਖ ਵੱਖ ਸਵਾਲ ਪੁੱਛੇ ਉਹਨਾਂ ਨੂੰ। ਤੇ ਉਹਦੇ ਵਿੱਚ ਇੱਕ ਸਵਾਲ ਸੀ CM ਦਾ ਕਿ ਜ਼ਿਆਦਾ ਲੋਕ ਇਹਨੂੰ ਪਸੰਦ ਕਰਦੇ ਨੇ। ਸੁੱਚਾ ਸਿੰਘ ਛੋਟੇਪਨ ਨੂੰ 1%, ਸੁਖਬੀਰ ਸਿੰਘ ਬਾਦਲ ਤੇ ਸ੍ਰੀ ਭਗਵੰਤ ਮਾਨ ਜੀ ਨੂੰ 6%, ਪ੍ਰਕਾਸ਼ ਸਿੰਘ ਬਾਦਲ ਨੂੰ 17% ਤੇ ਕੇਜਰੀਵਾਲ ਸਾਹਿਬ ਜੀ ਨੂੰ 9%, ਔਰ ਸਭ ਤੋਂ ਵੱਧ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ 61% ਲੋਕਾਂ ਨੇ ਜਿਹੜਾ ਉਹ ਉਹਨਾਂ ਨੂੰ ਪਸੰਦ ਕੀਤਾ। ਸੋ ਇਹਦੇ ਬਾਰੇ ਮਿੰਟੂ ਜੀ ਕੋਲ ਦੱਸ ਸਕਦੇ ਨੇ।
ਤੁਸੀਂ ਮਿਲਦਾ ਖਬਰਾਂ ਸੁਣਦੇ ਨਹੀਂ ਆ, ਆਲਰੇਡੀ ਆਪਾਂ ਇਸ ਦੇ ਵਿੱਚ ਵਿਸਥਾਰ ਦੇ ਵਿੱਚ ਗੱਲ ਜਿਹੜੀ ਆ ਕਰ ਲਈ ਆ। ਅਤੇ ਬਾਕੀ ਮਿੰਟੂ ਜੀ, ਜੇ ਕੋਈ ਹੈ ਤੁਹਾਡੀ ਟਿੱਪਣੀ ਇਸ ਦੇ ਉੱਤੇ ਤਾਂ ਜ਼ਰੂਰ ਕਰ ਦਿਓ ਜੀ। ਜੀ ਜੀ, ਉਹਦੇ 'ਚ ਕਾਰਨ ਇਹ ਹੈ ਕਿ ਦੇਖੋ, ਜਿਹੜਾ ਕੈਪਟਨ ਅਮਰਿੰਦਰ ਸਿੰਘ ਆ, ਉਹ ਜਿਹੜਾ ਰਾਜ ਕਰਕੇ ਗਿਆ, ਉਹਦੇ ਵਿੱਚ ਇੱਕ ਪ੍ਰਾਪਤੀ ਹੈ ਜਿਹੜੀ, ਉਹ ਇਹ ਰਹੀ ਕਿ ਕਿਸਾਨਾਂ ਦਾ ਉਹਨੇ ਕਾਫੀ ਭਾਰ ਹੌਲਾ ਕੀਤਾ। ਭਾਰ ਹੌਲਾ ਤੋਂ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਹੁਣ ਮੰਡੀਆਂ ਦੇ ਵਿੱਚ, ਇੱਥੇ ਵੀ ਅਸੀਂ ਵੇਖਿਆ ਲੰਬੀ, ਖੁਦ ਜਿਹੜਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਘਰ ਤੋਂ 2-3 ਕਿਲੋਮੀਟਰ ਦੂਰ ਆ, 4 ਕਿਲੋਮੀਟਰ ਦੂਰ ਆ, ਉੱਥੇ ਵੀ ਜ਼ਿਮੀਦਾਰ ਹੈ ਜਿਹੜੇ ਅਕਾਲੀ ਦਲ ਦੇ ਪੱਕੇ ਧਿਰ ਆ ਜਿਹੜੇ ਅਕਾਲੀ ਦਲ ਦੇ, ਉਹ ਵੀ ਰੋਂਦੇ ਵੇਖੇ ਗਏ, ਧਰਨੇ ਲਾਉਂਦੇ ਵੇਖੇ ਗਏ, ਬਹੁਤ ਦੁਖੀ ਸਨ। ਪਰ ਉਸ ਸ਼ਾਸਨ ਕਾਲ ਦੇ ਵਿੱਚ ਕਿਤੇ ਨਾ ਕਿਤੇ ਇੱਕ ਰਿਆਇਤ ਸੀਗੀ, ਦੂਜਾ ਕਿ ਬੀ ਖਾਦ ਸਪਰੇ ਆ ਜਿਹੜੀ ਇਹ ਜੈਨੂਅਨ ਰਹੀ, ਤੀਸਰਾ ਕਿ ਜਿਹੜਾ ਅਮਨ ਕਾਨੂੰਨ ਦੀ ਜਿਹੜੀ ਵਿਵਸਥਾ ਕੁਛ ਹੱਦ ਤੱਕ ਉਹ ਠੀਕ ਰਹੀ। ਸੋ ਇਸ ਕਰਕੇ ਇੱਕ ਉਹਦਾ ਅੰਦਾਜ਼ ਵੀ ਹੈ ਕੈਪਟਨ ਅਮਰਿੰਦਰ ਸਿੰਘ ਦਾ, ਕਿਉਂਕਿ ਉਹ ਜਦੋਂ ਫਿਰ ਰਾਜਨੀਤੀ ਦੇ ਵਿੱਚ ਕਿਸੇ ਦੇ ਮਗਰ ਪੈਂਦਾ, ਅਗਲੇ ਨੂੰ ਫਿਰ ਉਹ ਹਾਸ਼ੀਆ ਗ੍ਰਸਤ ਕਰ ਦਿੰਦਾ, ਉਹਦਾ ਇੱਕ ਅੰਦਾਜ਼ ਆ। ਔਰ ਪੰਜਾਬੀ ਆ ਜਿਹੜੇ ਉਹ ਇਹੋ ਜਿਹੇ ਅੰਦਾਜ਼ ਨੂੰ ਪਸੰਦ ਕਰਦੇ ਆ। ਅਰਵਿੰਦ ਕੇਜਰੀਵਾਲ ਇੱਥੇ ਜੜ ਕਿਉਂ ਲਾ ਗਿਆ, ਕਦੇ ਸੋਚਿਓ, ਕਦੇ ਵਿਚਾਰਿਓ, ਕਿਉਂਕਿ ਦੇਖੋ ਉਹ ਜਿਸ ਤਰੀਕੇ ਨਾਲ ਉਹਨੇ ਰਾਜਨੀਤੀ ਕੀਤੀ ਹੈ, ਉਹਨੇ ਰਾਜਨੀਤੀ ਕੀਤੀ ਇੱਥੇ ਪੰਜਾਬ 'ਚ ਆ ਕੇ, ਧੜੱਲੇ ਵਾਲੀ ਰਾਜਨੀਤੀ ਕੀਤੀ ਉਹਨੇ, ਜਾ ਕੇ ਸਭ ਤੋਂ ਪਹਿਲਾਂ ਵੰਗਾਰੇ ਮਜੀਠੀਆ, ਜਿਹਦੇ ਤੋਂ ਸਾਰਾ ਪੰਜਾਬ ਡਰਦਾ ਸੀ, ਔਰ ਭਗਵੰਤ ਮਾਨ ਉਹਨੇ ਵੰਗਾਰੇ ਜਾ ਕੇ ਸੁਖਬੀਰ ਸਿੰਘ ਬਾਦਲ ਨੂੰ ਸਿੱਧੇ ਤੌਰ 'ਤੇ। ਸੋ ਸਾਡੇ ਪੰਜਾਬੀ ਜਿਹੜੇ ਉਹ ਜਿਹੜੇ ਲੋਕ ਵੰਗਾਰਦੇ ਆ ਜਾਂ ਦਬੰਗ ਕਿਸਮ ਦੇ ਆ, ਉਹਨਾਂ ਦੀ ਰਾਜਨੀਤੀ ਨੂੰ ਪਸੰਦ ਕਰਦੇ। ਸੋ ਇਹ ਥੋੜ੍ਹੇ ਜਿਹੇ ਮੇਰੀ ਨਜ਼ਰ ਦੇ ਵਿੱਚ ਇਹ ਤੱਥ ਆ, ਜੋ ਸ਼ਾਇਦ ਹੋ ਸਕਦਾ ਤੁਹਾਡੀ ਨਜ਼ਰ ਤੋਂ ਵੱਖ ਵੀ ਹੋ ਸਕਦੇ ਆ, ਪਰ ਇਹ ਰਾਜਨੀਤੀ ਜਿਹੜੇ ਕਰਨ ਦਾ ਢੰਗ ਹੈ ਕੈਪਟਨ ਦਾ, ਉਹ ਲੋਕ ਪਸੰਦ ਕਰਦੇ ਆ। ਜੀ ਜੀ, ਅਗਲੇ ਕਾਲਰ ਆਪਣੇ ਨਾਲ ਜੱਸੀ ਸਿੰਘ ਬੱਲ ਜੀ, ਜੀ ਆਇਆਂ ਨੂੰ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਮਿੰਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਵੀ ਰਜਿੰਦਰਾ ਕਾਲਜ ਬਠਿੰਡੇ ਪੜ੍ਹਿਆ, ਤੁਸੀਂ ਵੀ ਉੱਥੋਂ ਦੇ ਆ। ਮੈਂ ਸਿਰਫ ਇਹੀ ਕੁਐਸਚਨ ਪੁੱਛਣਾ ਸੀਗਾ, ਆਪਣੀ ਹਾਕੀ ਟੀਮ ਮੁੰਡਿਆਂ ਦੀ ਜੂਨੀਅਰ, ਸੁਖਬੀਰ ਬਾਦਲ ਨੇ 25-25 ਲੱਖ ਦੇਣ ਦਾ ਵਾਅਦਾ ਕੀਤਾ ਸੀਗਾ, ਉਹ ਖਬਰਾਂ ਚ ਅਜੇ ਤੱਕ ਸੁਣਿਆ ਨੀ, ਦਿੱਤਾ ਜਾਂ ਨਹੀਂ ਦਿੱਤਾ, ਬਸ ਇੰਨਾ ਇੱਕ ਸਵਾਲ। ਥੈਂਕ ਯੂ। ਦੇਖੋ, ਉਹ ਵੀ ਅਸੀਂ ਬੜੀ ਇੱਕ ਤਰ੍ਹਾਂ ਨਾਲ ਕਹਿ ਲਈਏ ਸ਼ਰਮ ਸ਼ੁਰਮ ਦੇ ਕੇ ਤੇ ਐਲਾਨ ਕਰਵਾਇਆ ਸੀਗਾ ਕਿ ਹਰਿਆਣੇ ਵਾਲਿਆਂ ਨੇ, ਉਹਨਾਂ ਦੇ ਥੋੜੇ ਜਿਹੇ ਮੁੰਡੇ ਸਨ ਸਾਡੇ ਪੰਜਾਬ ਦੇ, ਤੇ 9-10 ਮੁੰਡੇ ਸਨ ਉਸ ਜੂਨੀਅਰ ਵਰਲਡ ਕੱਪ ਹਾਕੀ ਜੇਤੂ ਟੀਮ ਦੇ ਵਿੱਚ, ਤੇ ਉਹਨਾਂ ਨੇ ਐਲਾਨ ਨਾਲ ਦੀ ਨਾਲ ਕਰ ਦਿੱਤਾ ਸੀ। ਸਾਡੇ ਵਾਲੇ 2 ਦਿਨ ਹਿੱਲੇ ਜੁਲੇ ਨੀ, ਜਦੋਂ ਸਾਡੇ ਵਰਗੇ ਨੇ ਕੋਈ ਲੱਥੀ ਲਾਈ ਕੀਤੀ ਸੋਸ਼ਲ ਮੀਡੀਆ ਤੇ, ਉਦੋਂ ਬਾਅਦ ਐਲਾਨ ਹੋਇਆ ਸੀ। ਉਹ ਐਲਾਨ ਵਫਾਦਾਰ ਰੂਪ ਧਾਰਿਆ ਕਿ ਨਹੀਂ ਧਾਰਿਆ, ਇਹਦੇ ਬਾਰੇ ਮੈਨੂੰ ਪੱਕਾ ਨਹੀਂ ਪਤਾ, ਪਰ ਮੈਂ ਕੋਸ਼ਿਸ਼ ਕਰਾਂਗਾ। ਬਾਬਾ ਤੁਸੀਂ ਮੈਨੂੰ ਚੇਤਾ ਕਰਾਤਾ, ਸ਼ੁਕਰੀਆ ਤੁਹਾਡਾ। ਮੈਂ ਕੱਲ੍ਹ ਨੂੰ ਸਵੇਰੇ, ਮੇਰੇ ਕੋਲ ਨੰਬਰ ਹੈਗੇ 1-2 ਅੰਤਰਰਾਸ਼ਟਰੀ ਖਿਡਾਰੀਆਂ ਦੇ, ਮੈਂ ਪਤਾ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਉਹ ਮਿਲ ਗਏ ਜਾਂ ਨਹੀਂ ਮਿਲ ਗਏ। ਸੋ ਜਦੋਂ ਆਪਾਂ ਨੂੰ ਪਤਾ ਨਹੀਂ, ਇਸ ਆਧਾਰ 'ਤੇ ਆਪਾਂ ਇਹਨਾਂ ਦੀ ਆਲੋਚਨਾ ਕਰੀਏ, ਉਹ ਚੰਗੀ ਗੱਲ ਨਹੀਂ। ਔਰ ਦੂਜੀ ਗੱਲ, ਤੁਸੀਂ ਦੱਸੀ ਹੈ ਜਿਹੜੀ ਰਜਿੰਦਰਾ ਕਾਲਜ ਵਾਲੀ, ਅਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਰਜਿੰਦਰਾ ਕਾਲਜ ਦੇ ਅੰਦਰ ਤਾਂ ਗਏ ਹਾਂ, ਬਾਹਰੋਂ ਵੀ ਲੰਘਿਆ, ਪਰ ਮੈਂ ਉੱਥੇ ਪੜ੍ਹਿਆ ਨਹੀਂ, ਕਿਉਂਕਿ ਬਠਿੰਡਾ ਮੇਰਾ ਇਲਾਕਾ ਨਹੀਂ, ਮੇਰਾ ਇਲਾਕਾ ਮਲੋਟ ਹੈ ਜੀ। ਜੀ ਜੀ ਜੀ, ਅਤੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਹਰਿੰਦਰ ਸਿੰਘ ਜੀ, ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਹਾਂਜੀ ਹਰਿੰਦਰ ਜੀ। ਹਾਂਜੀ, ਸੁਰਿੰਦਰ ਸਿੰਘ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ? ਮਿੰਟੂ ਗੁਰੂ ਸਰੀਆ, ਸਤਿ ਸ਼੍ਰੀ ਅਕਾਲ ਜੀ। ਆਪਾਂ ਇੱਕੀ ਜੀ, ਸਤਿ ਸ਼੍ਰੀ ਅਕਾਲ ਜੀ। ਇੱਕੀ ਦਾਦੇ ਦੇ ਪੋਤੇ ਆ ਜੀ, ਫਿਰੋਜ਼ਪੁਰ ਜ਼ਿਲ੍ਹੇ ਦੇ, ਅਸੀਂ ਮੋਗੇ 'ਚ, ਤੁਸੀਂ ਗੁਰੂ ਸਾਹਿਬ ਜਾਵੜੇ। ਹਾਂਜੀ, ਸਾਡਾ ਸਵਾਲ ਇਹ ਹੈ ਜੀ, ਵੀ ਮੈਂ ਹੁਣ ਵੀ ਖਬਰਾਂ ਵੇਖੀਆਂ ਸੀਗੀਆਂ, ਤੇ ਕੇਜਰੀਵਾਲ ਸਾਹਿਬ ਨੂੰ ਕਹਿੰਦੇ ਵੀ ਅੱਤਵਾਦੀ ਦੇ ਘਰੇ ਠਹਿਰਿਆ, ਕੀ ਕੇਜਰੀਵਾਲ ਨੇ ਕੋਠੀ ਪਹਿਲਾਂ ਬੁੱਕ ਕਰਾਈ ਸੀ, ਜਾਂ ਜਿਸ ਤਰ੍ਹਾਂ ਹੁਣ ਬਾਘੇ ਪੁਰਾਣੇ ਤੋਂ ਵੀ SHO ਦੇ ਬਾਰੇ ਦੇ ਰਿਹਾ ਸੀ ਬਿਆਨ ਕਿ SS ਕੇਸਾਂ ਦੇ ਵਿੱਚ ਉਹ ਬੰਦਾ ਫੜਿਆ ਗਿਆ ਸੀ, ਆਹ ਇਲਜ਼ਾਮ ਲੱਗੇ ਆ, ਕੀ ਉਹ DC ਸਾਹਿਬ ਨੇ ਕੋਠੀ ਦਿੱਤੀ ਹੈ ਕਿ ਜਾਂ ਕੇਜਰੀਵਾਲ ਨੇ ਬੁੱਕ ਕਰਾਈ ਜਿਹੜੀ ਵਾਰ ਵਾਰ ਬਦਨਾਮ ਕਰੀ ਜਾਂਦੇ ਆ? ਹਾਂਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਦਰਅਸਲ ਇਹ ਮਸਲਾ ਹੈ ਨਾ, ਜਿਹੜਾ ਬੜਾ ਪੇਚੀਦਾ ਮਸਲਾ ਹੈ ਔਰ ਸਪਸ਼ਟ ਵੀ ਬਹੁਤ ਆ। ਪਹਿਲੀ ਗੱਲ ਤੇ ਇਹ ਆ ਕਿ ਜਿਹੜਾ ਬੰਦਾ ਕੇਸਾਂ ਚੋਂ ਬਰੀ ਹੋਇਆ, ਤੁਸੀਂ ਉਹਨੂੰ ਅੱਤਵਾਦੀ ਨਹੀਂ ਆਖ ਸਕਦੇ, ਨਹੀਂ ਆਖ ਸਕਦੇ। ਸਾਡਾ ਇੱਥੇ ਮੀਡੀਆ ਵੀ ਆਖੀ ਜਾਂਦਾ, ਅਸੀਂ ਆਪ ਵੀ ਤੁਸੀਂ ਵੀ ਹੁਣ ਸ਼ਬਦ ਅੱਤਵਾਦੀ ਵਰਤਿਆ, ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਸ ਬੰਦੇ ਨੂੰ ਇੱਕ ਵੀ ਮਾਮਲੇ 'ਚ ਕਨਵਿਕਸ਼ਨ ਨਹੀਂ ਹੋਈ ਨਰਿੰਦਰ ਸਿੰਘ ਨੂੰ, ਫਿਰ ਅਸੀਂ ਕਿਸ ਆਧਾਰ 'ਤੇ ਉਹਨੂੰ ਅੱਤਵਾਦੀ ਕਹੀਏ ਜਦੋਂ ਕੋਰਟ ਨੇ ਉਹਨੂੰ ਬਾਇਜ਼ਤ ਬਰੀ ਕਰ ਦਿੱਤਾ? ਸੋ ਮੇਰੇ ਖਿਆਲ ਦੇ ਨਾਲ ਇਹ ਤਖੱਲਸ ਹੈ ਜਿਹੜਾ ਅੱਤਵਾਦੀ ਖਾੜਕੂ, ਇਹ ਸਾਨੂੰ ਨਹੀਂ ਜੋੜਨਾ ਚਾਹੀਦਾ। ਜਿਹੜਾ ਬੰਦਾ ਬਰੀ ਹੋਇਆ, ਚਾਹੇ ਉਹ ਕੁਛ ਵੀ, ਇਹ ਛੱਡ ਦਿਓ। ਦੂਜੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਜਿਹੜੀ
कोठी दे विच ठहरिया, उसे कोठी दे विच उत्थे SHO भी रहिंदा, उसे कोठी दे विच नगर निगम का ज्वाइंट कमिश्नर भी रहिंदा, कि उन्हां दे भी संबंध फिर उहदे नाल आ, इहदे बारे कहिंदे आ। दूजी गल कि अरविंद केजरीवाल नूं उत्थे इन्हां दा एक नेड़ला बंदा लैके गया सी जिहड़ा इन्हां दा समर्थक है, ये आप नहीं गए, उन्हें स्टे कराई है, और वह जिहड़ी कोठी है वह उस बंदे दे नाम भी नहीं, ये ना भी उहदी पत्नी दे बोलदी है, करमजीत कौर उहदा नाम है, वह आप यूके च रहिंदा, 6 महीने पहला वह यूके गया, चोरी नहीं गया, भारतीय पासपोर्ट ते गया, सारा कुछ जदों इस तरह साफ आ, ये बिल्कुल सियासी प्रापेगंडा है जिस तरीके नाल कीता जा रहा, इस तरह नहीं होना चाहिए। और असी तो इतने हैरान हाँ, साडे देश का प्रधानमंत्री आके पंजाबियों नूं डराउण दिया कि जी जिहड़ी सरकार है बादल साहब की सरकार ही पंजाब नूं एकमुठ रख सकती है, पंजाब नूं शांत रख सकती है, वह आ गए तो पंजाब दे विच अशांति फैल जाऊगी, क्यों भाई तू जे दूजी सरकार आ गई क्यों तुसीं पंजाब का ख्याल नहीं रखोगे, तो संविधान की सहुं ये थोड़ी चुकी है कि जिथे जिथे साडी सरकार है असीं उत्थे उत्थे निगाह रखनी है, ये थोड़ी बिल्कुल बिल्कुल आधारहीन मुद्दाहीन राजनीति हो रही है। इस मामले दे विच कढ़न पाउण नूं कुछ भी नहीं, जिहड़े RP सिंह ने, वैसे मैनूं चेता आ गया कि जिहड़े RP सिंह ने अज अखंड कीर्तनी जथे वाले ने इहदे ते मुकदमा दर्ज करवाया, पटीशन पाई है माणहानी दी सुखबीर सिंह बादल दी, उहदी तस्वीर अज प्रकाश सिंह बादल नाल भी है जिहड़ी, उह भी वायरल होई है, इकट्ठे मीटिंग कर रहे हैं कि प्रकाश सिंह बादल भी जिहड़े इहनां दे कहिण मुताबिक अतवादी है कि उहनां दे नाल संबंध रखदा। दूजे नंबर से जिहड़े बंदे नरेंद्र सिंह बारे गल करदा उहदी भी तस्वीर है जिहड़ी बादल साहब दे नाल, उह भी वायरल होई है। सो एक कमाल की गल है कि जिस मोहकम सिंह नूं इह कहिंदा कि अतवादी है खालिस्तानी है, उसे मोहकम सिंह नूं घरे सद के चाह भी पिला दिंदा, यह किस तरह की राजनीति है। जी जी, ये काफ़ी कुछ इस नाल स्पष्ट हो ही जाता है। अगले कॉलर गुरबंस सिंह जी, जी एनओ जी स्वागत है जी, की सवाल है जी? हाँ जी, सत श्री अकाल जी, सत श्री अकाल जी, दस्यो भी लंबी ते मलोट दी स्टेटस पोजीशन की है, कौन अगे कौन पिछे के सारे बराबर ही है, लंबी ते मलोट जी, ठीक है जी। लंबी वाला पेच बहुत फस गया, लंबी वाला पेच इन्ना फस गया, असी भी हैरान है लंबी वाले, कि असी कहते कि कदे फसवा मुकाबला नहीं वेख्या, कदे फसवा मुकाबला नहीं वेख्या, ऐतकी सानू भी हो गया कि एडा फसवा मुकाबला भी हो सकता। इत्थे कैप्टन अमरिंदर सिंह जिद्दण दा आया, तुसीं सच जाणे हो लौरियां दे पिंड जिहड़े इन्हां दी ताकत सी उह रातों रात बदल गया, इत्थों तक कि जिहड़ा मंगल संधू सी खेतीबाड़ी डायरैक्टर हुंदा सी जिहनूं बाद दे विच जेल भी जाणा पिया, उन्होंने कदे इन्हां दी दरी विछाई सीगी 1978 दे विच, उन्हां दे घर दे उत्ते 3 मंजली कोठी ते 3 मंजली कोठियां दे उत्ते पानी वाली टैंकी है, पानी वाली टैंकी दे उत्ते कांग्रेसी झंडा झूलदा पिया, सो की करोगे तुसी? जे असी जरनैल सिंह नूं वेहने आ, उह एडी तेजी दे नाल उत्ते नूं जांदा पिया, असी इह वी सोचदे आ कि किते इह ना होवे कि जिहड़े दूजे वड्डे भलवान जिन्हां वल सारिआं दी निगाह, इह ना होवे कि पिछों आ के उह तीजा जिहड़ा छोटा भलवान है दोनां नूं कंड परने मारे। सो इहो जिहा समीकरण लंबी दे विच बणिआ पिआ, ਤੁਸੀਂ ਕੁਛ ਨਹੀਂ ਕਹਿ ਸਕਦੇ, ਇੱਥੋਂ ਤੱਕ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਘਰੋਂ ਬਹਿ ਕੇ ਪ੍ਰਚਾਰ ਕਰਨਾ ਪੈ ਰਿਹਾ, ਉਹ ਪ੍ਰਚਾਰ ਕਰਨ ਲਈ ਬਾਹਰ ਨਹੀਂ ਨਿਕਲਦਾ ਪਿਆ, ਕਿਉਂਕਿ ਜੇ ਨਿਕਲਦਾ ਹੈ ਪ੍ਰਚਾਰ ਦੇ ਉੱਤੇ ਅੱਗੇ ਜਾ ਕੇ ਤਕਰਾਰ ਹੁੰਦਾ, ਖਬਰਾਂ ਜਿਹੜੀਆਂ ਨਕਾਰਾਤਮਕ ਲੱਗਦੀਆਂ, ਪ੍ਰਭਾਵ ਉਲਟਾ ਪੈਂਦਾ, ਉਹ ਘਰੋਂ ਟੈਲੀਫੋਨ ਕਰਦਾ ਕਿ ਫਲਾਣਾ ਸਿਆ ਪੁੱਤ ਮੈਂ ਪ੍ਰਕਾਸ਼ ਸਿੰਘ ਬਾਦਲ ਬੋਲਦਾ, ਅਤੇ ਮੇਰੀ ਅਰਜ਼ ਆ ਕਿ ਐਤਕੀ ਮੇਰੀ ਮਦਦ ਕਰੋ, ਅਤੇ ਅਗਲੇ ਗੱਲ ਹੀ ਨਹੀਂ ਸੁਣਦਾ, ਉਹ ਕਹਿੰਦੇ 10 ਸਾਲ ਤੁਸੀਂ ਸਾਡੀ ਗੱਲ ਨਹੀਂ ਸੁਣੀ, 5 ਸਾਲ ਤੁਸੀਂ ਗੱਲ ਨਹੀਂ ਸੁਣੀ, ਆਹ ਤੁਹਾਡੇ ਜਿਹੜੇ ਚਮਚੇ ਚਾਟੜੇ ਆ ਇਹਨਾਂ ਨੇ ਸਾਨੂੰ ਵਾਣੀ ਪਾਈ ਰੱਖਿਆ, ਹੁਣ ਅਸੀਂ ਕਾਹਦੀ ਗੱਲ ਸੁਣੀ। ਸੋ ਪ੍ਰਕਾਸ਼ ਸਿੰਘ ਬਾਦਲ ਆਪ ਪਰਸਨਲ ਟੈਲੀਫੋਨ ਕਰਦਾ ਪਿਆ ਲੋਕਾਂ ਨੂੰ, ਪਰ ਲੋਕ ਹੈ ਜਿਹੜੇ ਉਹ ਗੱਲ ਨਹੀਂ ਸੁਣਦੇ ਪਏ, ਅਸੀਂ ਪਹਿਲੀ ਵਾਰੀ ਦੇਖਣ ਡਏ ਹਾਂ। ਦੂਜੀ ਗੱਲ ਜਿਹੜੀ ਹੈ ਮਲੋਟ ਦੀ ਤੁਹਾਨੂੰ ਮੈਂ ਦੱਸਦਾ ਕਿ ਇੱਥੇ ਬਲਦੇਵ ਸਿੰਘ ਆਜ਼ਾਦ ਖੜ੍ਹੇ ਆਮ ਆਦਮੀ ਪਾਰਟੀ ਵੱਲੋਂ, ਉਹਨਾਂ ਦੀ ਸਥਿਤੀ ਬਹੁਤ ਮਜ਼ਬੂਤ ਜਾਪਦੀ ਹੈ, ਕਿਉਂਕਿ ਹਾਲੇ ਇਲੈਕਸ਼ਨ ਦੇ ਵਿੱਚ 2-3 ਦਿਨ ਬਕਾਇਆ ਪਏ ਆ, ਇੱਥੇ ਪਲ ਦਰ ਪਲ ਸਮੀਕਰਨ ਬਦਲਦੇ ਆ, ਤਸਵੀਰਾਂ ਬਦਲਦੀਆਂ ਪਈਆਂ। ਮੈਂ ਅੱਗੇ ਦੀ ਗੱਲ ਨਹੀਂ ਕਹਿ ਸਕਦਾ, ਪਰ ਬਲਦੇਵ ਸਿੰਘ ਆਜ਼ਾਦ ਦੂਜਿਆਂ ਤੋਂ ਮਲੋਟ ਦੇ ਵਿੱਚ ਅੱਗੇ ਆ। ਜੀ ਜੀ, ਅਗਲੇ ਕਾਲਰ ਜੁੜੇ ਨਾ ਗਿੱਲ ਜੀ, ਜੀ ਇਹਨੂੰ ਜੀ ਸਵਾਗਤ ਹੈ, ਕੀ ਸਵਾਲ ਹੈ ਜੀ? ਹਾਂ ਜੀ ਹਾਂ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਮੈਂ ਆਪਣਾ ਸਿਰਫ ਮੋਗੇ ਬਾਰੇ ਦੱਸਣਾ ਸੀਗਾ। ਮੋਗੇ ਮੇਰਾ ਪਿੰਡ ਸਿੰਘਾਂ ਵਾਲਾ, ਸਾਡੇ ਘਰੇ ਆਫ ਸਕੂਲ ਹੋਇਆ ਮਾਵੀ ਪਾੜੀ ਦਾ, ਤੇ ਕਰੋੜ ਸਾਹਿਬ ਦੀ ਚੜ੍ਹਦੀ ਕਲਾ ਹੈਗੀ ਆ, ਤੇ ਤੋਤਿਆਂ ਦੇ ਕੰਮ ਝਾੜਦੇ ਨੇ ਬਿਲਕੁਲ, ਮੁੰਡੇ ਇੱਥੋਂ ਗਏ, ਸਾਡੇ ਭਤੀਜੇ ਵੀ ਗਏ ਆ,
ਉੱਥੋਂ ਦੇ ਕਾਫੀ ਜੋ ਲਾ ਰਹੇ ਆ। ਥੈਂਕ ਯੂ ਜੀ, ਥੈਂਕ ਯੂ ਇਨਫੋਰਮੇਸ਼ਨ ਦੇਣ ਲਈ। ਮੈਂ ਵੀ ਇਨਫੋਰਮੇਸ਼ਨ ਦੇਣੀ ਸੀ, ਦੋ ਚਾਰ ਕੰਮ ਚੱਲ ਜਾਣੇ ਆ ਕਿ ਜਰੂਰ ਜੀ 100% ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਬਾਕੀ ਜਿਹੜਾ ਜੀ ਆਪਾਂ ਨੂੰ ਜ਼ਰੂਰ ਥੋੜ੍ਹਾ ਜਿਹਾ ਸਹਿਜ ਦੇ ਨਾਲ ਬੋਲਣ ਦਾ ਜਿਹੜਾ ਜੀ ਆਪਾਂ ਕਰਿਆ ਕਰੀਏ, ਕੋਸ਼ਿਸ਼ ਕਰਿਆ ਕਰੀਏ, ਸਾਰੇ ਜਾਣੇ ਜਿਹੜੇ ਜੀ ਇਸ ਨੂੰ ਸੁਣਦੇ ਨੇ। ਅਤੇ ਆਪਾਂ ਅਗਲੀ ਗੱਲ ਕਰੀਏ, ਤਾਰਾ ਸਿੰਘ ਜੀ ਆਪਣੇ ਨਾਲ ਜੁੜੇ ਨੇ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਸਾਰੀ ਸੰਗਤ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਨੂੰ ਤਾਂ ਇੱਕ ਸਵਾਲ ਹੈ, ਜਿੱਦਾਂ ਹੁਣ ਸ਼ਰਾਬ ਜਿਹੜੀ ਪੰਜਾਬ ਦੀਆਂ ਫੈਕਟਰੀਆਂ ਚੋਂ ਲਾਂਦੀ ਆ, ਬਾਹਰਲੀਆਂ ਫੈਕਟਰੀ ਆਉਂਦੀ ਆ, ਇਹਦਾ ਕੋਈ ਲਾਰਨਮ ਹੁੰਦਾ ਜਾਂ ਇਹਦਾ ਕੋਈ ਮਾਰਕਾ ਹੁੰਦਾ ਵੀ ਕਿੰਨੀ ਤਰੀਕ ਤੋਂ ਰਿਲੀਜ਼ ਹੋਈ ਆ, ਉੱਥੋਂ ਕਿਹੜੇ ਬੰਦੇ ਨਾਂ ਤੇ ਹੋ ਜਾ 2 ਲੱਖ ਜਾਂ 4 ਲੱਖ ਪੇਟੀਆਂ ਰਿਲੀਜ਼ ਹੋਈਆਂ ਵਾ, ਜਦੋਂ ਇਹ ਫੜਦੇ ਹੋ ਬੰਦੇ ਨੂੰ ਨੀ ਪੁੱਛਦੇ ਜਾਂ ਫੈਕਟਰੀ ਨੂੰ ਪੁੱਛਦੇ ਤੂੰ ਕਿਹਦੇ ਨਾਂ ਤੇ ਲਾਟ ਕੀਤੀ ਆ, ਇਹਨਾਂ ਤੇ ਚੋਰ ਫੜਨਾ ਬੜਾ ਸੌਖਾ ਵਾ। ਉਹਦਾ ਜੇ ਗਾਲ ਦਾ ਬੰਦਾ ਗਾਂਹ ਵੇਚਦਾ ਤੁਹਾਨੂੰ, ਆਪਾਂ ਉਹਨੂੰ ਗਵਰਨਮੈਂਟ ਪੁੱਛ ਸਕਦੇ ਤਾਂ ਕਿਉਂ ਵੇਚੀ ਭਾਈ, ਇਹਦੇ ਤੁਹਾਨੂੰ ਪਤਾ ਹੋਊ ਫਲਾਣੇ ਬੰਦੇ ਦੇ ਘਰੇ ਗਈ ਸੀਗੀ ਇਹ, ਇਹਨੇ ਗਾਂਹ ਕਿਉਂ ਵੇਚੀ। ਬੰਦੇ ਤਾਂ ਬੜੇ ਸੌਖੇ ਫੜੇ ਜਾ ਸਕਦੇ ਆ, ਜੇ ਕਮਿਸ਼ਨ ਇਹ ਕਰੇ ਵੀ ਫੈਕਟਰੀਆਂ ਤੋਂ ਨਿਕਲਦੀ ਸ਼ਰਾਬ ਦੇ ਮਾਰ ਕੇ ਸਾਰੇ ਸੈਂਡ ਕਰੇ ਵੀ ਤੁਸੀਂ ਸਹੀ ਬੰਦੇ ਨੂੰ ਸਪਲਾਈ ਕਰਨੀ ਆ, ਦੂਸਰਾ ਬੰਦੇ ਨੂੰ ਇਹ ਤੁਹਾਡੀ ਜ਼ਿੰਮੇਵਾਰੀ ਹੋਊਗੀ, ਇਹਦੇ ਬਾਰੇ ਦੱਸਿਓ। ਫੋਨ ਨਾ ਬੰਦ ਕਰੋ, ਮੈਂ ਠੀਕ ਹੈ ਜੀ। ਨਹੀਂ ਦੇਖੋ, ਇੱਥੋਂ ਤੱਕ ਜਾਣ ਦੀ ਲੋੜ ਨਹੀਂ, ਵੈਸੇ ਬੈਚ ਬਣੇ ਹੁੰਦੇ ਆ, ਜਿਵੇਂ ਆਪਣੇ ਦਵਾਈਆਂ ਦੀ ਸ਼ੀਸ਼ੀ ਹੁੰਦੀ, ਕੋਈ ਬੈਚ ਬਣਿਆ ਹੁੰਦਾ ਨਾ, ਆਹ ਬੈਚ ਨੰਬਰ ਆ, ਉਹ ਇਸ ਤਰ੍ਹਾਂ ਸ਼ਰਾਬ ਦਾ ਵੀ ਜਿਹੜੇ ਬਕਸੇ ਹੁੰਦੇ ਇਹਨਾਂ ਦੇ ਬੈਚ ਹੁੰਦੇ ਆ, ਪਰ ਉੱਥੋਂ ਤੱਕ ਜਾਣ ਦੀ ਲੋੜ ਹੀ ਨਹੀਂ। ਦੇਖੋ ਜਿਹੜੇ ਇਹ ਸ਼ਰਾਬ ਦੇ ਜ਼ਖੀਰੇ ਫੜੇ ਜਾ ਰਹੇ ਹੋ ਜਾਂ ਤੇ ਗੋਦਾਮਾਂ ਚੋਂ ਫੜੇ ਜਾ ਰਹੇ ਆ, ਬਠਿੰਡੇ ਦੇ ਵਿੱਚ 10,000 ਪੇਟੀ ਸ਼ਰਾਬ ਦੀ ਫੜੀ ਗਈ ਗੋਦਾਮ ਚੋਂ, ਹੁਣ ਜਿਹਦਾ ਗੋਦਾਮ ਆ ਉਹਦੇ ਤੇ ਕੀ ਕਾਰਵਾਈ ਹੋਈ? ਕੁਛ ਵੀ ਨੀ, ਕਹਿੰਦੇ ਜੀ ਪਤਾ ਹੀ ਨੀ ਲੱਗਿਆ, ਕਹਿੰਦੇ ਜੀ ਪਤਾ ਹੀ ਨੀ ਕਿਹਦੀ ਸ਼ਰਾਬ ਆ। ਹੁਣ ਦੇਖੋ ਜਿਹਦੇ ਜਗ੍ਹਾ ਦੇ ਵਿੱਚ ਪਈ ਹੈ ਉਸ ਬੰਦੇ ਨੂੰ ਫੜੋ, ਤੁਹਾਨੂੰ ਦੱਸੇਗਾ ਕਿ ਇੱਥੇ ਕੌਣ ਰੱਖ ਕੇ ਗਿਆ, ਇੱਥੇ ਆਦਮ ਬਾਬਾ ਰੱਖ ਕੇ ਗਿਆ ਕਿ ਅਲਾਦੀਨ ਰੱਖ ਕੇ ਗਿਆ, ਉਹ ਆਪੇ ਨਾ ਲਊ, ਜਦੋਂ ਪੁੱਛਣਾ ਹੀ ਨੀ, ਪੜਤਾਲ ਹੀ ਨਹੀਂ ਕਰਨੀ। ਦੂਜੇ ਨੰਬਰ ਤੇ ਦੇਖੋ, ਹੁਣ ਆਮ ਤੌਰ ਤੇ ਇੱਕ ਗੋਦਾਮ ਚੋਂ ਫੜੀ ਜਾਂਦੀ ਹੈ, ਦੂਜੀ ਰੋਡ ਤੋਂ ਜਦੋਂ ਇਹ ਆਵਾਜਾਈ ਸਾਧਨਾਂ ਰਾਹੀਂ ਢੋਈ ਢੋਆ ਢੁਆਈ ਕੀਤੀ ਜਾਂਦੀ ਉਦੋਂ ਫੜੀ ਜਾਂਦੀ ਹੈ। ਹੁਣ ਗੱਡੀ ਦਾ ਡਰਾਈਵਰ ਹੈ, ਗੱਡੀ ਦੇ ਡਰਾਈਵਰ ਤੋਂ ਜੇ ਪੁੱਛਿਆ ਜਾਵੇ ਕਿ ਤੈਨੂੰ ਮਾਲ ਕਿੰਨੇ ਲਦਾਇਆ ਤੇ ਕਿੱਥੋਂ ਲਦਾਇਆ, ਸਾਰਾ ਕੁਛ ਸਾਫ਼ ਹੋ ਜਾਏਗਾ। ਪਰ ਜਦੋਂ ਪੁੱਛਣਾ ਹੀ ਨਹੀਂ, ਹੁੰਦਾ ਕੀ ਹੈ ਕਿ ਚਲਾਨ ਕੱਟ ਦਿੰਦੇ ਆ, ਤੇ ਉਹ ਜਿਹੜੇ ਡਰਾਈਵਰ ਹੈ ਵਿਚਾਰੇ, ਉਹ ਵੀ ਗਰਜ਼ਾਂ ਦੇ ਮਾਰੇ ਆ, ਉਹਨਾਂ ਨੂੰ ਕਹਿ ਦਿੰਦੇ ਕਿ ਤੂੰ ਆਪਦੇ ਸਿਰ ਤੇ ਪਵਾ ਲਾ, ਸਵੇਰੇ ਤੇਰੀ ਜ਼ਮਾਨਤ ਕਰਵਾ ਲਾਂਗੇ। ਪਹਿਲੀ ਗੱਲ ਥਾਣੇ 'ਚੋਂ ਜ਼ਮਾਨਤ ਹੋ ਜਾਂਦੀ ਹੈ, ਪਹਿਲੀ ਗੱਲ ਜਾਣ ਹੀ ਨਹੀਂ ਦਿੰਦੇ ਜਿਹੜੇ ਸਾਈ ਆ, ਨਾਲ ਦੀ ਨਾਲ ਆ ਕੇ ਉਹ ਬੇਲ ਬੌਂਡ ਭਰ ਕੇ ਕਹਿੰਦੇ ਬੰਦਾ ਛੱਡੋ। ਜੇ ਤਫਤੀਸ਼ ਹੋ ਗਏ ਤੇ ਸਭ ਕੁਛ ਹੋ ਸਕਦਾ, ਕਰਦੇ ਨੀ ਗੇ। ਔਰ ਦੂਜੀ ਮੈਂ ਤੁਹਾਨੂੰ ਗੱਲ ਦੱਸਦਿਆਂ, ਜਿਹੜੇ ਕੇਸ ਇਲੈਕਸ਼ਨ ਦੇ ਵਿੱਚ ਦਰਜ ਹੁੰਦੇ ਆ, ਇਹਨਾਂ ਕੇਸਾਂ ਦੇ ਵਿੱਚ 80-90% ਕੇਸ ਆ ਜਿਹੜੇ ਉਹ ਇਲੈਕਸ਼ਨ ਦਾ ਨਤੀਜਾ ਆਉਣ ਤੱਕ ਹੀ ਜਿਉਂਦੇ ਰਹਿੰਦੇ ਆ, ਜਦੋਂ ਨਤੀਜਾ ਆਉਂਦਾ ਨਾਲ ਦੀ ਨਾਲ ਮਰ ਜਾਂਦੇ ਆ, ਕਿਉਂਕਿ ਅੱਧੇ ਜਿੱਤਿਆਂ ਨਾਲ ਜੁੜੇ ਹੁੰਦੇ ਆ, ਅੱਧੇ ਹਾਰਿਆਂ ਨਾਲ ਜੁੜੇ ਹੁੰਦੇ ਆ। ਜਿੱਤੇ ਖੁਸ਼ ਹੋ ਕੇ ਉਹਦਾ ਖਿਹੜਾ ਛੱਡ ਜਾਂਦੇ ਆ, ਹਾਰੇ ਜਿਹੜੇ ਉਹ ਨਿਰਾਸ਼ ਹੋ ਕੇ ਖਿਹੜਾ ਛੱਡ ਜਾਂਦੇ ਆ। ਜੀ ਜੀ ਜੀ। ਅਗਲੇ ਕਾਲਰ ਮਿੰਟੂ ਜੀ ਆਪਣੇ ਨਾਲ ਜੁੜੇ ਨੇ, ਰਾਜਵਿੰਦਰ ਸਿੰਘ ਜੀ, ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਜੀ, ਮਿੰਟੂ ਗੁਰੂ ਸਿਰ ਨੂੰ ਵੀ ਸਤਿ ਸ਼੍ਰੀ ਅਕਾਲ ਵੀਰ ਜੀ, ਬਹੁਤ ਸੋਹਣੀ ਕਵਰੇਜ ਹੁੰਦੀ ਹੈ, ਬਹੁਤ ਸੋਹਣਾ ਵਧੀਆ ਬੋਲਦੇ ਗੱਲਬਾਤ ਕਰਦੇ, ਤੇ ਥੈਂਕ ਯੂ। ਇੱਕ ਤਾਂ ਤੁਹਾਨੂੰ ਆ ਜਿਹੜਾ ਕਾਲਰ ਕਿੰਨੀਆਂ ਕਰਨ, ਰਾਜਵਿੰਦਰ ਜੀ ਆਵਾਜ਼ ਕੱਟ ਗਈ ਜੀ ਤੁਹਾਡੀ, ਮੈਨੂੰ ਲੱਗਦਾ ਜੀ ਡਰਾਈਵ ਕਰਦੇ ਨੇ ਅਤੇ ਸ਼ਾਇਦ ਲਾਈਨ ਦੀ ਪ੍ਰੋਬਲਮ ਹੋਵੇ। ਮੁੜ ਕੇ ਦੁਬਾਰਾ ਜ਼ਰੂਰ ਕਾਲ ਕਰ ਲਿਓ ਜੀ, 408-272-5200 ਦੇ ਉੱਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਆਪਣੇ ਅਗਲੇ ਕਾਲਰ ਜੁੜੇ ਨੇ ਆਪਣੇ ਨਾਲ, ਅਵਤਾਰ ਸਿੰਘ ਜੀ ਮੰਟੀਕੇ ਤੋਂ, ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਭਾਅ ਜੀ, ਮੇਰਾ ਛੋਟਾ ਜਿਹਾ ਕੁਐਸਚਨ ਹੈ ਕਿ ਜਿਹੜਾ ਬੰਦੇ ਦੀ ਕੋਠੀ ਵਿੱਚ ਮੋਕੇ ਅਰਵਿੰਦ ਕੇਜਰੀਵਾਲ ਠਹਿਰਿਆ, ਉਹ ਤਾਂ ਸਾਰਾ ਹੀ ਮਿੰਟੂ ਸਾਹਿਬ ਨੇ ਦੱਸਤਾ ਬਰੀ ਵੀ ਹੋ ਗਿਆ, ਤਾਂ ਫਿਰ ਵੀ ਇਤਰਾਜ਼ ਕਰਦੇ ਆ, ਤੇ ਜਿਹੜਾ ਇਹਨਾਂ ਦਾ ਇੱਕ ਐਮ ਪੀ ਜਾਂ ਕੋਈ ਮੰਤਰੀ ਆ ਵਿਰਸਾ ਸਿੰਘ ਬਟੋਆ, ਉਹਦੀ ਮੈਂ ਸ਼ਰਿਆਂ ਨਿਊਜ਼ ਸੁਣੀ, ਉਹ ਕਹਿੰਦਾ ਅੱਤਵਾਦੀ ਸੀ ਹੈਗਾ ਤੇ ਰਹੂੰਗਾ, ਉਹਦੇ ਬਾਰੇ ਉਹਨਾਂ ਨੂੰ ਸਵਾਲ ਕਿਉਂ ਨੀ ਪੁੱਛਦੇ? ਤੇ ਇੱਕ ਮੇਰੀ ਮਾੜੀ ਜੀ ਇੱਕ ਹੋਰ ਕੁਐਸਚਨ ਹੈ ਕਿ ਜਿਹੜਾ ਮਜੀਠੀਏ ਦੀ ਇਨਵੈਸਟੀਗੇਸ਼ਨ ਕਰਦਾ ਸੀ, ਮੇਰਾ ਖਿਆਲ ਉਹਦਾ ਨਾਂ ਨਿਰੰਜਨ ਸਿੰਘ ਸੀਗਾ, ਉਹਦੇ ਬਾਰੇ ਕੋਈ ਚਾਨਣਾ ਪਾਇਓ ਜੀ, ਅਪਡੇਟ ਕਰਿਓ ਜੇ ਹੋਵੇ ਤਾਂ, ਕੀ ਬਣਿਆ ਉਹਦਾ? ਠੀਕ ਹੈ ਜੀ, ਥੈਂਕ ਯੂ ਜੀ। ਦੇਖੋ ਜੇ ਆਪਾਂ ਇਸ ਤਰ੍ਹਾਂ ਦੇ ਬੰਦੇ ਕੱਢਦੇ, ਹੁਣ ਅਕਾਲੀ ਦਲ ਚੋਂ ਬਹੁਤ ਕੱਢੇ ਜਾ ਸਕਦੇ ਆ, ਸਾਰੇ ਜਾਣਦੇ ਆ, ਕਾਂਗਰਸ ਦੇ ਵਿੱਚ ਵੀ ਇਸ ਤਰ੍ਹਾਂ ਦੇ ਪਿਛੋਕੜ ਵਾਲੇ ਬੰਦੇ ਹੈਗੇ, ਬਹੁਤ ਸਾਰੇ ਹੈ, ਪਰ ਇਹ ਕਿਉਂ ਮੁਰਦੇ ਗੱਡੇ ਮੁਰਦੇ ਪੱਟਦੇ ਪਏ ਸਿਰਫ ਤੇ ਸਿਰਫ ਰਾਜਨੀਤੀ ਦੇ, ਜਦੋਂ ਸਭ ਕੁਛ ਠੀਕ ਹੈ? ਕੋਈ ਇਹੋ ਜਿਹੇ ਹਾਲਾਤ ਹੈ ਹੀ ਨਹੀਂ ਪੰਜਾਬ ਦੇ ਵਿੱਚ ਜਿਹਨਾਂ ਨੂੰ ਇਹ ਮੁੱਦਾ ਬਣਾ ਰਹੇ। ਦੂਜੀ ਗੱਲ ਜਿਹੜੀ ਤੁਸੀਂ ਨਿਰੰਜਨ ਸਿੰਘ ਹੋਰਾਂ ਦੀ ਕੀਤੀ ਹੈ,
ਨਿਰੰਜਨ ਸਿੰਘ ਹੋਰਾਂ ਦਾ ਇੱਕ ਵਾਰੀ ਤਬਾਦਲਾ ਕੀਤਾ ਗਿਆ ਸੀ, ਪਰ ਬਾਅਦ ਦੇ ਵਿੱਚ ਜਦੋਂ ਅਦਾਲਤ ਦੇ ਅੰਦਰ ਗਿਆ ਮੁੱਦਾ ਸਾਰਾ, ਫਿਰ ਉਹ ਤਬਾਦਲਾ ਜਿਹੜਾ ਰੱਦ ਕਰਨਾ ਪਿਆ ਸੀ। ਨਿਰੰਜਨ ਸਿੰਘ ਹਾਲੇ ਵੀ ਇੱਥੇ ਹੀ ਮੌਜੂਦ ਨੇ, ਮੇਰੇ ਖਿਆਲ ਦੇ ਨਾਲ ਕੱਲ੍ਹ ਉਹਨਾਂ ਨੇ ਕੇ ਐਸ ਮੱਖਣ ਤੋਂ ਵੀ ਪੁੱਛਗਿੱਛ ਕੀਤੀ ਹੈ। ਸੋ ਨਿਰੰਜਨ ਸਿੰਘ ਇੱਥੇ ਹੀ ਪੰਜਾਬ ਦੇ ਵਿੱਚ ਨਿਯੁਕਤ ਆ। ਜੀ ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ, ਹਰਕ੍ਰਿਸ਼ਨ ਸਿੰਘ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਇਹ ਭਾਜੀ ਜਿੱਦਾਂ ਮਿੰਟੂ ਭਾਜੀ ਨੂੰ ਦੱਸ ਕੇ ਹਟੇ ਆ ਨਾ, ਭਾਈ ਆਪ ਤੋਂ ਤਕੜੇ ਨੂੰ ਮੱਲਾ ਲਲਕਾਰਨ ਦੇ ਨਾਲ ਬਹੁਤ ਬੰਦਾ ਦਲੇਰੀ ਵਾਲਾ ਬੰਦਾ ਕੰਮ ਕਰ ਸਕਦਾ, ਤਾਂ ਉਹਦੇ ਨਾਲ ਬੰਦੇ ਨੂੰ ਸਪੋਰਟ ਬਹੁਤ ਮਿਲਦੀ ਆ ਜੀ। ਜਿੱਦਾਂ ਮੈਂ ਬੁੱਕ 'ਚ ਇੱਕ ਦਿਨ ਮੈਂ ਪਿੱਛੇ ਥੋੜ੍ਹੇ ਜਿਹੇ ਬੁੱਕ ਪੜ੍ਹੀ ਸੀਗੀ, ਜੋ ਦਾਰਾ ਸਿੰਘ ਹੋਣੀ ਮੱਲਾ ਉੱਥੇ ਸਿੰਘਾਪੁਰ ਕੁਸ਼ਤੀਆਂ ਕਰਦੇ ਹੁੰਦੇ ਸੀਗੇ ਨਾ ਇਹ ਜੀ, ਤਾਂ ਉੱਥੇ ਇੱਕ ਬਹੁਤ ਵੱਡਾ ਭਲਵਾਨ ਆ ਗਿਆ ਕਿੰਗ ਕੌਂਗ, ਜਿਹਦੇ ਉਹਨੇ ਲੱਤ ਤੋੜੀ ਸੀਗੀ। ਲੋਕਾਂ ਵਿੱਚ ਦਹਿਲ ਪੈ ਗਿਆ ਬਈ ਦਾਰਾ ਸਿੰਘ ਦੀ ਹੁਣ ਝੰਡੀ ਨਹੀਂ ਰਹਿਣੀ ਹੈਗੀ। ਇਹ ਤੋਂ ਪਹਿਲਾਂ ਕਿ ਕਿੰਗ ਕੌਂਗ ਉਹਨੂੰ ਲਲਕਾਰਦਾ, ਦਾਰਾ ਸਿੰਘ ਨੇ ਉਹਨੂੰ ਲਲਕਾਰ ਦਿੱਤਾ, ਬਈ ਭਾਈ ਆ ਜਾ ਮੇਰੇ ਨਾਲ ਕੁਸ਼ਤੀ ਕਰ ਲਾ। ਉਹ ਤੋਂ ਦਾਰਾ ਸਿੰਘ ਦੀ ਪ੍ਰਸਿੱਧੀ ਬਹੁਤ ਹੋ ਗਈ ਸੀਗੀ। ਉਹੀ ਗੱਲ ਹੈ ਵੀ ਜਿੱਦਾਂ ਕੇਜਰੀਵਾਲ ਨੇ ਪਹਿਲਾਂ ਮਜੀਠੀਏ ਨੂੰ ਹੱਥ ਪਾਇਆ ਨਾ, ਤਾਂ ਉਹਦੇ ਨਾਲ ਵੀ ਕੇਜਰੀਵਾਲ ਉਹਨਾਂ ਨੂੰ ਬਹੁਤ ਸਪੋਰਟ ਮਿਲੀ ਆ ਭਾਜੀ ਜੀ। ਥੈਂਕ ਯੂ ਹਰਕ੍ਰਿਸ਼ਨ ਜੀ। ਥੈਂਕ ਯੂ ਭਾਜੀ। ਥੈਂਕ ਯੂ ਜੀ ਜੀ। ਹਰ ਇੱਕ ਦਾ ਆਪੋ ਆਪਣਾ ਜਿਹੜਾ ਜੀ ਨੁਕਤਾ ਕਿਸੇ ਨੂੰ ਕਿਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਆਪਾਂ ਦੇਖਦੇ ਨੇ। ਰਾਜਵਿੰਦਰ ਧਾਲੀਵਾਲ ਜੀ ਆਪਣੇ ਨਾਲ ਜੁੜੇ ਨੇ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਗੁਰੂ ਸਰੀਆ ਜੀ, ਬਹੁਤ ਧੰਨਵਾਦ, ਤੁਹਾਡਾ ਵਧੀਆ ਖਬਰਾਂ ਦੇ ਰਹੇ ਹਾਂ ਜੀ ਜੀ। ਮੈਨੂੰ ਦੱਸਿਓ ਵੀ ਇੱਕੋ ਹੀ ਸੀਟ ਪੁੱਛਣੀ ਹੈ, ਰਾਮਪੁਰਾ ਫੂਲ ਤੇ ਬਠਿੰਡੇ ਦੀ ਕੀ ਹਾਲਤ ਹੈ ਇਸ ਵੇਲੇ, ਬਸ ਇੰਨਾ ਦੱਸ ਦਿਓ। ਦੇਖੋ ਰਾਮਪੁਰਾ ਫੂਲ ਹੈ ਜਿਹੜੀ, ਉਹ ਸਿਕੰਦਰ ਸਿੰਘ ਮਲੂਕਾ ਦੀ ਰਵਾਇਤੀ ਸੀਟ ਆ ਜੀ, ਪਰ ਉੱਥੇ ਐਤਕੀ ਟੱਕਰ ਜਿਹੜੀ ਤਕੋਨੀ ਆ ਜੀ, ਆਮ ਆਦਮੀ ਪਾਰਟੀ ਵੱਲੋਂ ਉੱਥੇ, ਸ਼ਾਇਦ ਪੂਰਾ ਨਾਮ ਨਹੀਂ ਮੈਨੂੰ ਪਤਾ, ਮਾਫ਼ ਕਰਿਓ, ਬਿੱਟੀ ਸਾਹਿਬ ਉਹਨਾਂ ਦੇ ਮਗਰ ਲੱਗਦਾ, ਇੱਕ ਤੇ ਉਹ ਨੇ ਮੈਦਾਨ ਦੇ ਵਿੱਚ, ਦੂਸਰੇ ਗੁਰਪ੍ਰੀਤ ਸਿੰਘ ਕਾਂਗੜ ਜਿਹੜੇ ਕਿ ਰਵਾਇਤੀ ਵਿਰੋਧੀ ਹੈ ਇਹਨਾਂ ਦੇ। ਸੋ ਐਤਕੀ ਗੁਰਪ੍ਰੀਤ ਕਾਂਗੜ ਦੇ ਬੜੇ ਲੰਬੇ ਸਮੇਂ ਤੋਂ ਉੱਥੇ ਤਿਆਰੀ ਬਿੱਟੀ ਹੋਈ ਆ, ਬਿੱਟੀ ਸਾਹਿਬ ਦਾ ਵੀ ਸੁਣਿਆ ਕਿ ਉਹ ਵੀ ਬਹੁਤ ਮਿਹਨਤ ਕਰਦੇ ਪਏ ਆ ਸਿਕੰਦਰ ਸਿੰਘ ਮਲੂਕਾ ਦੇ ਨਾਲ, ਕਿਉਂਕਿ ਵਿਵਾਦ ਤੇ ਬਦਨਾਮੀਆਂ ਹੀ ਇੰਨੀਆਂ ਜੁੜ ਗਈਆਂ ਕਿ ਉਹਨਾਂ ਲਈ ਇਹ ਸਫ਼ਰ ਸੁਖਾਲਾ ਨਹੀਂ। ਸ਼ਾਇਦ ਹੋ ਸਕਦਾ ਕਿ ਐਤਕੀ ਇੱਥੋਂ ਨਤੀਜਾ ਜਿਹੜਾ ਉਹ ਹੈਰਾਨਕੁੰਨ ਵੇਖਣ ਨੂੰ ਮਿਲ ਜਾਵੇ। ਦੂਜੀ ਗੱਲ ਜਿਹੜੀ ਬਠਿੰਡੇ ਦੀ, ਬਠਿੰਡੇ ਦੇ ਵਿੱਚ ਸ਼ਹਿਰੀ ਸੀਟ ਆ ਜਿਹੜੀ, ਉਹਦੇ ਤੇ ਮਨਪ੍ਰੀਤ ਬਾਦਲ ਹੈ ਜਿਹੜਾ, ਉਹ ਮਜ਼ਬੂਤ ਦਿਖਦਾ ਮੁਕਾਬਲੇ ਰੂਪ ਸਿੰਗਲਾ ਦੇ। ਤੇ ਦੂਜੇ ਪਾਸੇ ਜਿਹੜੀ ਦਿਹਾਤੀ ਸੀਟ ਆ, ਉਹਦੇ ਤੇ ਜਿਹੜੀ ਬੀਬੀ ਰੁਪਿੰਦਰ ਕੌਰ ਰੂਬੀ ਹੈ, ਉਹ ਦੂਜਿਆਂ ਨਾਲੋਂ ਅੱਗੇ ਚੱਲਦੀ ਪਈ ਹੈ। ਕੱਲ੍ਹ ਨੂੰ ਕੀ ਹੋ ਜਾਣਾ, ਕੀ ਬਾਜੀ ਪਲਟ ਜਾਣੀ ਹੈ, ਮੈਂ ਵਾਰ ਵਾਰ ਅਰਜ਼ ਕਰਾਂ ਕਿ ਇਹ ਦੇਖੋ ਕਿਆਫੇ ਆ, ਜੋ ਹਾਲਾਤ ਹੁੰਦੇ ਆ, ਜੋ ਰਿਪੋਰਟਾਂ ਹੁੰਦੀਆਂ, ਜੋ CID ਤੋਂ ਸਾਨੂੰ ਮਿਲ ਜਾਂਦੀਆਂ ਕੋਈ ਮਾੜੀਆਂ ਮੋਟੀਆਂ ਆਪਦੇ ਇਲਾਕੇ ਚੋਂ, ਸੋ ਉਹ ਇਨਪੁਟਸ ਦੇ ਆਧਾਰ ਤੇ ਇੱਕ ਕਿਆਫੇ ਆ। ਮਾਫ਼ ਕਰਿਓ, ਕੱਲ੍ਹ ਨੂੰ ਕੋਈ ਸਮੀਕਰਨ ਬਦਲ ਜਾਂਦਾ ਹੈ ਤੇ ਇਹ ਨਾ ਰਹੋ ਕਿ ਇਹਨੇ ਕਿਹਾ ਸੀ ਇਹ ਹੋ ਗਿਆ ਇਹ ਹੋ ਗਿਆ, ਇਹ ਸਿਰਫ ਹਵਾਵਾਂ ਦਾ ਜਿਹੜਾ ਮੌਜੂਦਾ ਰੁਖ ਹੈ ਉਹਦੇ ਆਧਾਰ ਤੇ ਮੈਂ ਕਹਿੰਦਾ ਕਿ ਰੁਪਿੰਦਰ ਕੌਰ ਰੂਬੀ ਹੈ ਜਿਹੜੀ ਬੀਬੀ, ਉਹ ਲੰਬੇ ਸਮੇਂ ਤੋਂ ਉੱਥੇ ਮਿਹਨਤ ਕਰਦੀ ਪਈ ਹੈ, ਔਰ ਉਹਦਾ ਪਲੜਾ ਇਸ ਕਰਕੇ ਵੀ ਭਾਰੀ ਜਾਪਦਾ ਹੈ ਕਿਉਂਕਿ ਉਹਦੇ ਮੁਕਾਬਲੇ ਜਿਹੜੇ ਕੈਂਡੀਡੇਟਸ ਆ, ਉਹ ਦੋਵੇਂ ਕੈਂਡੀਡੇਟਸ ਕਮਜ਼ੋਰ ਆ, ਅਕਾਲੀ ਦਲ ਦਾ ਵੀ ਤੇ ਕਾਂਗਰਸ ਜੀ। ਬਿਕਰਮਜੀਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇੱਕ ਤਾਂ ਇਹ ਆ ਵੀ ਜਿਹੜਾ ਅਕਾਲੀ ਕਹਿੰਦੇ, ਅਕਾਲੀ ਤਾਂ ਰਹੇ ਨੀ, ਅਕਾਲੀ ਰਹਿ ਗਿਆ ਸਿੱਧੇ, ਤੇ ਆਮ ਆਦਮੀ ਦੇ ਇਤਰਾਜ਼ ਕਰਦੇ ਨੀ, ਮੁੱਖ ਮੰਤਰੀ ਦਾ ਕੈਂਡੀਡੇਟ ਨਹੀਂ ਐਲਾਨ ਕੀਤਾ, ਕਿਉਂਕਿ ਬਾਦਲ ਸਾਹਿਬ ਤਾਂ ਘਰੋਂ ਮੁੱਖ ਮੰਤਰੀ ਬਣ ਜਾਂਦੇ ਆ, ਕਾਂਗਰਸ ਦੀ ਸੋਨੀਆ ਬਣਾਉਂਦੀ ਆ, ਇਹ ਠੀਕ ਨੀ ਹੈ। ਚੁਣੇ ਹੋਏ ਨਵੇਦੇ ਵਧਾਇਕ ਹੀ ਆਪਣਾ MLA ਚੁਣ ਮੁੱਖ ਮੰਤਰੀ ਨੂੰ, ਉਹ ਤਾਂ ਇੱਕ ਵਧੀਆ ਚੀਜ਼ ਆ, ਵਧੀਆ ਗਾਂ ਤੇ ਗਾਂ ਰੀਤ ਪੈਂਦੀ ਆ ਜੀ, ਲੋਕ ਇੱਥੇ ਵੀ ਇਤਰਾਜ਼ ਕਰੀ ਜਾਂਦੇ ਆ ਬਾਕੀ ਪਾਰਟੀਆਂ ਲਈ ਜੀ। ਥੈਂਕ ਯੂ ਜੀ ਜੀ। ਮਿੰਟੂ ਜੀ। ਹਾਂ ਜੀ, ਬਿਲਕੁਲ ਸਹੀ ਗੱਲ ਹੈ, ਮੈਂ ਵੀ ਇਸ ਹੱਕ 'ਚ ਕਿ ਸਾਰੀ ਜਿਹੜੀ ਪ੍ਰਥਾ ਹੋਣੀ ਚਾਹੀਦੀ ਹੈ, ਪਰ ਇਹਦੇ ਲਈ ਫਿਰ ਡਿਪਟੀ CM ਲਾਉਣਾ ਚਾਹੀਦਾ। ਡਿਪਟੀ CM ਵੀ ਮੇਰੇ ਖਿਆਲ ਜੋ ਚਾਹੇ ਦਲਿਤ ਬਣਾਉਣਾ ਚਾਹੇ ਜਾਏ ਉਹ ਕੋਈ ਬਣਾਉਣਾ ਹੈ, ਉਹ ਉਦੋਂ ਹੀ ਹੋਣਾ ਚਾਹੀਦਾ। ਇਹ ਚੰਗੀ ਰੀਤ ਹੈ ਵੈਸੇ ਕਿ ਜਿਹੜਾ ਵਿਧਾਇਕ ਦਲ ਆ ਉਹ ਆਪਦਾ ਨੇਤਾ ਆਪ ਤੈਅ ਕਰੇ ਕਿ ਆਹ ਸਾਡਾ ਡਿਪਟੀ ਹੋਏਗਾ, ਆਹ ਸਾਡਾ ਜਿਹੜਾ ਸੀਨੀਅਰ ਹੋਏਗਾ। ਬਹੁਤ ਵਧੀਆ ਗੱਲ ਹੈ, ਇਹੀ ਹੋਣਾ ਚਾਹੀਦਾ, ਹਰੇਕ ਦਲ ਦੀ ਇਹੀ ਰੀਤ ਰਵਾਇਤ ਹੋਣੀ ਚਾਹੀਦੀ ਹੈ। ਬਾਕੀ ਇੱਥੇ ਲੋਕਤੰਤਰ ਹੈ ਜਿਹੜਾ ਨਾਂ ਦਾ ਹੀ ਹੈ, ਇੱਥੇ ਕੈਂਡੀਡੇਟ ਵੀ ਹੈ ਜਿਹੜਾ ਉਹ ਵੀ ਥੋਪਿਆ ਜਾਂਦਾ ਹੈ, ਕਈ ਵਾਰੀ ਦੂਜੀ ਪਾਰਟੀ ਚੋਂ ਡੈਪੂਟੇਸ਼ਨ ਤੇ ਲਿਆ ਕੇ ਵੀ ਥਾਪ ਦਿੱਤਾ ਜਾਂਦਾ ਕਿ ਆਹ ਲੈ ਚੁੱਕੋ ਜੀ, ਇਹ ਤੁਹਾਡੀ ਤਕਦੀਰ ਬਦਲੇਗਾ। ਸੋ ਇੱਥੇ ਲੋਕਤੰਤਰ
ਕਾਫੀ ਸੁਧਾਰ ਹੈ ਜਿਹੜੇ ਹੋਣੇ ਬਾਕੀ ਜੀ ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ ਗੁਰਵਿੰਦਰ ਸਿੰਘ ਜੀ ਜੀ ਐਨੋ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਮਿੰਟੂ ਗੁਰਸਰੀਆ ਦੇ ਰਾਜ ਕਰਨਵੀਰ ਜੀ ਸਤਿ ਸ਼੍ਰੀ ਅਕਾਲ देखो मैं दाद दूंगा वैसे तो इस अंदाजे दी कि तुसी हाले भी इन्हां नूं रखते मुकाबले च बहुते चैनल ते इन्हां नूं मुकाबले च नहीं रखण दे लोग मनते नहीं पर फिर भी तुसी उम्मीद लाई बैठे हो जे आ गए देखो हो सक ये भी तो हो सकता है ये सुधर जा कि भाई जो असी कीता साडे नाल थोड़ी हो रही है ये भी तो गुंजाइश जी रखी जा सकती है पर बाकी है देखो जेड़ा अकाली दल का विरोध है ना उन्हें समझ की कोशिश शायद अकाली दल ने पहला नहीं की तुसी जो शब्द वरत्या अकाली दल प्रति मैं बेनती करूँगा कि ना वरत्यो क्योंकि अकाली दल का इतिहास है जेड़ा वो बहुत मेरी इतिहास है कि होया जे ये इतिहास अगे जाके हाईजैक हो गया अकाली दल ने बहुत देर कर दी असल दे विच ये विवाद जेड़े विवाद हो रहे हैं जे विरोध हो रहे हैं एक किस्म के नहीं एक तो है बेरोजगारी का नशे का जो साड़ियां समाजिक समस्या वाले सोशल प्रॉब्लम्स ने वह विरोध आ दूसरा विरोध है बेअदबियां नूं लैके जिहड़ा सब तो वड्डा सिरमौर विरोध है वह वक्री किस्म का तीसरा एक होर विरोध आ वह है कि तुहाडे नाल साडा कोई गिला नहीं बादल साहब ठीक ठाक आदमी ने पर जिहड़े तुसी साडे ते ठीक उस तरह के जागीरदार ला दिते जिवें अंग्रेज लाउंदे सन क्या तेरे इन्ने पिंड की रियासत है तेरी इन्ने पिंड की रियासत है तू आ वेखणे पिंड तू आ वेखणे जिहड़े तुसी हलका इंचार्ज ला दिते वह हल्के इंचार्ज मुड़ के हल्के हो गए इन्ने ज्यादा किरदार पक्षों भी हल्के हो गए तो इन्ने ज्यादा लालच पक्षों भी हल्के हो गए कि उन्होंने गरीब अमीर जिहड़ा सच्चा झूठा वह वेख्या ही नहीं उन्होंने अपनी रेस लाई रखी तो अखीर उन्होंने इस हालत दे विच पहुँचा दिता सो यह विरोध इत्थे पंजाब दे विच कई किस्म दे आ जिन्हां नूं समझण दे विच जिन्हां नूं इन्हां ने हल करन दे विच किते ना किते बहुत ज्यादा देर कर दिती जी जी गुरिंदर सिंह जी जी आयनो जी स्वागत है जी गुरिंदर हाँ जी सत श्रीकाल जी सत श्रीकाल मिंटू सर जी सत श्रीकाल जी सर मेरे ना दो क्वेश्चन ने एक पहला क्वेश्चन तो यह है कि जेड़ा सेंटर बजट पेश कर रही है कि वो शरेआम नहीं दिख रहा इलेक्शन कमीशन के गलत कर रहे हैं वो है ना पांच स्टेटा च इलेक्शन ने वो तो शरेआम अपना वोटर भरमाने वास्ते कुछ भी कर सकते हैं कि वो तो इलेक्शन कमीशन कुछ भी नहीं कर सकता तो दूजा मेरा क्वेश्चन है जी कि डेरा बसी तो खड़े ने कैप्टन कमलजीत सिंह जेडे लेट ने ते उना दे वाइफ खड़े ने आम आदमी पार्टी वालों एक उना दा दस्यो प्लीज के उना दी की सिचुएशन एनके शर्मा दे ढिल्लों निकला सरबजीत कौर ने शायद उना दा जी जी हां जी सरबजीत कौर जी हां जी जी नहीं वो बहुत बहुत स्ट्रांग ने उथे बहुत स्ट्रांग ने जित हरदा ता मैं बेनती करांगा कि कोई मेरे तो बहुत दूर इलाका आ तुका मैं लाउणा नहीं चाहुंदा पर सुन दे विच आया मेरा एक पत्रकार दोस्त है उस इलाके का वह गल करता सी कि बीबी सरबजीत कौर नूं बहुत ज्यादा हमदर्दी ते बहुत ज्यादा लोगों का प्यार मिलता पिया उत्थे ते वह बहुत स्ट्रोंग ने उत्थे हुण उहनां दी जिहड़ी ये वेव है वह नतीजा पॉजिटिव दिंदी है जां किस किस्म का दिंदी है उहदे लई ते मैनूं पक्का नहीं मैं कह सकदा मैनूं पक्का नहीं अंदाजा इंतजार करना पवेगा जां कितों कोई मैनूं कोई इनपुट मिली मैं फिर तुहानूं दस दूंगा दूजे जिहड़ा तुसीं गल कीती है ना बजट दी इह देखो सारा झगड़ा जिहड़ा राष्ट्रपति तक भी गया वा सुप्रीम कोर्ट तक भी गया चोण कमीशन तक भी गया सारे पासों डके डोले खा के अंत च इह फैसला होया कि बजट पेश इत्थे मिथी तरीक ते होएगा क्योंकि देखो इहदे च चोण कमीशन की भी थोड़ी जी गलती है जिहड़ा इन्हां ने एक कैलेंडर बनाया पांच राज्यां वाला जिहड़ी चोण प्रक्रिया का ये बनने तो पहला ही केंद्र सरकार ने ऐलान कर दिता सी कि असी एक फरवरी नूं ऐतकी बजट पेश करांगे सो ये टकरा गए दोनों के आपस के जिहड़े शड्यूल से टकरा गए इहदे च चोण कमीशन की गलती है दूजी गल आ कि इहदे च ये फैसला होया है कि जिहड़े पांच राज आ
ਉਹਨਾਂ ਦੇ ਵਿੱਚ ਕੋਈ ਵੀ ਐਲਾਨ ਨਹੀਂ ਕੀਤਾ ਜਾਏਗਾ, ਕੋਈ ਵੀ ਰਹਿਤ ਹੈ ਜਿਹੜੀ ਤੁਸੀਂ ਖਾਸ ਤੌਰ 'ਤੇ ਵਿਸ਼ੇਸ਼ ਤੌਰ 'ਤੇ ਜਿਹੜੀ ਰਹਿਤ ਹੈ ਉਹ ਨਹੀਂ ਦੇ ਸਕੋਗੇ। ਅਤੇ ਪੰਜਾਬ ਨੂੰ ਤਾਂ ਅੱਗੇ ਵੀ ਸੁੱਖ ਨਾਲ ਕੋਈ ਬਹੁਤੀ ਰਹਿਤ ਨਹੀਂ ਮਿਲਦੀ, ਇਹਨੂੰ ਤਾਂ ਡਰ ਹੀ ਲੱਗਾ ਰਹਿੰਦਾ ਕਿ ਜਿਹੜੀ ਰਹਿਤ ਕੋਈ ਮਿਲਦੀ ਹੈ ਉਹ ਵੀ ਬੰਦ ਨਾ ਕਰ ਦੇਣਾ। ਸੋ ਪੰਜਾਬ ਨੂੰ ਤਾਂ ਕੋਈ ਬਹੁਤਾ ਫਰਕ ਪੈਣਾ ਵੀ ਨਹੀਂ, ਬਾਕੀ ਯੂਪੀ ਜਾਂ ਜਿਹੜੇ ਹੋਰ ਰਾਜ ਆ ਉਹਨਾਂ ਨੂੰ ਫਰਕ ਪੈ ਸਕਦਾ, ਪਰ ਇਹ ਇਹਨਾਂ 'ਤੇ ਸ਼ਰਤ ਲਾਗੂ ਹੈ ਕਿ ਇਹ ਕੋਈ ਨਵਾਂ ਇਹੋ ਜਿਹਾ ਐਲਾਨ ਨਹੀਂ ਕਰਨਗੇ ਜਿਹਦੇ ਨਾਲ ਵੋਟਰ ਪ੍ਰਭਾਵਿਤ ਹੋਣ। ਜੀ ਆਪਾਂ ਜਲਦੀ ਜਲਦੀ ਜਿਹੜੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ ਕਿਉਂਕਿ ਸਮਾਂ ਆਪਣਾ ਬਿਲਕੁਲ ਸਮਾਪਤੀ ਦੇ ਵੱਲ ਆ। ਅਤੇ ਸਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ ਸਵਿੰਦਰ ਜੀ? ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਤੁਹਾਨੂੰ ਤੇ ਮਿੱਠੂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਇੱਕ ਭਾਜੀ ਮੈਂ ਪੁੱਛਣਾ ਚਾਹੁੰਦਾ, ਆ ਭਾਈ ਧੁੰਮੇ ਦੇ ਬਿਆਨ ਦੀਆਂ ਧੁੰਮਾਂ ਪੈ ਰਹੀਆਂ ਉਹਦੇ ਬਾਰੇ ਚਾਨਣ ਕਰਿਓ, ਤੇ ਦੂਜਾ ਸਰਸਿਆਲ ਸਾਹਿਬ ਦੇ ਮੋਹਰੇ ਫੀਕ ਤਲਖ ਸ਼ਬਦ ਨਾ ਵਰਤਿਆ ਕਰੋ, ਬੇਨਤੀ ਆ ਕਿਸੇ ਪ੍ਰਤੀ ਵੀ ਚਾਹੇ ਕੋਈ ਵੀ ਵਿਅਕਤੀ ਆ। ਬਾਕੀ ਅਸੀਂ ਗੱਲ ਕਰ ਚੁੱਕੇ ਆ ਕਿ ਬਾਬੇ ਧੁੰਮੇ ਨੇ ਕਿਹਾ ਸੀਗਾ ਕਿ ਅਕਾਲੀ ਦਲ ਨੂੰ ਵੋਟ ਪਾਓ, ਤੇ ਉਹਦੇ ਸਾਥੀ ਸੀਗੇ ਜਿਹੜੇ ਉਹ ਇਸ ਬਿਆਨ ਤੋਂ ਅੱਡ ਹੋ ਗਏ ਆ। ਬਾਬਾ ਧੁੰਮਾ ਇਕੱਲਾ ਅਪੀਲ ਕਰਨ ਵਾਲਾ ਹੀ ਰਹਿ ਗਿਆ, ਜਿਹੜਾ ਇਹਦਾ ਸੰਤ ਸਮਾਜ ਸੀ ਉਹਦੇ ਵਿੱਚੋਂ ਸਮਾਜ ਸਾਰਾ ਚਲੇ ਗਿਆ, ਇਕੱਲਾ ਸੰਤ ਹੀ ਰਹਿ ਗਿਆ। ਜੀ ਜੀ। ਤੇ ਅਗਲੇ ਆਪਣੇ ਕਾਲਰ ਕੁਲਦੀਪ ਸਿੰਘ ਜੀ, ਜੀ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਕੁਲਦੀਪ ਜੀ, ਮੈਂ ਮਿੰਟੂ ਜੀ ਸਵਾਲ ਆ, ਮੈਂ ਹਲਕਾ ਧਰਮਕੋਟ ਨੂੰ ਬਿਲੋਂਗ ਕਰਦਾ, ਤੇ ਇੱਥੇ ਪਿਓ ਪੁੱਤਰ ਦੀ ਜੋੜੀ ਜਿਹੜੀ ਤੋਤਾ ਸਿੰਘ ਤੇ ਉਹਨਾਂ ਦਾ ਪੁੱਤਰ ਮੋਗੇ ਤੋਂ, ਤੇ ਤੀਜੀ ਮੈਂ ਗੱਲ ਕਰੂੰਗਾ ਜੀ ਇੰਦਰਜੀਤ ਜੀਰੇ ਦਾ ਮੁੰਡਾ ਜਿਹੜਾ ਕੁਲਬੀਰ ਜੀਰਾ ਜੀ, ਤੇ ਇੱਥੇ ਕੀ ਚੱਲਣ ਡਿਆ ਜੀ? ਤੇ ਬਾਕੀ ਇਹ ਕਹਿੰਦੇ ਵੀ ਜੀਰੇ ਵਾਲੀ ਸੀਟ ਤੋਂ ਹਰੀ ਸਿੰਘ ਜੀਰੇ ਨੂੰ ਗਰਾਊਂਡ ਚੋਂ ਹੀ ਬਾਹਰ ਕੱਢਤਾ ਜੀ, ਉਹਨਾਂ ਦੇ ਉੱਥੇ ਕੁਛ ਨੀ, ਜਿੱਦਾਂ ਵੀ ਇਕੱਲੇ ਹੀ ਤੁਰੇ ਫਿਰਦੇ। ਤੇ ਇਹੀ ਹਾਲਤ ਜਿਹੜੀ ਧਰਮਕੋਟ ਹਲਕੇ ਚ ਵੀ ਆਪਣੇ ਖੇਤੀ ਮੰਤਰੀ ਉਹ ਵੀ ਅੱਜ ਕੱਲ ਇਕੱਲੇ ਹੀ ਹੁੰਦੇ ਆ। ਤੋਤਾ ਸਿੰਘ ਜੀ, ਜੀ ਜੀ, ਜਾਣੂ ਤਾਂ ਤੁਸੀਂ ਸਾਨੂੰ ਕਰਵਾ ਦਿੱਤਾ, ਅਸੀਂ ਤੁਹਾਨੂੰ ਕੀ ਜਾਣਕਾਰੀ ਦੇਣੀ ਹੈ ਸਰਦਾਰ ਸਾਹਿਬ? ਜੀ ਜੀ, ਤੁਸੀਂ ਸਗੋਂ ਸਾਨੂੰ ਅਪਡੇਟ ਕਰ ਦਿੱਤਾ। ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਉੱਥੇ ਕੁਲਬੀਰ ਤੇ ਗੁਰਪ੍ਰੀਤ ਦਾ ਮੁੰਡਾ ਜਿਹੜਾ ਉਹਨਾਂ ਦੇ ਦਰਮਿਆਨ ਟੱਕਰ ਜ਼ਬਰਦਸਤ ਆ। ਦੂਜੀ ਧਰਮਕੋਟ ਦੇ ਵਿੱਚ ਮੈਂ ਤੇ ਜਿਹੜੀ ਗੱਲ ਸੁਣੀ ਹੈ ਕਿ ਕਾਕਾ ਲੋਹਗੜ ਆ ਮੇਰੇ ਖਿਆਲ ਦੇ ਨਾਲ ਇੱਥੋਂ ਉਹ ਮਜ਼ਬੂਤ ਆ। ਮੋਗੇ ਦੀ ਸਾਰੀ ਗੱਲ ਤੁਸੀਂ ਦੱਸ ਹੀ ਦਿੱਤੀ ਹੈ। ਕੁੱਲ ਮਿਲਾ ਕੇ ਇੱਥੇ ਵੀ ਜਿਹੜਾ ਸਮੀਕਰਨ ਆ ਉਹ ਇਹ ਦੱਸਦਾ ਕਿ ਅਕਾਲੀ ਦਲ ਦਾ ਜਿਹੜਾ ਗੜ੍ਹ ਸੀਗਾ ਉਹ ਗੜ੍ਹ ਵੀ ਐਤਕੀ ਇਹ ਸੁਰੱਖਿਅਤ ਰੱਖ ਲੈਣਗੇ, ਉਹ ਸੰਭਵ ਨਹੀਂ ਜਾਪਦਾ। ਸਾਰੇ ਪਾਸੇ ਹੀ ਅਕਾਲੀ ਦਲ ਲਈ ਇਸ ਤਰ੍ਹਾਂ ਕਿਹਾ ਜਾ ਸਕਦਾ ਕਿ ਮੈਦਾਨ ਕਿਤੇ ਵੀ ਸੁਖਾਲਾ ਨਹੀਂ ਗਾ, ਕਿਤੇ ਵੀ ਸੁਖਾਲਾ ਨਹੀਂ ਗਾ। ਜੇ ਲੰਬੀ ਸੁਖਾਲਾ ਨਹੀਂ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿਤੇ ਵੀ ਸੁਖਾਲਾ ਨਹੀਂ। ਜੀ ਜੀ। ਦਰਸ਼ਨ ਸਿੰਘ ਜੀ, ਜੀ ਐਨ ਓ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਦਰਸ਼ਨ ਜੀ। ਹਾਂਜੀ, ਮੈਂ ਮਿੰਟੂ ਜੀ ਨੂੰ ਪੁੱਛਣਾ ਇੱਕ ਵੀ ਬਾਘੇ ਪੁਰਾਣੇ ਵਾਲੀ ਸੀਟ ਤੋਂ ਕੰਗ ਦੀ ਕੀ ਸਥਿਤੀ ਆ, ਤੇ ਉੱਥੇ ਆਪਣਾ ਕਾਂਗਰਸੀ ਕੈਂਡੀਡੇਟ ਉਹਨਾਂ ਦਾ ਕਿਹੜਾ ਹੈਗਾ ਐਲਾਨਿਆ ਬਾਘੇ ਪੁਰਾਣੇ ਤੋਂ? ਹਾਂਜੀ, ਇਹ ਤਾਂ ਰਾਜਕਰਨ ਵੀਰ ਤੁਹਾਨੂੰ ਇੱਕ ਮਿੰਟ ਚ ਹੀ ਦੱਸ ਦੇਵੇਗਾ, ਬਿਲਕੁਲ ਫਾਈਲ ਲੱਗੀ ਹੈ ਸਾਰੀ। ਜੀ, ਬਰਾੜ ਨੇ ਜੀ, ਉੱਥੇ ਦਰਸ਼ਨ ਸਿੰਘ ਬਰਾੜ ਹੈ ਮੇਰੇ ਖਿਆਲ ਦੇ ਨਾਲ। ਅੱਛਾ, ਦਰਸ਼ਨ ਸਿੰਘ ਬਰਾੜੇ, ਕੰਗ ਦੀ ਕੀ ਸਥਿਤੀ ਆ ਥੋੜਾ ਜਿਹਾ ਦੱਸੋ। ਤੇ ਬਾਕੀ ਇਹ ਜਿਹੜੇ ਜਿਹੜੇ ਸਰਵੇ ਆ ਰਹੇ ਆ ਜੀ, ਇਹ ਜਿਵੇਂ ਜੀ ਨਿਊਜ਼ ਵਾਲਾ ਤੇ ਆਜ ਤੱਕ ਵਾਲੇ ਆ, ਇਹ ਚੈਨਲ ਸਾਰੇ ਵਿਕੇ ਹੋਏ ਆ। ਜਦੋਂ ਦਿੱਲੀ ਦੇ ਵਿੱਚ ਚੋਣਾਂ ਹੋਈਆਂ ਸੀ ਉਦੋਂ ਵੀ ਆਪਾਂ ਵੇਖ ਚੁੱਕੇ ਇਹਨਾਂ ਦੇ ਸਰਵਿਆਂ ਦੇ ਰਿਜ਼ਲਟ। ਤੇ ਤੁਹਾਡੀ ਮਤਲਬ ਖਿਆਲ ਮੁਤਾਬਕ, ਤੁਹਾਡੇ ਧਿਆਨ ਦੇ ਵਿੱਚ ਵੀ ਇਹ ਕਿਸ ਤਰ੍ਹਾਂ ਲੱਗਦੀ ਹੈ ਸਥਿਤੀ ਆਮ ਆਦਮੀ ਪਾਰਟੀ ਦੀ ਤੇ ਕਾਂਗਰਸ ਦੀ? ਥੈਂਕ ਯੂ ਜੀ। ਦੇਖੋ, ਮੈਂ ਤੇ ਅੱਗੇ ਕਹਿ ਕੇ ਗਿਆ ਵਾਂ ਜੀ, ਖਬਰਾਂ ਦੇ ਵਿੱਚ ਹੀ ਤਕਰੀਬਨ ਦੱਸ ਗਿਆ ਸਾ। ਤੇ ਇਹ ਆ ਕਿ ਬਸ ਪੱਬ ਤੇ ਅੱਡੀ ਦਾ ਫਰਕ ਆ, ਜਿੱਥੇ ਉਹਨਾਂ ਦਾ ਕੋਈ ਦੂਜੀ ਦਾ ਪੱਬ ਹੋਏਗਾ ਪਿਛਲੇ ਅੱਡੀ ਦੇ ਨਾਲ ਉਹਨਾਂ ਦਾ ਪੱਬ ਹੋਊਗਾ, ਇੰਨਾ ਕੁ ਫਰਕ ਹੈ। 19-21 ਦਾ 21-19 ਦਾ ਫਰਕ ਆ। ਦੋਵੇਂ ਪਾਰਟੀਆਂ ਇਸ ਸਮੇਂ ਗਜ਼ਬ ਦੀ ਮਿਹਨਤ ਕਰਦੀਆਂ ਪਈਆਂ ਔਰ ਗਜ਼ਬ ਦੀ ਇਹਨਾਂ ਦੇ ਹੱਕ ਦੇ ਵਿੱਚ ਵੇਵ ਆ। ਸੋਸ਼ਲ ਮੀਡੀਆ ਤੇ ਜਾਂ ਸਧਾਰਨ ਜੇ ਅਸੀਂ ਲੋਕਾਂ ਦੇ ਵਿੱਚ ਬੈਠੀਏ ਤੇ ਉੱਥੇ ਆਮ ਆਦਮੀ ਪਾਰਟੀ ਦੀ ਬੜੀ ਚੜ੍ਹਤ ਆ, ਪਰ ਜੇ ਅਸੀਂ ਸ਼ਹਿਰੀ ਵੋਟ 'ਚ ਚਲੇ ਜਾਂਦੇ ਹਾਂ ਜਾਂ ਥੋੜ੍ਹਾ ਜਿਹਾ ਤਬਕਾ ਜਿਹੜਾ ਜ਼ਿਆਦਾ ਪੜ੍ਹਿਆ ਲਿਖਿਆ ਉਹ ਕਾਂਗਰਸ ਨੂੰ ਪਹਿਲ ਦੇ ਰਿਹਾ, ਕੁਛ ਤਬਕਾ ਜਿਹੜਾ ਅਕਾਲੀ ਦਲ ਭਾਜਪਾ ਦੇ ਵਿੱਚ ਹਾਲੇ ਵੀ ਰੁਚੀ ਰੱਖਦਾ। ਸੋ ਮੈਂ ਜੋ ਸਮੀਕਰਨ ਸਪਸ਼ਟ ਵੇਖਦਾ, ਹੁਣ ਦੇਖੋ ਜਿੱਤ ਹਾਰ ਪਤਾ ਨਹੀਂ ਗਾ, ਇੱਕ ਸੀਟ 'ਤੇ ਕਿਹਨੇ ਰਹਿ ਜਾਣਾ, ਇੱਕ ਸੀਟ 'ਤੇ ਕਿਹਨੇ ਸਰਕਾਰ ਬਣਾ ਜਾਣੀ ਹੈ,
ਕਿਹਦੀਆਂ ਘੱਟ ਜਾਣੀਆਂ ਵੱਧ ਜਾਣੀਆਂ, ਕਿੰਨੇ ਇਕੱਠੇ ਹੋ ਜਾਣਾ, ਉਹ ਵੱਖਰੀ ਗੱਲ ਆ। ਕਿਉਂਕਿ ਇੱਥੇ ਪੰਜਾਬ ਦੇ ਵਿੱਚ ਮੈਂ ਤੇ ਜੋ ਦੇਖਿਆ ਅੱਜ ਤੱਕ ਜਿੱਡਾ ਵੱਡਾ ਹੋਇਆ ਮੈਂ ਇਸ ਜ਼ਿੰਦਗੀ ਦੇ ਵਿੱਚ, ਮੈਂ ਤੇ ਇਹ ਵੇਖਿਆ ਸਾਡੇ ਆਮ ਤੌਰ ਤੇ ਜਿਹੜੇ ਪੰਜਾਬੀ ਵੋਟਰ ਆ ਉਹ ਬਹੁਤ ਨੇੜੇ ਜਾ ਕੇ ਕਈ ਵਾਰ ਮਨ ਬਣਾਉਂਦੇ ਆ, ਉਹ ਦੇਖਦੇ ਆ ਕਿ ਹਵਾ ਦਾ ਰੁੱਖ ਐਤਕੀ ਕਿੱਧਰ ਆ, ਫਿਰ ਉੱਧਰ ਨੂੰ ਤੁਰ ਪੈਂਦੇ ਕਿ ਇੱਧਰ ਵੋਟ ਪਾ ਦਿਓ, ਕਿਉਂਕਿ ਉਹਨਾਂ ਦਾ ਕੋਈ ਸਰੋਕਾਰ ਨਹੀਂ, ਉੱਥੇ ਮਸਤ ਮੌਲੇ ਆ, ਉਹਨਾਂ ਨੇ ਕਿਹੜਾ ਕਿਸ ਤੋਂ ਲੈ ਕੇ ਖਾਣਾ। ਹਾਂ ਇੰਨੀ ਕੁ ਝਾਕ ਜ਼ਰੂਰ ਰੱਖਦੇ ਆ ਕਿ ਚਲੋ ਆਹ ਬੰਦਾ ਠੀਕ ਜਾਪਦਾ, ਜਿੱਤਦਾ ਪਿਆ ਇੱਧਰ ਪਾ ਦਿਓ ਵੋਟ। ਇਸ ਤਰ੍ਹਾਂ ਦਾ ਬਹੁਤ ਬਹੁਤ ਵੱਡਾ ਤਬਕਾ ਹੈ ਵੋਟਰਾਂ ਦਾ ਜਿਹੜਾ ਐਨ ਮੌਕੇ ਤੇ ਫੈਸਲਾ ਕਰਦਾ। ਸੋ ਉਹਦੀ ਰਾਏ ਆ ਜਿਹੜੀ ਉਹ ਵੀ ਸਾਨੂੰ ਵੇਖਣੀ ਪਏਗੀ ਕਿ ਉਹਦੀ ਰਾਏ ਐਤਕੀ ਕਿੱਧਰ ਬਣਦੀ ਹੈ। ਦੂਸਰੀ ਗੱਲ ਹੈ ਜਿਹੜੀ ਕਿ ਤੁਸੀਂ ਗੱਲ ਕੀਤੀ ਕਾਂਗਰਸ ਦੇ ਦਰਸ਼ਨ ਸਿੰਘ ਬਰਾੜ ਦੇ ਉਲਟ ਜਿਹੜੇ ਖੜੇ ਆ ਗੁਰਵਿੰਦਰ ਸਿੰਘ ਕੰਗ ਦੀ, ਤਾਂ ਗੁਰਵਿੰਦਰ ਸਿੰਘ ਕੰਗ ਨੂੰ ਜਦੋਂ ਟਿਕਟ ਮਿਲੀ ਸੀ ਉੱਥੇ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ ਸੀ, ਪਰ ਹੌਲੀ ਹੌਲੀ ਕੰਗ ਸਾਹਿਬ ਨੇ ਆਪਣੀ ਲਹਿਰ ਉੱਥੇ ਖੜੀ ਕੀਤੀ। ਉਹਦੇ ਨਾਲ ਕੁਛ ਨੌਜਵਾਨ ਆ ਜਿਹੜੇ ਦਿਨ ਰਾਤ ਮਿਹਨਤ ਕਰਦੇ ਪਏ ਆ। ਪਹਿਲਾਂ ਤੇ ਇਸ ਤਰ੍ਹਾਂ ਜਾਪਦਾ ਸੀਗਾ ਕਿ ਦਰਸ਼ਨ ਬਰਾੜ ਕਿਉਂਕਿ ਪੁਰਾਣਾ ਘੁਲਾਟੀਆ, ਉਹਦੇ ਮੂਹਰੇ ਖੜਨਾ, ਉਹਦੇ ਮੂਹਰੇ ਟਿਕਣਾ ਜਿਹੜਾ ਸੁਖਾਲਾ ਨਹੀਂ ਹੋਏਗਾ, ਪਰ ਕੰਗ ਹੈ ਜਿਹੜਾ ਉਹ ਅੰਗਤ ਅੰਗੂ ਪੈਰ ਅੜਾ ਕੇ ਉੱਥੇ ਬਹਿ ਗਿਆ, ਔਰ ਉਹ ਇਸ ਸਮੇਂ ਪੂਰਾ ਮੁਕਾਬਲਾ ਦਰਸ਼ਨ ਸਿੰਘ ਬਰਾੜ ਖੋਟੇ ਜਿਹਨੂੰ ਕਿਹਾ ਜਾਂਦਾ ਉਹਨੂੰ ਦੇ ਰਿਹਾ, ਔਰ ਇਹ ਮੁਕਾਬਲਾ ਵੀ ਜ਼ਬਰਦਸਤ ਹੋਣ ਦੀ ਸੰਭਾਵਨਾ। ਜੀ ਜੀ, ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ ਅਤੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਆ। ਅਤੇ ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ। ਅਤੇ ਸਰੋਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੁੰਦਾ ਹੈ, ਪੰਜਾਬ ਚੋਣ ਦੰਗਲ 'ਤੇ ਖਬਰ 'ਤੇ ਨਜ਼ਰ, ਅਤੇ ਕੱਲ੍ਹ ਨੂੰ ਫਿਰ ਮਿਲਾਂਗੇ ਜੀ ਇਸੇ ਹੀ ਪ੍ਰੋਗਰਾਮ ਦੇ ਵਿੱਚ, ਉਦੋਂ ਤੱਕ ਲਈ ਇਜਾਜ਼ਤ ਲੈਂਦੇ ਹਾਂ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਹੈ ਜੀ, ਜਿਹਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।